श्री गुरु नानक साहिब जी महाराज फिरत फिरत गुरवाया परे अंतो सरनाए नानक की प्रभ बेनती अपनी भक्ति लाए नाम जप के लखा वाला चिंबायदी तमड़ी समय तो कथा विचार सुन रहे सी। अरदास करिए गुरु साहिब कृपा करन बाकी दा भी समा लेके च लगे। कथा हो रही सी, बी ए जी कर रहे सी कि सत्ते बलौंडे नूं हंकार हो गया। हंकार कई किस्म दा हुंदा है, हुण भी है बहुत लोकां। ये एक तां हुंदा है हंकार, उहनूं कहिंदे राजमद, मैं राजा हां।
ਕੁਝ ਛੋਟਾ ਹੋਰ ਵੱਡਾ ਹੋ ਜਾ ਮੇਰੇ ਬਰਾਬਰ ਹੋਰ ਕੋਈ ਰਾਜਾ ਹੈ ਨਹੀਂ ਮੇਰੇ ਕੋਲ ਫੌਜ ਬਹੁਤ ਹੈ ਇੰਨੀ ਹੋਰ ਕਿਸੇ ਕੋਲ ਹੈ ਨਹੀਂ ਹਕੂਮਤ ਮੱਧ ਹੁਕਮ ਚੱਲਦਾ ਤੀਸਰਾ ਹੁੰਦਾ ਹੈ ਜਵਾਨੀ ਮੱਧ ਹੰਕਾਰ ਮੇਰੇ ਜਿੰਨਾ ਬਲਵਾਨ ਸੰਸਾਰ 'ਤੇ ਹੋਰ ਕੋਈ ਨਹੀਂ ਅੱਗੇ ਚੌਥਾ ਹੁੰਦਾ ਰੂਪ ਮੱਧ ਹੰਕਾਰ ਮੇਰੇ ਜਿੰਨਾ ਸੁੰਦਰ ਸੰਸਾਰ ਵਿੱਚ ਹੋਰ ਕੋਈ ਨਹੀਂ ਪੰਜਵਾਂ ਹੁੰਦਾ ਹੈ ਧਨ ਮੱਧ ਮੇਰੇ ਜਿੰਨਾ ਪੈਸਾ ਟਕਾ ਸੋਨਾ ਚਾਂਦੀ ਜਿਵੇਂ ਰਾਵਣ ਨੂੰ ਹੰਕਾਰ ਹੋ ਗਿਆ ਸੀ ਤ੍ਰੇਤੇ ਯੁੱਗ ਵਿੱਚ ਪਹਿਲਾ ਨੰਬਰ ਸੀ ਜਿੰਨਾ ਇਹਦੇ ਕੋਲ ਸੋਨਾ ਸੋਨੇ ਦੀਆਂ ਇੱਟਾਂ ਦੇ ਬਣੇ ਹੋਏ ਮਕਾਨ 360 ਕੋਹ ਸੋਨੇ ਦੀ ਲੰਕਾ ਮੇਰੇ ਜਿੰਨਾ ਸੋਨਾ ਸੰਸਾਰ ਵਿੱਚ ਕਿਸੇ ਕੋਲ ਵੀ ਨਹੀਂ ਨਗਰੀ ਹੀ ਸੋਨੇ ਦੀ ਹੈ ਇਹ ਵੀ ਇੱਕ ਅਹੰਕਾਰ ਹੈ ਸ਼ਿਵਾ ਹੁੰਦਾ ਹੈ ਵਿੱਦਿਆ ਮਨ ਮੈਂ ਜੋ ਵਿੱਦਿਆ ਪੜ੍ਹਿਆ ਹਾਂ ਵੇਦ ਸ਼ਾਸਤਰ ਮੇਰੇ ਜਿੰਨੀ ਵਿੱਦਿਆ ਹੋਰ ਕਿਸੇ ਕੋਲ ਨਹੀਂ ਹੈ ਤੋ ਇਹ ਵਿੱਦਿਆ ਦਾ ਅਹੰਕਾਰ ਪ੍ਰੀਥੀ ਹੈ ਇਹ ਹੁੰਦਾ ਕਿਉਂ ਕੋਈ ਬਿਮਾਰੀ ਹੈ ਬੁਖਾਰ ਹੀ ਲੈ ਲਓ 104 ਕਿਸਮ ਦਾ ਬੁਖਾਰ ਹੁੰਦਾ ਗਮੀ ਦਾ ਖੁਸ਼ੀ ਦਾ ਨੀਂਦਰੇ ਦਾ ਗਰਮੀ ਦਾ ਸਰਦੀ ਦਾ ਤੋ ਇਹ ਬੁਖਾਰ ਜਿਹੜਾ ਹੈ ਵੀ ਹੁੰਦਾ ਕਿਉਂ ਹੈ ਇਸੇ ਤਰ੍ਹਾਂ ਹੰਕਾਰ ਹੈ ਇਹ ਹੁੰਦਾ ਕਿਉਂ ਹੈ ਜੜ ਕੀ ਹੈ ਇੱਕ ਲੋਕ ਹੰਕਾਰੀ ਹੁੰਦੇ ਨੇ ਭਗਤਾਂ ਅਤੇ ਸੰਸਾਰੀਆਂ ਸੰਸਾਰੀ ਲੋਕ ਹੰਕਾਰ ਕਰਦੇ ਭਗਤ ਨਹੀਂ ਕਰਦੇ ਉਹਨਾਂ ਦੇ ਨੇੜੇ ਹੀ ਨਹੀਂ ਆਉਂਦਾ ਗੋਬਿੰਦ ਦਾ ਸਿਮਰਨ ਵਾਹਿਗੁਰੂ ਦਾ ਸਿਮਰਨ ਰੱਬ ਦਾ ਸਿਮਰਨ ਕਰਦੇ ਹੀ ਰਹਿੰਦੇ ਨੇ ਗੋਬਿੰਦ 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 ਸੰਗ ਪਿਛਲੇ ਜਨਮ ਵਿੱਚ ਵੀ ਹੁਣ ਵੀ ਅੱਗੇ ਵੀ ਉਹ ਸਦਾ ਹੀ ਜੁੜੇ ਹੋਏ ਨੇ ਆਉਂਦਾ ਨਾ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਰਹਿਰਾਸ ਇੱਥੇ ਗੁਰੂ ਸਾਹਿਬ ਇੱਕ ਵਾਰੀ ਕਹਿ ਦਿੰਦੇ ਮੁਕਤੀ ਸਮਝਣੀ ਹੈ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿੰਨ ਤੋਟੀ ਜਮਕੀ ਫਸੀ ਉਹ ਹੁਣ ਵੀ ਮੁਕਤ ਹਨ ਸਰੀਰ ਵਿੱਚ ਹੁੰਦੇ ਹੋਏ ਸਰੀਰ ਛੱਡ ਜਾਣਗੇ ਫਿਰ ਵੀ ਮੁਕਤ ਹਨ ਜਮਾਂ ਦੀ ਫਾਹੀ ਕੱਟੀ ਹੋਈ ਹੈ ਉਹਨਾਂ 'ਤੇ ਕੋਈ ਇਹੋ ਜਿਹੀ ਪਾਬੰਦੀ ਨਹੀਂ ਪਰ ਜਿੰਨਾਂ ਬੰਦਗੀ ਕੀਤੀ ਜਿੰਨਾਂ ਨਾਮ ਜਪਿਆ ਗੱਲਾਂ ਬਾਤਾਂ ਨਾਲ ਨਾ ਤਾਂ ਮੁਕਤੀ ਹੁੰਦੀ ਹੈ ਅਤੇ ਨਾ ਗਿਆਨ ਹੁੰਦਾ ਆ ਖੇਤੀ ਵੀ ਗੱਲਾਂ ਬਾਤਾਂ ਨਾਲ ਨਹੀਂ ਹੁੰਦੀ ਬੈਠੇ ਰਹੋ ਖਾਦ ਪੈ ਗਈ ਤੀ ਪਾਣੀ ਲੱਗ ਗਿਆ ਕਰਨਾ ਹੀ ਪੈਣਾ ਤੋ ਇਸੇ ਤਰ੍ਹਾਂ ਗੱਲੀ ਗਿਆਨ ਨਾ ਢੂੰਡੀਏ ਗਿਆਨ ਦੀਆਂ ਗੱਲਾਂ ਕਰਕੇ ਗਿਆਨ ਨਹੀਂ ਹੁੰਦਾ ਗਿਆਨ ਸਿਮਰਨ ਕਰਕੇ ਹੁੰਦਾ ਬੰਦਗੀ ਕਰਕੇ ਹੁੰਦਾ ਭਜਨ ਕਰਕੇ ਹੁੰਦਾ ਸੇਵਾ ਕਰਕੇ ਹੁੰਦਾ ਮਨ ਦੇ ਟਕਾ ਵਿੱਚ ਹੈ ਮਨ ਦੀ ਸ਼ੁੱਧੀ ਵਿੱਚ ਹੈ ਫਿਰ ਜਾ ਕੇ ਇਸ ਨੂੰ ਇਹ ਪ੍ਰਕਾਸ਼ ਇਹ ਸੋਝੀ ਹੁੰਦੀ ਹੈ ਭਗਤ ਨਾਮਦੇਵ ਜੀ ਗੁਰੂ ਨਾਨਕ ਜੀ ਨਾਲੋਂ 200 ਸਾਲ ਪਹਿਲਾਂ ਸਵਾਮੀ ਰਾਮਾਨੰਦ ਭਗਤ ਕਬੀਰ ਰਵਿਦਾਸ ਜੀ 2 ਸਾਲ ਛੋਟੇ ਸਨ ਕਬੀਰ ਜੀ ਨਾਲ ਉਮਰ ਵਿੱਚ ਇਹ ਸਭ ਗੁਰੂ ਨਾਨਕ ਜੀ ਦੇ ਸਮੇਂ ਹੋਏ ਭਗਤ ਧੰਨਾ ਜੀ 80 ਸਾਲ ਦੀ ਉਮਰ ਸੀ ਜ਼ਿਲ੍ਹਾ ਟਾਊਨ ਰਾਜਸਥਾਨ ਧੂਆ ਨਗਰ ਜਦੋਂ ਗੁਰੂ ਨਾਨਕ ਜੀ ਨੇ ਜਾ ਦਰਸ਼ਨ ਦਿੱਤੇ 80 ਸਾਲ ਦੀ ਉਮਰ ਸੀ ਇਹਨਾਂ ਨੇ ਸਰੀਰ ਨਹੀਂ ਛੱਡਿਆ ਧੰਨਾ ਜੀ ਨੇ ਅੰਤਰ ਧਿਆਨ ਨਹੀਂ ਹੋਏ ਨੇ ਬਾਬਾ ਸ਼੍ਰੀ ਚੰਦ ਮਹਾਰਾਜ ਵਾਂਗੂ ਕਬੀਰ ਜੀ ਵਾਂਗੂ ਅਰਦਲੀਆ ਵਾਂਗੂ ਜਿਹਨਾਂ ਕੋਲ ਬਾਬਾ ਵਿਧੀ ਚੰਦ ਜੀ ਆਏ ਸੀ ਗੁਰਮੁਖ ਪਿਆਰੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਅਤੇ ਇੱਕ ਸਿੱਖ ਉਹਨਾਂ ਦਾ ਭੋਜਨ ਲੈ ਕੇ ਆਉਂਦਾ ਹੁੰਦਾ 8 ਪੈਰਾਂ ਬਾਅਦ 2 ਰੋਟੀਆਂ ਬਸ ਕਹਿੰਦੇ ਦੇਖੋ ਅਸੀਂ ਹੁਣ ਜਾਣਾ ਹੈ ਚੱਲਣਾ ਹੈ ਸਾਡੇ ਨਾਲ ਉਹ ਗੱਲ ਇਹ ਸੀ ਕਿ ਆਉਣ ਲੱਗ ਗਈ ਤਾਂ ਗੁਰੂ ਮਹਾਰਾਜ ਕੋਲ ਸੰਗਤ ਗਈ ਸੱਚੇ ਪਾਤਸ਼ਾਹ ਬਾਹਰ 'ਚ ਪੈ ਜੇ ਪਾਣੀ ਫਸਲਾਂ ਸੁੱਕ ਰਹੀਆਂ
ਕਹਿੰਦੇ ਗੁਰਮੁਖ ਹੈ ਭਾਈ ਅਰਦਲੀਆ ਤੁਹਾਡੇ ਕੋਲ ਹੀ ਹੈ, ਉਹਨੂੰ ਕਹਿ ਦਿਉ ਮੀਂਹ ਪਵਾ ਦੇ। ਸੋ ਕਹਿੰਦੇ ਨਹੀਂ, ਗੁਰੂ ਸਾਹਿਬ ਪਾਉਂਦੇ ਭਾਈ, ਸਮਰੱਥ ਹਨ ਅਸੀਂ ਕੌਣ ਹੁੰਦੇ, ਅਸੀਂ ਤਾਂ ਸੇਵਕ ਹਾਂ। ਪਰ ਕੰਮ ਮਹਾਰਾਜ ਆਪ ਕਰਦਾ, ਪ੍ਰਗਟ ਕਰਦਾ ਭਗਤ ਵਡਿਆਈ, ਭਗਤਾਂ ਦੀ ਵਡਿਆਈ ਹਰ ਯੁੱਗ ਵਿੱਚ ਵੀ ਇਹ ਚੰਗੇ ਨੇ, ਇਹ ਐਂ ਕਰਦੇ ਨੇ, ਇਹ ਐਂ। ਸਿੱਖ ਵਿੱਚ ਸ਼ਕਤੀ ਗੁਰੂ ਦੀ ਕੰਮ ਕਰਦੀ ਹੈ, ਭਗਤ ਵਿੱਚ ਭਗਵਾਨ ਦੀ ਸ਼ਕਤੀ ਕੰਮ ਕਰਦੀ ਹੈ, ਇਸ ਤਰ੍ਹਾਂ ਮਰੀਦ ਵਿੱਚ ਪੀਰ ਦੀ ਸ਼ਕਤੀ ਕੰਮ ਕਰਦੀ ਹੈ। ਤਾਂ ਗੁਰੂ ਜੀ ਕਹਿੰਦੇ ਜਾਓ ਉਸਨੂੰ ਕਹਿ ਦਿਉ, ਫਿਰ ਆਏ ਕਹਿੰਦੇ ਦੇਖੋ। ਫਿਰ ਗੁਰੂ ਜੀ ਨੇ ਗੱਲਿਆ, ਅੱਛਾ ਕਹਿੰਦੇ ਪ੍ਰਸਾਦ ਤਾਂ ਪੈ ਜਾਏ। ਤਾਂ ਸੰਗਤਾਂ ਨੇ ਬੜਾ ਵੀ ਇਹ ਤਾਂ ਮੀਂਹ ਪਵਾ ਦਿੰਦੇ ਨੇ, ਐਂ ਕਰ ਦਿੰਦੇ ਨੇ, ਅਲੱਗ ਭੀੜਾਂ ਗਈਆਂ। ਭਗਤ ਜਲਣ ਜੀ ਨਸ਼ਹਿਰੇ ਵਿੱਚ ਹੋਏ ਨੇ, ਉਹ ਰਹਿ ਗਿਆ ਪਾਕਿਸਤਾਨ ਵਿੱਚ, ਨਸ਼ਹਿਰਾ ਪਿੰਡ ਕਈ। ਗੁਰੂ ਹਰਗੋਬਿੰਦ ਮਹਾਰਾਜ ਜੀ ਆਏ, ਕਹਿੰਦੇ ਇਹ ਜੋ ਜਲਣ ਜੀ ਹੈ ਇਹ ਪੂਰਨ ਮਹਾਂਪੁਰਸ਼ ਨੇ, ਬੜੇ ਬੰਦਗੀ ਵਾਲੇ, ਅਲੱਗ ਭੀੜਾਂ ਗਈਆਂ, ਪਤਾ ਲੱਗ ਜੇ ਸੀ ਵੀ ਸ਼ਾਇਦ ਇੱਥੇ ਲੱਗਾ ਹੈ, ਮੱਖੀਆਂ ਆ ਹੀ ਜਾਣੀਆਂ। ਤਾਂ ਖੇੜਾ ਛਡਾਈਏ ਜਲਣ ਜੀ, ਤਾਂ ਬੜੀ ਦੂਰ ਚਲੇ ਗਏ, ਨੌਕਰੀਆਂ ਦਿਹਾੜੀਆਂ ਕਰਨ ਲੱਗ ਪਏ ਨੇ। ਚੱਲ ਬੋਲਿਆ ਉੱਥੇ ਚੱਲੀਏ ਜਿੱਥੇ ਹੋਵਣ ਸਾਰੇ ਅੰਨੇ, ਨਾ ਕੋਈ ਸਾਡੀ ਜਾਤ ਪਛਾਣੇ, ਨਾ ਕੋਈ ਸਾਨੂੰ ਮੰਨੇ, ਕੋਈ ਪੁੱਛ ਗਿੱਛ ਹੋਵੇ ਹੀ ਨਾ। ਤੋ ਇਹ ਹੁਣ ਅਰਦਲੀਆ ਜੀ ਕਹਿਣ ਲੱਗੇ ਵੀ ਜਾਓ ਸੰਗਤ, ਗੁਰੂ ਮਹਾਰਾਜ ਦੇ ਚਰਨਾਂ 'ਚ ਸਾਡਾ ਖੇੜਾ ਛੱਡੋ, ਅੱਜ ਤਾਂ ਭਾਈ ਚੱਲੇ ਹਾਂ ਪਰਲੋਕ ਨੂੰ। ਹੁਣ ਜਿਹੜਾ ਭੋਜਨ ਲੈ ਕੇ ਆਉਂਦਾ ਸੀ ਉਹਨੂੰ ਕਹਿ ਰਹੇ ਜਾਣਾ ਨਾਲ, ਕਹਿੰਦਾ ਜੀ ਮੇਰੇ ਲੜਕੀ ਦਾ ਵਿਆਹ ਹੈ, ਪੰਜ ਚਾਰ ਦਿਨ ਬਾਕੀ ਕਰਕੇ ਫਿਰ ਆਵਾਂ। ਅੱਛਾ, ਇੱਕ ਲੀਕ ਖਿੱਚੀ ਦੀ ਖੂੰਡੀ ਨਾਲ ਆਪਣੇ ਚਾਰ ਸਵੇਰੇ ਕੋਲ, ਅਸੀਂ ਚੱਲੇ ਹਾਂ, ਜਦੋਂ ਜਾਣਾ ਹੋਇਆ ਇਹਦੇ ਵਿੱਚ ਆ ਜਾਈ, ਬਸ ਚੱਲੇ ਚੱਲਾਂਗੇ। ਸੋ ਅਰਦਲੀਆ ਜੀ ਜਿਨ੍ਹਾਂ ਨੇ ਗੁਰੂ ਦੀ ਦਾਸ ਪਾਈ ਸੀ, ਬਾਬਾ ਬਿਧੀ ਚੰਦ, ਬਾਬਾ ਬਿਧੀ ਚੰਦ ਚੋਰੀਆਂ ਨਹੀਂ ਸੀ ਕਰਦੇ ਹੁੰਦੇ, ਗੁਰੂ ਕੇ ਸਿੱਖ ਚੋਰ ਨਹੀਂ ਹੁੰਦੇ, ਭਾਵੇਂ ਉਹ ਗੁਰੂ ਚਰਨਾਂ ਵਿੱਚ ਨਹੀਂ ਸੀ ਆਇਆ, ਇੰਨਾ ਹੀ ਕਰਦੇ ਸੀ ਵੀ ਕੋਈ ਇਹੋ ਜਿਹਾ ਆਉਣਾ ਵੱਡਾ ਘਰ, ਉੱਥੋਂ ਥੋੜ੍ਹਾ ਤਨ ਲਿਆ ਆਉਣਾ ਅਤੇ ਗਰੀਬਾਂ ਨੂੰ ਵੰਡ ਦੇਣਾ, ਘਰ ਨਹੀਂ ਸੀ ਦੁਆਰ ਨਹੀਂ ਲਿਆਉਂਦੇ। ਇਹੋ ਜਿਹੇ ਪੁਰਾਣੇ ਸਮੇਂ ਵਿੱਚ ਹੁੰਦੇ ਸੀ ਬਹੁਤੇ, ਦੇਖਣਾ ਕਿਤੇ ਧਨ ਜ਼ਿਆਦਾ। ਹੁਣ ਸਰਕਾਰਾਂ ਕਾਨੂੰਨ ਬਣਾ ਰਹੀਆਂ ਨੇ ਉੱਥੋਂ ਲੈ ਆਉਣਾ, ਅਤੇ ਉਹ ਇੱਕ ਇਹੋ ਜਿਹੀ ਸਾਖੀ ਆਉਂਦੀ ਹੈ, ਇੱਕ ਕੋਈ ਥਾਂ 'ਤੇ ਕੋਈ ਇਹੋ ਜਿਹਾ ਚੋਰ ਸੀ ਗੁਰੂ ਨਾਨਕ ਜੀ ਦੇ ਸਮੇਂ, ਗੁਰੂ ਦਾ ਸਿੱਖ ਬਣਿਆ ਸੀ, ਅਤੇ ਉਹ ਕਿਤੇ ਗਿਆ ਚੋਰੀ ਕਰਨ, ਤਾਂ ਮਾਈ ਪਾਣੀ ਵਾਲੀ ਜਾਂਦੀ ਹੈ, ਬੱਚੇ ਰੋ ਰਹੇ ਨੇ, ਕੱਲ੍ਹ ਵੀ ਭੁੱਖੇ, ਪਰਸੋਂ ਵੀ ਕੁਛ ਨਹੀਂ ਮਿਲਿਆ। ਚੋਰ ਦੇ ਮਨ 'ਚ ਦਇਆ ਆਈ, ਉਹ ਇੱਥੋਂ ਮੈਂ ਕੀ ਲੈਣਾ, ਸਗੋਂ ਮਦਦ ਕਰਾਂ। ਪਿੰਡ ਵਿੱਚ ਵਿਆਹ ਸੀ, ਉਹ ਮੇਲ ਵਾਲਿਆਂ ਵਿੱਚ ਬੈਠਾ, ਕਿੱਥੋਂ ਜਾਣ ਜਾ ਰਹੀ ਹੈ, ਮੁੰਡੇ ਦਾ ਕੀ ਨਾਂ ਹੈ, ਪਿਓ ਦਾ ਕੀ ਨਾਂ ਹੈ, ਇਹ ਯਾਦ ਕੀ ਹੈ, ਕੀ ਜ਼ਮੀਨ ਦੀ। ਉਹਨੇ ਸੋਚਿਆ ਵੀ ਹੋਣਾ ਕੋਈ ਬਰਾਤ ਵਾਲਾ, ਸਭ ਦੱਸਿਆ, ਤਾਂ ਉੱਥੋਂ ਪੁੱਛ ਕੇ ਬਰਾਤ ਵਿੱਚ ਚਲਾ ਗਿਆ। ਅਤੇ ਹਾਂ ਮੈਂ ਜਾਣਨਾ ਅਮਕੇ ਨੂੰ, ਟਿਮਕੇ ਨੂੰ, ਇੱਧਰ ਜੀ ਉੱਧਰ, ਉਹ ਵਾਕਫ ਜਿਹਾ ਬਣ ਗਿਆ, ਉਹ ਕਹਿਣ ਉਹਨਾਂ ਦਾ, ਉਹ ਕਹਿਣ ਉਹਨਾਂ ਦਾ। ਉਦੋਂ ਅੱਜ ਕੱਲ੍ਹ ਵਰਗੀਆਂ ਗੱਲਾਂ ਨਹੀਂ ਸੀ, ਉਦੋਂ ਹੇਠਾਂ ਬੈਠ ਕੇ ਲੰਗਰ ਛਕਦੇ ਹੁੰਦੇ, ਤੱਪੜੀਆਂ ਵਿਛਾਈਆਂ ਹੁੰਦੀਆਂ, ਸ਼ੱਕਰ ਚੌਲ ਘਿਓ ਇਹੋ ਜਿਹਾ ਕੁਛ ਹੁੰਦਾ। ਤਾਂ ਉਹ ਸ਼ੱਕਰ ਭਰੇ ਅਤੇ ਗੁਆਂਢੀਆਂ ਮਾਈ ਵੱਲ, ਇਸੇ ਤਰ੍ਹਾਂ ਜੋ ਹੱਥ ਲੱਗੇ, ਕੱਚੀ ਰਸਤ, ਪੱਕੀ ਰਸਤ, ਮਿਠਿਆਈਆਂ ਢੇਰ ਲਾਈ ਜਾਏ ਮਾਈ ਵੱਲ, ਮਾਈ ਸੀਸਾਂ ਦਿੰਦੀ ਜਿਮੀਂਦਾਰ ਹੈ, ਬਸ ਉਹ ਚਲਾ ਗਿਆ। ਤਾਂ ਜਦੋਂ ਕਿਸੇ ਮਹਾਂਪੁਰਸ਼ਾਂ ਨੂੰ ਮਿਲਿਆ, ਬੜੀ ਲੰਮੀ ਗੱਲ ਹੈ, ਕਹਿੰਦੇ ਰੱਬ ਤੇਰੇ 'ਤੇ ਖੁਸ਼ ਹੋ ਗਿਆ, ਗਰੀਬ ਦੀ ਮਦਦ। ਤਾਂ ਬਾਬਾ ਬਿਧੀ ਚੰਦ, ਚੋਰੀ ਉਹ ਹੁੰਦੀ ਹੈ ਘਰ ਲਿਆਉਂਦੀ ਜਾਏ, ਹਾਂ ਸਰਕਾਰ ਵੱਡਿਆਂ ਵੱਡਿਆਂ ਦਾ ਧਨ ਛੋਟਿਆਂ ਨੂੰ ਦੇਈ ਜਾਂਦੇ, ਫਿਰ ਤਾਂ ਸਾਰੇ ਹੀ ਚੋਰ ਨੇ, ਵਿਚਾਰ ਕਰਕੇ ਦੇਖੀਏ। ਤਾਂ ਉਹ ਲਿਆਉਣਾ, ਗਰੀਬਾਂ ਨੂੰ ਵੰਡ ਦੇਣਾ, ਘਰ ਨਹੀਂ ਸੀ ਕਦੇ ਲਿਆਂਦਾ। ਤਾਂ ਕਹਿਣ ਲੱਗ ਗਈ ਇਉਂ ਕਰਦਾ ਹੈ, ਇਉਂ ਕਰਦਾ ਹੈ। ਹੁਣ ਅਰਦਲੀਆ ਜੀ ਖੜ੍ਹੇ ਹੋ ਗਏ, ਖੜ੍ਹੇ ਖੜ੍ਹੇ ਨਜ਼ਰ ਹੀ ਨਹੀਂ ਆਏ,
अंतर ध्यान जिहड़ा सेवक रोटी लिआउंदा उत्थे ना गुरद्वारा बणिआ होइआ अरदलिया जी दी यादगार मैं देखिआ होइआ पंजाब विच गए सी नेड़े ही थोड़ी दूर खूह भी है तो वह भी आ गया वो लीक जिहड़ी गोल सी उहदे विच खलो गिआ कहिंदा ऐ महापुरशो जिथे तुसी गए हो मैनू भी लै जाओ मैं गुड़िया ब्याह लई है खलोते खलोते नज़र ही नहीं आए वह भी अरदिया दरगाह विच चले गए। सो ये लोग तत्तां विच तत्त मिला के अगे तो सूक्ष्म रूह ही जाती है पर असी लोग संस्कार करते हैं फिर मिट्टी च मिट्टी पानी च पानी हवा च हवा आकाश अगे ही परिपूर्ण ये शक्तियां तो कम लै लेंदे ने। सो इसी तरह धन्ना जी अंतर ध्यान हुए सी शरीर नहीं छड्या और भी बहुत सारे महापुरुष इस तरह ही हैं। भगत नामदेव जी रह रहे ने ते उत्थों दे जिहड़े लोग ने अवमानी लोग हंकारी लोग बड़ी ईरखा करदे भगत है छीबा है नीवी जात दा है असीं ब्राह्मण हाँ अमके हाँ टिमके हाँ इहदी बड़ी महिमा ईरखा करदे पर पेश नहीं जांदे तो भला करते नाम जपते पाते और कुछ नहीं पंडिया चाहिए सी पैसा तो मंदिर ते कब्जा किया देखते चलो इतनी आमदन ठीक है इतने कब्जा करो तो इस करके उत्तों तो शब्द भी पढ़ते ने हंकारी सत्संग भी करते ने विचों निशाना जोड़ा है वह होर है सर्प कुंज छड़ा बिख नहीं छड़ा सप जोड़ा है कुंज छड़ देंदा जहर नहीं छड़ा उदक में जैसे भग ध्यान मंडा काहे की चै ध्यान जपना जब ते सूद नहीं मन अपना सिंह च भोजन जो नर जाना तैसे ही ठग दियो बखाना है। गुरु ग्रंथ साहब जी आखते ने सिंह च एक जानवर होंदा घुग्गी चिट्टा तो वह जंगलों च होंदा वह बोलता है सहज कर सहज कर सहज कर शिकारी लोग देख लेंदे ने भी जिथे ये बोले एक मील के अंदर अंदर शेर जरूर होंदा जिवें तित्तर नहीं बोलदे सुभान तेरी कुदरत तो जंगलों च फिरन वाले बोलियां तो अनुमान कित्थे कौन है सब पता होंदा इन्हें तो वह चलाक इन्ना है बोली देखो कितनी वधिया सहज कर सहज कर सहज कर तीन बारी बोलता जंगलों च होंदा चलाक इन्ना है जदों शेर मूँह खोलता अबासी उहदियां दाणां चों मास कढ के लै के खा लैंदा सिंघ च भोजन जोरनर जाना है तैसे ही ठग दिओ बखाना है। सो महाराज दसदे ने भी कुछ लोग इहो जिही बोली बड़ी मिठी हुंदी सहज कर सहज कर सहज कर शेर दियां दाणां चों मास कढ़न वाले इहो जिहे पंडे इकट्ठे होए ने मंदर विच तो शब्द भी पढ़दे ने बोली बड़ी इहो जिही है निशाना कुछ गलत है रामण सैन पियो रे दगरा नामे के स्वामी लाए ले चगरा तो नामदेव जी भी आ गया उन्हें कहा भजन गाए जा रहे सत्संग हो रहा भाई सत्संग पता नहीं किनियां गुरुहां मंग रही ने प्रसाद सिंह मिलता नहीं तदे गुरु जी कहते श्री सुखमनी साहब कई कोट मांगे सत्संग करोड़ा मंग रहे ने कादे वास्ते साडा भला हो जाए पुन बन जाए तो अगे परलोक विच सानू सुख मिल जाए। पिछले युगों विच सतयुग विच सत्यावादी लोग होंदे बड़ी तपस्या त्रेते विच जग मशहूर होंदे पर जग भी सत्संग जिहड़े राक्षस लोग सी वह कर नहीं देंदे वह हड्डियां सुट देंदे ने जग नहीं सिरे चढ़न देना डंगरां दियां जानवरां दियां हाँ गुरु का लंगर तैयार होए है सियाने लोग तो लंगर कोल बैठे रहिंदे ने भी ओ राक्षसां वांगू हुण भी ना कोई भंगणा पा जाए तो हड्डी कोई सुट देवे कोई खा लेगा मतलब ही नहीं तो यूं जग इस करके सिरे नहीं सी चढ़न देंदे राक्षस लोग कि इन्हां दा भला ना हो जाए साडे वांगू इह वी राक्षस बण मतलब भूतनियां वाली बिरती ते ए, ए जी देवत्या नाल लड़दे ही रहते ये साढ़े तो चंगे क्यों
ਮਨਮੁਖ ਹਮੇਸ਼ਾ ਈਰਖਾ ਕਰਦਾ ਗੁਰਮੁਖ ਨਾਲ, ਅਤੇ ਇਸੇ ਤਰ੍ਹਾਂ ਜੱਗ ਨਹੀਂ ਸੀ ਕਰਨ ਦਿੰਦੇ। ਹੁਣ ਵੀ ਹੈ, ਕਿਤੇ ਕਿਤੇ ਤਾਂ ਠੀਕ ਹੈ, ਕਿਤੇ ਕਿਤੇ ਸਾਧ ਸੰਗਤ ਹੋਵੇ ਤਾਂ ਕੋਈ ਨਾ ਕੋਈ ਬੰਦਾ ਪੰਗਾ ਪਾਉਂਦਾ ਹੀ ਹੈ। ਰਾਕਸ਼ ਬੁੱਧੀ ਵਾਲਾ, ਕੀਰਤਨ ਨਹੀਂ ਹੋਣਾ ਚਾਹੀਦਾ, ਕਥਾ ਨਹੀਂ ਹੋਣੀ ਚਾਹੀਦੀ, ਭਜਨ ਪਾਠ ਨਹੀਂ ਹੋਣਾ ਚਾਹੀਦਾ, ਠੇਕਾ ਖੋਲ੍ਹਣਾ ਚਾਹੀਦਾ ਬਸ। ਤੋ ਇਹ ਸੁਭਾਅ ਹੈ ਪਿਛਲੇ ਯੁੱਗਾਂ ਤੋਂ ਚੁਲਿਆ ਹੁੰਦਾ ਹੈ। ਇਹ ਦੋਵੇਂ ਹੀ ਲਿਵਤਾ ਤੁਰੇ ਹੀ ਆਉਂਦੇ ਨੇ, ਇਸੇ ਤਰ੍ਹਾਂ ਚੱਲਦਾ ਰਹਿਣਾ। ਤਾਂ ਉਹ ਜੋ ਪੰਡੇ ਸ਼ਬਦ ਪੜ੍ਹਦੇ ਸੀ, ਨਾਮਦੇਵ ਜੀ ਵੀ ਆ ਗਏ। ਹੁਣ ਧਿਆਨ ਤਾਂ ਸਿਮਰਨ ਵਿੱਚ ਹੈ, ਬੰਦਗੀ ਵਿੱਚ ਹੈ। ਉਹਨਾਂ ਨੇ ਉਹ ਚੌੜੇ ਵਿੱਚੋਂ ਕੱਢੀਆਂ, ਜਿੱਥੇ ਉਹ ਕੈਂਸੀਆਂ ਕੱਢਣੀਆਂ ਸੀ, ਉਹ ਖੜਤਾਲਾਂ ਅੱਜ ਕੱਲ੍ਹ ਕਹਿ ਦਿੰਦੇ ਨੇ। ਲੱਕੜ ਦੀਆਂ ਘੁੰਗਰੂ ਲੱਗੇ ਉਹਨੂੰ ਖੜਤਾਲਾਂ ਕਹਿ ਦਿੰਦੇ। ਸੰਤ ਅਤਰ ਸਿੰਘ ਮਹਾਰਾਜ ਜੀ ਹੋਏ ਨੇ ਮਹਾਂਪੁਰਸ਼, ਸੰਭੜੇ ਵਾਲ ਵਾਲੇ ਸੰਤ ਅਤਰ ਸਿੰਘ। ਉਹ ਵਜਾਉਂਦੇ ਹੁੰਦੇ ਸੀ ਬੜੀਆਂ, ਮੈਨੂੰ ਤਾਂ ਪਤਾ ਹੈ, ਸਾਡੇ ਬਜ਼ੁਰਗ ਉਹਨਾਂ ਦੇ ਨਾਲ 6 ਮਹੀਨੇ ਰਹੇ ਨੇ, ਚਿਮਟਾ ਹੀ ਉਹਨਾਂ ਤੋਂ ਸਿੱਖਿਆ ਸੀ। ਉਹਨਾਂ ਦਾ ਕਾਨੂੰਵਾਲ ਦੇ ਨੇੜੇ ਸੰਸਕਾਰ ਹੋਇਆ। ਉਹ ਦੌੜੇ ਜਾਂਦੇ, ਕੰਧ 'ਤੇ ਚੜ੍ਹ ਜਾਂਦੇ, ਡਿੱਗ ਜਾਂਦੇ, ਚੜ੍ਹ ਜਾਂਦੇ। ਤੋ ਨਾਮ ਦੀਆਂ ਬਰਕਤਾਂ ਸੀ ਇਹ ਜਿਹੇ ਲੋਕ ਤਾਂ ਵੈਸੇ ਲਕਸ਼ਮੀ ਦਾਸ ਮਹਾਰਾਜ ਵਾਂਗੂ ਚਲੇ ਜਾਣ, ਭਾਵੇਂ ਸਿੱਧੇ ਹੀ ਅੱਗੇ ਬੇਨਤੀ ਕੀਤੀ, ਬੜੀਆਂ ਬੜੀਆਂ ਬਖਸ਼ਾਂ ਨਾਮ ਵਿੱਚ। ਤੋ ਉਹ ਖੜਤਾਲਾਂ ਘੁੰਗਰੂ ਲੱਕੜ ਦੀਆਂ ਉਹ ਵਜਾ ਕੇ ਭਗਤ ਜੀ ਸ਼ਬਦ ਪੜ੍ਹਦੇ ਹੁੰਦੇ ਨਾਮਦੇਵ ਜੀ। ਤੋ ਬਜਾਏ ਇੱਕ ਝੋਲਾ ਇੱਧਰ ਪਾਇਆ ਮੋਢੇ ਨੂੰ, ਇੱਕ ਇੱਧਰ ਪਾਇਆ, ਯਾਨੀ ਇੱਕ ਵਿੱਚ ਤਾਂ ਖੜਾਵਾਂ ਪਾਈਆਂ, ਇੱਕ 'ਚ ਉਹ ਬਾਹਰ ਲਾਉਣ ਦਾ ਚੇਤਾ ਹੀ ਨਹੀਂ ਆ ਰਿਹਾ ਵੀ ਚਲੋ ਜੋੜਾ ਲਾ ਦੀਏ, ਮੰਦਰ ਹੈ ਪ੍ਰਭੂ ਦਾ, ਕਦੇ ਨਹੀਂ ਸੀ ਇਸ ਤਰ੍ਹਾਂ ਹੋਇਆ। ਤੋ ਉਹ ਹੱਥ ਉੱਧਰ ਮਾਰਿਆ, ਉਹ ਖੜਾਵਾਂ ਨਿਕਲ ਆਈਆਂ, ਤੋ ਉਸੇ ਮਸਤੀ ਵਿੱਚ ਖੜਕਾਈ ਜਾਂਦੇ ਨੇ। ਉਹ ਕਹਿੰਦੇ ਫੜੋ ਇਹਨੂੰ, ਛੀਂਬੇ ਨੂੰ। ਉਹ ਇਹ ਜੁੱਤੀਆਂ ਲਾਇਆ ਅੱਗੇ ਹੋਏ, ਵਜਾਉਣ ਲੱਗ ਪਿਆ ਹੋਏ, ਇੱਥੇ ਤਾਂ ਖੜਤਾਲਾਂ ਵੱਜਦੀਆਂ, ਉਹਨੂੰ ਪਤਾ ਹੀ ਨਹੀਂ ਮੈਂ ਕੀ ਵਿਚਾਰਿਆ। ਇਹ ਜੀ ਧਿਆਨ ਜੁੜਿਆ ਹੋਇਆ, ਪਰਮੇਸ਼ਰ ਹੀ ਦਿਸਦਾ ਬਸ, ਹੋਰ ਕੁਛ। ਧੱਕੇ ਧੁੱਕੇ ਮਾਰੇ, ਬਾਹਰ ਕੱਢਿਆ, ਤਾਂ ਮੰਦਰ ਦੇ ਪਿਛਲੇ ਬੰਨੇ ਚਲੇ ਗਏ। ਉਹਦੀ ਕੀ ਗਲਤੀ, ਉਹਨੂੰ ਪਤਾ ਹੀ ਨਹੀਂ ਸੀ ਜਾਣ। ਆਪਾਂ ਹੁਣ ਪਾਠ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਜੇ ਜਾਣ ਕੇ ਗੁਰਬਾਣੀ ਗਲਤ ਪੜ੍ਹੀਏ ਤਾਂ ਬੜੀ ਸਖਤ ਸਜ਼ਾ ਮਿਲੇਗੀ, ਗੁਰੂ ਦੇਵੇਗਾ। ਆਪਣੇ ਵੱਲੋਂ ਠੀਕ ਪੜ੍ਹੀ ਜਾਈ, ਭੁਲੇਖੇ ਵਿੱਚ ਗਲਤੀ ਹੋ ਜਾਏ, ਗੁਰੂ ਕੋਈ ਸਜ਼ਾ ਨਹੀਂ ਦੇਵੇਗਾ। ਕਿਉਂ? ਗੁਰੂ ਅੰਤਰਜਾਮੀ ਹੈ। ਸਾਰੇ ਬੋਲਿਆ ਕਰੋ, ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ, 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 ਸਰਦਾ ਮਨ ਕੀ ਪੂਰੇ। ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ, ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ, ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ, ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ। ਸਰਦਾ ਮਨ ਕੀ ਪੂਰੇ, ਸਰਦਾ ਮਨ ਕੀ ਪੂਰੇ, ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ।
दुख विधाते सरदा मन की पूरे अंतर जामी पुरख विधाते सरदा मन की पूरे जानी पुरख विधाते सरदा मन की पूरे इस तरह परमेश्वर जो है गुरु जो है वाहेगुरु जो है अंतरजामी है अंदरों जानता है। सतगुरु नानक देव जी महाराज के चरणों में माई आई उम्र होनी 95-100 साल हूँ तो कोई विरला ही होंगे 100 साल का कह देंगे ने कलयुग 100 साल समा लंघता जा रहा शहरों बाजार पिंड एक्सीडेंटा च हस्पतालों देखो रोज दुनिया मरती पुछो 100 साल के हो गए तो छोटिया उम्र के बेअंत जा रहे कोई होना लखा चो एक अद्धा बस 100 साल का आम तो ही हस्पताल देखी जिते 100-100 मुर्दा रोज निकलता हो गए 100 साल ने मैं तो पता मैं पीजी देखे से एक दिन 100 लाश निकली कि हो गए 100 साल कि होना बिरला कि मन चो वहम कढ़ दो कि आप 100 साल रहना है हुक्म वाटाटे का है कोई पता नहीं तो वह माई 100 साल दी गुरु महाराज को आई कहती सच्चे पातशाह मैं तेरे ते कृपा कर देंगी सच्चे पातशाह मैं तेनू नरक च नहीं जान देंगी सच्चे पातशाह मैं तेरे ते मेहर सदा ही रखांगी। मरदाना थोड़ा गुस्से ना देखता है माई की कर दी है कृपा करना ही है रब ते कराउण आई है यह जे बचन बोल के बैठ गए मैं सदा तेरे सिर ते मेहर भरे हाथ रखांगी। बेनती की थी गरीब नवाज हाँ माई है ये की बोलिया इन्हें ये रब तो भी बड़ी हो गई गुरु जी के मरदाना ये जो कुछ बोलिया इन पलट दे ये उम्र होगी 100 साल जबान लड़खड़ा होंगी है असी आवाज अंदर दी फड़दे हैं मरदानिया जबान दी नहीं फड़दे वो अंदरों कह रही है सच्चे पातशाह मेरे सिर ते सदा कृपा रूपी हाथ रखियो ते मुँह तो निकलता भी तेरे ते रखो कह रही सच्चे पातशाह मैं नरकां च ना जान दे कदे भी ते कहती तुहानू नहीं जान देना तो गुस्सा ना कर रंज ना कर ये माई बड़े मन साफ वाली है असी अंदर दी आवाज मरदानिया देखते हैं जे बाहरों पुल चुक बोलते पीप खरे हर पास जे बारों पुल चुक बोलते जी खरे हर पाड़े हर संसार नूर ये बारों पुल चुक बोलते देखा यार पाड़े संता नू होर थाओ नहीं संता नू होर थाओ नहीं हर मान निवाने जन नानक नाम निवाने जानते हैं ये की आखद है मन करके की बोलता है। एक होंगी है चलाकी
एक ही लड़का नवा नवा महात्मा बन गया, चलाक बड़ा, होशियार बड़ा, तो शहरों बाहर जाके राजे की राजधानी से उत्थे नेड़े ही झोंपड़ी बना ली। लोग आ रहे हैं देख, माला है, खड़ावा है, पेश है भाई संतां वाला। जी बिख्या सगली तजी लियो पेख बैराग, कह नानक सुमरे मना ते नर माथे पाग। कोई लखा चो एक बरागी, और ये नकल पूरी बनाई हुई है बरागियां त्यागियां वाली। कोई आंदा फल लै गए ओ मारदा भगा, पैसा टका जो हाथ नहीं लाउंदा, बड़ा त्यागी है। राजा कह रहा है मैं जाना, ਇਹ ਜੀ ਮਹਾਂਪੁਰਸ਼ਾਂ ਤੋਂ ਕੋਈ ਆਸ਼ੀਰਵਾਦ ਵਿਘਨਾਂ ਦਾ ਨਾਸ ਹੋਵੇ, ਚਲੀਏ। ਰਾਣੀ ਕਹਿੰਦੀ ਨਹੀਂ ਤੁਸੀਂ ਨਾ ਜਾਓ, ਪਹਿਲਾਂ ਮੈਂ ਜਾਂਦੀ। ਇਹ ਲੋਕ ਬੜੇ ਸਿਆਣੇ ਸਮਝਦਾਰ ਹੁੰਦੇ, ਜੇ ਰਾਜਾ ਹੀ ਗਿਆ ਤਾਂ ਪਬਲਿਕ ਸਾਰੀ ਚੱਲ ਪਏਗੀ। ਇਹ ਕੋਈ ਹੋਣਾ ਇਹ ਜਿਹਾ ਭਾਈ ਕਰਨੀ ਵਾਲਾ, ਤਦੇ ਹੀ ਰਾਜੇ ਜਾ ਮੱਥਾ ਟੇਕਿਆ। ਤੋ ਰਾਣੀ ਚਲੀ ਗਈ, ਮਠਿਆਈ ਰੱਖੀ, ਉਹ ਵਗਾ ਵਗਾ ਮਾਰੇ। ਤੋ ਕੋਈ ਚੀਜ਼ ਇਹ ਜੀ ਨੇੜੇ ਨਾ ਆਉਣ ਦੇਵੇ। ਉਹਨੂੰ ਦੇਖਿਆ ਵਸਤਰ ਵੀ ਨਹੀਂ ਪਾਏ ਹੋਏ, ਰਾਣੀ ਦੇਖ ਕੇ ਹੈਰਾਨ ਹੋ ਗਈ। ਤਾਂ ਫਿਰ ਵੀ ਉਹਨਾਂ ਨੇ ਲੱਡੂ ਜਿਹੜੇ ਸੀ ਰਾਣੀ ਦੇ ਕੋਲ ਅੱਛੇ ਅੱਛੇ ਇਹ ਖਾਓ ਪਏ ਜੀ, ਜ਼ਰੂਰ ਸਾਡੀ ਸੇਵਾ ਕਿਵੇਂ ਲੱਗੇਗੀ, ਭਾਵੇਂ ਇੱਕ ਹੀ ਖਾਓ ਬਸ। ਉਹ ਖਾ ਰਿਹਾ ਹੈ, ਹੁਣ ਉਹ ਨਕਲੀ ਮਹਾਤਮਾ ਦੀ ਚਲਾਕੀ ਲੱਗੀ ਪ੍ਰਗਟ ਹੋਣ। ਪਟੋਸੀ ਮਾਰੀ, ਰਾਣੀ ਦੀ ਗੋਦ 'ਚ ਬੈਠ ਗਿਆ। ਉਹ ਕਹਿੰਦੇ ਕੋਈ ਨਹੀਂ ਬੈਠੋ, ਬੱਚਿਆਂ ਵਰਗਾ ਅਸੀਂ ਰਾਜੇ ਲੋਕ, ਰਾਜੇ ਦੇ ਤਾਂ ਵੈਸੀ ਪਬਲਿਕ ਬੱਚੇ ਹੀ ਹੁੰਦੀ। ਤੋ ਲੈਟਰਨ ਕਰ ਦਿੱਤੀ, ਰਾਣੀ ਦੇ ਵਸਤਰ ਬੜੇ ਚੰਗੇ ਹੁੰਦੇ। ਉਹਨੇ ਉਹ ਵਿਸ਼ਟੇ ਦੇ ਵਿੱਚ ਲਪੇੜਿਆ ਲੱਡੂ, ਤੋ ਨਕਲੀ ਮਹਾਤਮਾ ਦੇ ਮੂੰਹ 'ਚ ਪਾਉਣ ਲੱਗੀ। ਉਹਨੇ ਪਰਾਂ ਸੁੱਟ ਦਿੱਤਾ ਹੱਥ ਨਾਲ, ਵੀ ਗੰਦ ਨੂੰ ਲੱਗਿਆ ਹੋਇਆ, ਦੋ ਵਾਰੀਆਂ 'ਚ ਪੀਣਾ। ਤੋ ਫੌਜ ਨਾਲ ਹੁੰਦੀ ਹੈ, ਉਹਨਾਂ ਨੂੰ ਕਿਹਾ ਫੜੋ, ਹੱਥਾਂ ਨੂੰ ਹੱਥ ਕੜੀਆਂ, ਪੈਰਾਂ ਨੂੰ ਬੇੜੀਆਂ, ਇਸ ਮਹਾਤਮਾ ਨੂੰ ਸੰਗਲਾਂ ਨਾਲ ਬੰਨ੍ਹ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਏ ਬਸ। ਹੁਣ ਉਹਨੂੰ ਜੇਲ੍ਹ 'ਚ ਲਈ ਜਾਂਦੇ ਨੇ, ਸੁੱਟ ਦਿੱਤਾ। ਪੁੱਛਿਆ ਮੇਰੀ ਗਲਤੀ, ਗਲਤੀ ਤਾਂ ਕਹਿੰਦੇ ਰਾਣੀ ਦੱਸੇਗੀ, ਫਿਰ ਵੀ ਪੁੱਛੋ ਮੇਰੀ ਭੁੱਲ ਮੇਰੇ ਕੋਲ ਕੀ ਹੋਈ। ਤੋ ਰਾਜਿਆਂ ਨਾਲ ਗੱਲ ਕਰਨੀ ਕਿਹੜੀ ਸੌਖੀ। ਉਹ ਪੁੱਛਿਆ ਕਿਸੇ ਨੇ, ਮਾਤਾ ਜੀ ਵੀ ਭੁੱਲ ਕੀ ਹੋਈ, ਮਹਾਤਮਾ ਬੜਾ ਚੰਗਾ, ਜੇਲ੍ਹ ਵਿੱਚ ਸੁੱਟ ਦਿੱਤਾ, ਦੋ ਅੱਖਰ ਹੀ ਬੋਲੇ ਤੁਸੀਂ, ਹੋਰ ਇਹਨਾਂ ਨੇ ਕੀ ਕਰਨਾ ਹੁੰਦਾ। ਕਹਿੰਦੀ ਦੇਖੋ ਉਹਨੂੰ ਇਹ ਕਹਿ ਦਿਉ ਮੂਰਖ ਨੂੰ, ਉਹਨੂੰ ਇਹ ਪਤਾ ਹੈ ਕਿ ਲੱਡੂ ਦੇ ਨਾਲ ਗੰਦ ਲੱਗਾ ਹੈ, ਉਹਨੂੰ ਇਹ ਪਤਾ ਹੈ ਕਿ ਮੇਰੀ ਗੋਦੀ 'ਚ ਕਿਤੇ ਲੈਟਰਨ ਬਾਥਰੂਮ ਬਣਿਆ ਪਿਆ, ਇਹ ਨਹੀਂ ਪਤਾ ਮੈਂ ਕੌਣ। ਇਸ ਕਰਕੇ ਇਹ ਸਜ਼ਾ ਦਾ ਹੱਕਦਾਰ ਹੈ, ਇਹ ਚਲਾਕ। ਇੱਕ ਪਿੰਡ ਹੁੰਦਾ ਸੀ, ਉੱਥੇ ਇੱਕ ਮਾਈ, ਉਹ ਜਿਹੜੇ ਘਰ ਜਾਵੇ ਹੌਲੀ ਹੌਲੀ ਕਿਸੇ ਦੀ ਗਲਾਸ ਚੁੱਕ ਲਿਆਵੇ, ਕਿਸੇ ਦੀ ਕੌਲੀ ਚੁੱਕ ਲਿਆਵੇ, ਉਹੀਓ ਘਰ। ਤਾਂ ਪਿੰਡ ਵਿੱਚ ਬੜੇ ਸਿਆਣੇ ਵੀ ਹੁੰਦੇ ਨੇ, ਪੰਚਾਇਤ ਸਾਰਾ ਪਿੰਡ ਇਕੱਠਾ, ਕਹਿੰਦੇ ਦੇਖੋ ਇਹ ਮੁੰਡਿਓ, ਤੁਹਾਡੀ ਦਾਦੀ ਸਾਡੇ ਘਰਾਂ 'ਚੋਂ ਭਾਂਡੇ ਚੁੱਕ ਲਿਆਉਂਦੀ ਹੈ। ਉਹ ਕਹਿੰਦੀ ਸਿਆਣੀ ਉਮਰ ਦੀ ਹੈ, ਦਿਮਾਗ ਇਹਦਾ ਕੰਮ ਨਹੀਂ ਕਰਦਾ, ਤੁਸੀਂ ਪੰਚਾਇਤੀ ਇਕੱਠੇ ਹੋ ਕੇ ਕੀ ਆਖ ਸਕਦੇ ਹੋ। ਨਹੀਂ ਕਹਿੰਦੇ ਕਿਉਂ ਚੁੱਕਦੀ ਹੈ। ਤੋ ਸਿਆਣੇ ਸਿਆਣੇ ਹੁੰਦੇ ਨੇ ਇਲਾਕੇ ਵਿੱਚ, ਫਲਾਣਾ ਫੈਸਲਾ ਕਰੇਗਾ ਭਾਈ, ਉਹਨੇ ਬੜੀਆਂ ਪੰਚਾਇਤਾਂ ਨਿਭੇਣੀਆਂ, ਤਜਰਬਾ ਵੀ ਹੋ ਜਾਂਦਾ। ਉਹ ਆ ਗਿਆ, ਕਹਿੰਦੇ ਨਗਰ ਵਾਲੇ ਉਹ ਗੱਲ ਕੀ ਹੈ। ਕਹਿੰਦੇ ਦੇਖੋ ਲੰਬੜਦਾਰ ਜੀ, ਆਹ ਮਾਈ ਹੈ, ਉਮਰ ਹੈ 90 ਸਾਲ ਦੀ, ਹੱਥ 'ਚ ਕੁੰਡੀ ਰੱਖਦੀ, ਕਦੀ ਕਿਸੇ ਦੇ ਘਰ ਆਉਂਦੀ ਗਲਾਸ, ਕਦੀ ਥਾਲੀ, ਕਦੀ ਕੌਲੀ ਚੁੱਕ ਲਿਆਉਂਦੀ, ਆਪਣੇ ਘਰ ਇਕੱਠੇ ਕਰੀ ਜਾਂਦੀ। ਤੋ ਅਸੀਂ ਪੰਚਾਇਤ ਫੈਸਲਾ ਦੱਸੋ ਕੀ ਹੋਣਾ ਚਾਹੀਦਾ। ਇਹ ਕਹਿੰਦੇ ਬੁੱਢੜੀ ਹੈ, ਇਹਦਾ ਦਿਮਾਗ ਨਹੀਂ ਕੰਮ ਕਰਦਾ, ਇਹਨੂੰ ਹੋਸ਼ ਕੋਈ ਨਹੀਂ ਹੈ। ਉਹ ਕਹਿੰਦੇ ਮਾਈ ਚਲਾਕ ਹੈ, ਇਹ ਫੈਸਲਾ ਹੈ। ਕਿਉਂ?
ਕਹਿੰਦੇ ਜੀ ਦਿਮਾਗ ਕੰਮ ਨਹੀਂ ਕਰਦੇ ਤਾਂ ਆਪਣੇ ਘਰੋਂ ਭਾਂਡੇ ਲੋਕਾਂ ਦੇ ਘਰ ਸੁੱਟ ਆਵੇ ਨਾ, ਕਦੀ ਕੌਲੀ ਕਿਸੇ ਦੇ ਘਰ ਲੈ ਜਾਏ, ਕਦੀ ਗਲਾਸ ਕਿਸੇ ਦੇ ਘਰ ਸੁੱਟ ਆਵੇ, ਇਹ ਆਪਣੇ ਘਰ ਨੂੰ ਛਦੈਣ, ਇਹ ਤਾਂ ਚਲਾਕ ਹੈ ਬੜੀ। ਤਾਂ ਪਾਬੰਦੀ ਲੱਗ ਗਈ, ਮਾਈ ਕਿਸੇ ਦੇ ਘਰ ਨਹੀਂ ਜਾ ਸਕਦੀ। ਤਾਂ ਇੱਕ ਚਲਾਕੀ ਹੁੰਦੀ ਹੈ ਹੁਸ਼ਿਆਰੀ ਨਾਲ, ਵਾਹਿਗੁਰੂ ਅੰਤਰਜਾਮੀ ਹੈ, ਉਹ ਸਭ ਜਾਣਦਾ ਹੈ। ਜਾਣ ਬੁੱਝ ਕੇ ਨਾਮਦੇਵ ਨੇ ਤਾਂ ਪਤਾ ਹੀ ਨਹੀਂ, ਸਿਮਰਨ ਦੀਆਂ ਭੂਮਿਕਾ ਹੀ ਐਸੀਆਂ ਹੁੰਦੀਆਂ। ਪੰਜਵੀਂ ਭੂਮਿਕਾ ਤੱਕ ਕਥਾ ਕੀਰਤਨ ਵਿਚਾਰਾਂ ਹੋ ਸਕਦੀਆਂ, ਛੇਵੀਂ ਵੀ ਚਲਾ ਗਿਆ ਬਸ ਛੁੱਟੀ, 15 ਦਿਨ 20 ਦਿਨ ਮਹੀਨਾ, ਨਾ ਰੋਟੀ ਮੰਗਣੀ ਨਾ ਪਾਣੀ ਪਿਆ, ਕਿਸੇ ਨੇ ਮੂੰਹ ਵਿੱਚ ਪਾ ਦਿੱਤਾ ਠੀਕ ਹੈ, ਨਹੀਂ ਤਾਂ ਉਹ ਵੀ ਨਹੀਂ, ਕੋਈ ਸ਼ੁੱਧ ਬੁੱਧ ਜੀ ਨਹੀਂ ਲੱਗਦੀ। 7ਵੀਂ ਵਿੱਚ ਇਹ ਲੋਕ ਸਰੀਰ ਛੱਡ ਹੀ ਜਾਂਦੇ ਨੇ। ਤਾਂ ਇਸ ਤਰ੍ਹਾਂ ਇਹ ਹੁੰਦੀਆਂ ਬੜੀਆਂ ਬੜੀਆਂ ਮਨਸੂਰ, ਹੋਰ ਬੜੇ ਬੜੇ ਇਹਨਾਂ ਭੂਮਿਕਾ ਵਿੱਚ ਲੰਘੇ, ਬੜੀਆਂ ਉਹਨਾਂ ਦੀਆਂ ਸਾਖੀਆਂ। ਤਾਂ ਨਾਮਦੇਵ ਜੀ ਜਾਣ ਕੇ ਕੋਈ ਗਲਤੀ ਨਹੀਂ ਕੀਤੀ, ਜਾਣਦੇ ਸਨ ਰੱਬ ਦਾ ਮੰਦਰ ਹੈ। ਤਾਂ ਭਜਨ ਹੋ ਰਹੇ ਨੇ ਭਾਵੇਂ ਕਿਸੇ ਜਿਹੇ ਵੀ ਲੋਕ, ਪਰ ਉਹਨਾਂ ਨੇ ਜਾਣ ਬੁੱਝ ਕੇ ਧੱਕੇ ਵੀ ਦਿੱਤੇ, ਧੱਕੇ ਮਾਰੇ, ਕੱਢ ਦਿੱਤਾ ਬਾਹਰ, ਚਲਾ ਜਾ, ਹੁਣ ਰੱਬ ਅੰਤਰਜਾਮੀ ਹੈ, ਪਤਾ ਭਗਤ ਜੀ ਦੀ ਕੋਈ ਗਲਤੀ ਨਹੀਂ। ਫਿਰ ਦੀਆ ਦਿਓਰਾ ਨਾਮੇ ਕੋ ਪੰਡੀਅਨ ਕੋ ਪਿਛਵਾਰੇ ਲਾ, ਉਹ ਮੰਦਰ ਹੀ ਫੇਰ ਦਿੱਤਾ। ਇਹ ਦੇਖਣ ਵਾਸਤੇ ਬੜੇ ਲੋਕ ਆ ਰਹੇ, ਮੰਦਰ ਫਿਰ ਗਿਆ, ਮੂੰਹ ਦੂਜੇ ਬੰਨੇ ਹੋ ਗਿਆ, ਚਲੋ ਦੇਖਦੇ ਹਾਂ। ਭੀੜ ਹੋ ਗਈ ਸੰਗਤਾਂ ਦੀ, ਉੱਥੇ ਇੱਕ ਚੱਕੀ ਸੀ, ਉਹਨੂੰ ਕਹਿੰਦੇ ਚੱਲ ਹੁਣ, ਤੂੰ ਉਹ ਆਪੇ ਹੀ ਚੱਲੀ ਜਾਂਦੀ। 3 ਦਿਨ ਚੱਲੀ ਗਈ, ਕਣਕ ਪਾਈ ਗਈ, ਆਟਾ ਪੀਸੀ ਗਏ, ਤਾਂ ਭੋਜਨ ਤਿਆਰ ਹੁੰਦਾ ਰਿਹਾ ਵੀ ਚਲੋ, ਜਿਹੜੇ ਲੋਕ ਆਉਂਦੇ ਭੁੱਖ ਵੀ ਲੱਗੀ ਹੋਣੀ, ਦੂਰੋਂ ਦੂਰੋਂ ਦੇਖਣ ਆ ਰਹੇ ਨੇ ਮੰਦਰ। ਤਾਂ 3 ਦਿਨ ਬੜਾ ਲੰਗਰ ਚੱਲਿਆ, ਚੱਕੀ ਆਪੇ ਹੀ ਚੱਲੀ ਜਾਵੇ। ਜਿਵੇਂ ਭਗਤ ਕਬੀਰ ਜੀ ਨੇ, ਇੱਕ ਰਾਜਾ ਸੀ ਇਬਰਾਹੀਮ, ਉਹਨੇ ਫੜ ਲਿਆ ਸੰਤਾਂ ਭਗਤਾਂ ਨੂੰ, ਕਹਿੰਦੇ ਸਭ ਪਖੰਡੀ ਤੁਰੇ ਫਿਰਦੇ ਨੇ, ਨਹੀਂ ਬੜੇ ਬੜੇ ਬੰਦਗੀ ਵਾਲੇ ਵੀ। ਤਾਂ ਕਬੀਰ ਜੀ ਸਣੇ ਸੰਤ ਮੰਡਲੀ ਜੇਲ੍ਹ 'ਚ ਬੰਦ, ਚੱਕੀਆਂ ਪੀਸੋ ਮੇਰੀ ਫੌਜ ਦੀਆਂ। ਉਹ ਕਹਿੰਦੇ ਕੋਈ ਨਹੀਂ, ਤਾਂ ਆਪੇ ਚੱਲੀ ਜਾਣੀ ਆ। ਸ਼ਬਦ ਪੜ੍ਹੀ ਜਾਂਦੇ ਨੇ, ਸਨਕ ਸਨੰਦਨ ਤੇਰਾ ਅੰਤ ਨਹੀਂ ਪਾਇਆ, ਵੇਦ ਪੜ੍ਹੇ ਪਰ ਬਰਮੇ ਜਨਮ ਗਵਾਇਆ, ਉਹ ਆਪੇ ਪਈਆਂ ਚੱਲਦੀਆਂ। ਸਤਿਗੁਰੂ ਨਾਨਕ ਦੇਵ ਮਹਾਰਾਜ ਬਾਬਰ ਦੀ ਜੇਲ੍ਹ 'ਚ, ਦੇਖੋ ਰੱਬ ਨੂੰ ਵੀ ਜੇਲ੍ਹ 'ਚ ਬੰਦ ਕਰ ਦਿੱਤਾ, ਪਤਾ ਹੀ ਨਹੀਂ ਸੀ। ਸੋ ਕਹਿੰਦੇ ਮਰਦਾਨਿਆਂ ਰਬਾਬ ਵਜਾਏ, ਕੀਰਤਨ ਹੋ ਰਿਹਾ ਹੈ, ਸਾਰੇ ਹੀ ਬੋਲਿਆ ਕਰੋ। ਤੂੰ ਹੀ ਮੋਹਨਾ, ਤੂੰ ਹੀ ਮੋਹਨਾ, ਆਪੇ ਪਈਆਂ ਚੱਲਦੀਆਂ। ਨੌਕਰਾਂ ਨੇ ਜਾ ਕੇ ਦੱਸਿਆ, ਸਰਕਾਰ ਜਿੱਥੇ ਇੰਨੇ ਲੋਕ ਜੇਲ੍ਹ ਵਿੱਚ ਸੁੱਟੇ, ਉਹਨਾਂ ਵਿੱਚ ਕੋਈ ਰੱਬ ਦਾ ਪਿਆਰਾ ਲੱਗਦਾ, ਚੱਕੀਆਂ ਆਪੇ ਪਈਆਂ ਚੱਲਦੀਆਂ। ਅੱਛਾ ਮੈਂ ਦੇਖਦਾ, ਚੱਲ ਰਹੀਆਂ ਬਾਲੇ ਵਾਲੀ, ਮਰਦਾਨੇ ਵਾਲੀ, ਗੁਰੂ ਮਹਾਰਾਜ ਵਾਲੀ, ਆਪੇ ਹੀ ਚੱਲਦੀਆਂ ਸਾਰੀਆਂ। ਚੱਲ ਪਈ ਸਭ ਭਜਨ ਕਰੋ, ਸਾਰੇ ਜੇਲ੍ਹ ਦੀ ਆਪੇ ਚੱਲ ਪਈ, ਹੈਰਾਨ ਹੋ ਰਹੇ। ਕਦੋਂ ਦੀਆਂ ਚੱਲਦੀਆਂ? ਕਹਿੰਦੇ ਜਦੋਂ ਆਹ ਜਿਹੜਾ ਹੈ ਨਾ ਨਾਲ ਦਾ,
या इन्हें रबाब बजाई इन्होंने शब्द पढ़िया कहते रहन दो सारे आपे ही चल पे टैचर ना ते पिया कहता महाराज आप मेरे बाबा जी हो। वो लोग उस इलाके दे अपने पिता जी नू बाबा जी कहते या कोई पिता की उम्र का होनू बाबा जी। अज भी तुम अरब कंट्रिया में जाओ वो अपने बजुर्गों उन्होंने पिता की उम्र का बाबा जी कह दें। सो खिमा करो माफ करो। गुरु जी कहते पाप नहीं करीदा जुल्म नहीं करीदा बड़ा समझाया अच्छा ठीक है। ताकत इतनी रखता है उन्हें कंध बनाई हुई सी ऐ समझो हथ चौड़ी मील क लम्मी। सवेरे उन्हें जो कसरत करनी एक बंदा सज्जी बांझ कछ च उड़ा लेना एक खब्बी कछ च बंदा ए घुट लेना फिर भजना जोर दी भी फड़ो मैं जिन्हें ताकत भी इन्नी रखता सी बाबा बहुत जवान भी सी। सो गुरु महाराज को बड़िया खिमा माफिया मंगिया विचार हो रही सी फिर दिया देवरा नामे को चक्की तीन दिन चली चक्की अजे भी है उत संगत दर्शन कर दिए ही हूँ देवरा ही फिर गया। वो जड़े सीगे शर्मिंदे तो बड़े हुए हंकारी से पर ईरखा कुछ करी जाने बिचे बिच भगत जी कहन लगे माता जी ਇਹ ਜੇ ਲੋਕ ਹੋਰ ਵੀ ਬੜੇ ਪਏ ਆਪਣੇ ਦੇਸ਼ ਵਿੱਚ ਖਾਸ ਕਰਕੇ ਤੀਰਥਾਂ 'ਤੇ ਉਲਟਾ ਹੀ ਸਮਝਾਉਂਦੇ ਨੇ ਲੋਕਾਂ ਨੂੰ ਚੱਲੀਏ ਤੋ ਤੀਰਥਾਂ 'ਤੇ ਜਾ ਰਹੇ ਨੇ। ਕੁਝ ਸਾਲ ਬੀਤ ਗਏ ਵਾਪਸ ਆਏ ਜਿੱਥੇ ਭਗਤ ਜੀ ਦੀ ਛਪਰੀ ਸੀ ਉਹ ਹੈ ਹੀ ਵਿਹੜਾ ਘਾ ਘੁਲਾਇਆ ਸੰਗਤ ਬੈਠੀ ਭਜਨ ਕਰਦੇ ਸਤਸੰਗ ਉਹ ਹੈ ਹੀ ਨਹੀਂ ਵੀ ਇਹ ਕਿੱਧਰ ਗਈ। ਉਹਨਾਂ ਦੱਸਿਆ ਲੋਕਾਂ ਨੇ ਭਗਤ ਜੀ ਆਹ ਜਿਹੜਾ ਰਾਜਾ ਹੈ ਤੁਹਾਡੇ ਇੱਥੋਂ ਦਾ ਇਹਨੇ ਨਕਸ਼ਾ ਬਣਾਇਆ ਸੀ ਆਪਣੇ ਰਾਜ ਮਹਿਲਾਂ ਦਾ ਤਾਂ ਉਹਨਾਂ ਨੇ ਜਿਵੇਂ ਅੱਜ ਕੱਲ੍ਹ ਇੰਜੀਨੀਅਰ ਬਣਾ ਦਿੰਦੇ ਨੇ ਉਹਨਾਂ ਦੱਸਿਆ ਵੀ ਇਹ ਮਕਾਨ ਰਾਜ ਮਹਿਲ ਤਾਂ ਬਣਦੇ ਨੇ ਆਹ ਥਾਂ ਵਿੱਚ ਮਿਲਾਇਆ ਬਹੁਤ ਸੋਹਣਾ ਲੱਗੇ। ਉਹਨਾਂ ਨੇ ਤੁਹਾਡੀ ਚੌਂਪੜੀ ਢਾ ਦਿੱਤੀ ਕੱਚੀਆਂ ਕੰਧਾਂ ਸੀ ਕਈਆਂ ਨਾਲ ਢਾ ਦਿੱਤੀਆਂ ਉਦੋਂ ਮਸ਼ੀਨਾਂ ਨਹੀਂ ਸੀ ਹੁੰਦੀਆਂ ਕਾਫੂ ਸੀ ਉਹ ਕਿਤੇ ਮਾਰਿਆ ਵਗਾ ਕੇ ਸਾੜ ਸੁੱਟ ਦਿੱਤਾ ਲੱਕੜੀਆਂ ਵੀ ਤੂੰ ਐਂ ਵਧੀਆ ਥੜਾ ਬਣਾ ਤੂੰ ਨੀਹਾਂ ਡੂੰਘੀਆਂ ਪੁੱਟ ਕੇ ਥੱਲੇ ਪੱਥਰ ਪਾਇਆ। ਮਹਾਰਾਸ਼ਟਰ ਵਿੱਚ ਅਜੇ ਵੀ ਪੱਥਰਾਂ ਦੀਆਂ ਕੰਧਾਂ ਬਣਾਉਂਦੇ ਨੇ ਲੋਕ ਉਹ ਪੱਥਰ ਪਾ ਦਿੰਦੇ ਨੇ ਇਸ ਤਰ੍ਹਾਂ ਪੱਥਰਾਂ ਦੀਆਂ ਕੰਧਾਂ ਬਣਾ ਕੇ ਇਹਨੇ ਆਪਣਾ ਮਹੱਲ ਬਣਾਇਆ ਹੋਇਆ। ਸਿਆਲ ਦੇ ਦਿਨ ਵੀ ਅੱਜ ਕੱਲ੍ਹ ਦੇ ਭਗਤ ਜੀ ਧੁੱਪੇ ਬੈਠੇ ਕਹਿੰਦੇ ਜਾਓ ਰਾਜ ਜੀ ਨੂੰ ਬੁਲਾਓ ਉਹਦੇ ਨਾਲ ਗੱਲ ਕਰੀਏ ਵੀ ਗਰੀਬਾਂ ਦੀ ਮਦਦ ਕਰੀਦੀ ਹੈ ਘਰ ਢਾਈ ਦੇ ਹੁੰਦੇ ਗਰੀਬਾਂ ਉੱਪਰ ਜੋਖਿੰਜ ਤਾੜੀ ਪਰਾ ਬ੍ਰਹਮ ਸਾ ਅਗਨਿਮ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਸੇਵਕ ਕੋ ਰੱਖਣ ਹਾਰ। ਤਾਂ ਹੀ ਗੁਰੂ ਮਹਾਰਾਜ ਕਹਿੰਦੇ ਨੇ ਲੈਂਦਾ ਬਦ ਦਵਾਏ ਤੂੰ ਮਾਇਆ ਕਰੇ ਇਕੱਤ। ਗੁਰੂ ਗ੍ਰੰਥ ਸਾਹਿਬ ਜੀ ਆਖਦੇ ਨੇ ਬਦਸੀਸਾ ਲੈਂਦਾ ਗਰੀਬਾਂ ਕੋਲੋਂ ਪੈਸੇ ਇਕੱਠੇ ਕਰਦਾ ਅਜੇ ਪੁਲਿਸ ਵਾਲੇ ਕੁੱਟ ਕੁੱਟ ਕੇ ਕਰਦੇ ਨੇ ਹੋਰ ਮਾਰੋ ਹੋਰ ਦਏਗਾ। ਲੈਂਦਾ ਬਦ ਦਵਾਏ ਤੂੰ ਮਾਇਆ ਕਰੇ ਇਕੱਤ ਜਿਸ ਨੂੰ ਤੂੰ ਪਿਆਂਦਾ ਤੂੰ ਸੁਣ ਦੱਜੇ ਇਕੱਤ। ਜਦੋਂ ਸਰੀਰ ਵੀ ਨਾਲ ਨਹੀਂ ਜਾਣਾ ਤਾਂ ਗੁਰੂ ਜੀ ਕਹਿੰਦੇ ਪੈਸੇ ਲੈ ਜਾਏਗਾ ਅੱਜ ਤੱਕ ਕੋਈ ਲੈ ਗਿਆ ਨਾਲ ਚੌਂ ਯੁੱਗਾਂ ਵਿੱਚ ਕੋਈ ਦਵਾਨੀ ਲੈ ਗਿਆ ਹੋਵੇ ਤਾਂ ਦੱਸੋ। ਤਾਂ ਇਹ ਤਾਂ ਬੜੀ ਮਾੜੀ ਗੱਲ ਹੈ। ਭਗਤ ਜੀ ਤਾਕਤ ਬੜੀ ਰੱਖਦੇ ਨੇ ਬੜੇ ਬੰਦਗੀ ਵਾਲੇ ਨੇ ਪਰ ਗਰੀਬ ਹੋਂ ਤਿਸ ਕੋਲ ਕਮਾਇਆ ਗੁਰਮੁਖ ਹਿਰਦੇ ਗਰੀਬੀ ਆਵੇ। ਗਰੀਬੀ ਹੁੰਦੀ ਤਿੰਨ ਕਿਸਮ ਦੀ ਇੱਕ ਤਾਂ ਜਿਹਦੇ ਕੋਲ ਪੈਸਾ ਟਕਾ ਨਾ ਹੋਵੇ ਇੱਕ ਜਿਹਦੇ ਪੱਲੇ ਨਾਮ ਨਹੀਂ ਹੈ ਬਿਲਕੁਲ ਸਿਮਰਨ ਕਰਦਾ ਹੀ ਨਹੀਂ ਵੀ ਗਰੀਬ ਹੈ ਭੁੱਖਾ ਹੀ ਮਰਨਾ ਪਰਲੋਕ ਵਿੱਚ ਹੁਣ ਵੱਤੇ ਹਰ ਨਾਮ ਨਾ ਬੀਜੋ ਅੱਗੇ ਭੁੱਖਾ ਕਿਆ ਖਾਏ ਕੀ ਖਾਏਗਾ ਨਾਮ ਹੈ ਹੀ ਨਹੀਂ। ਗੁਰੂ ਦੀ ਖੁਰਾਕ ਨਾਮ ਹੈ ਰੋਟੀਆਂ ਪਾਣੀ ਆਹ ਕੁਛ ਨਹੀਂ ਹੈ ਪਰਮੇਸ਼ਰ ਦਾ ਭਜਨ ਹੀ ਰੂਹ ਦੀ ਆਤਮਾ ਦੀ ਖੁਰਾਕ ਹੈ ਉਹ ਹੈ ਹੀ ਨਹੀਂ।
तो तीसरी गरीबी है निम्रता दी। हों तिस कोल कमाया गुरमुख हृदय गरीबी आ। ये भगत जी रब नाल मिले जुले हुए तो राजे नूं कहिंदे भी कोई काम है गल सुन। राजा आ गया बैठ गया, दसो भगत जी की काम है? पैसे चाहिए नहीं, कुछ नहीं चाहिए। फिर होर कित्थे रहे इन्ना चिर सुनिया? हाँ कहिंदे तीर्थां दे गए श्री माता जी दे नाल, तो पंज चार साल लग ही गए वापस आए। ਇੱਥੇ ਸਾਡੀ ਨਾ ਰਾਜਨ ਝੌਂਪੜੀ ਹੁੰਦੀ ਸੀ, ਛੱਪਰੀ ਹੁੰਦੀ ਸੀ, ਕੰਧਾਂ ਹੁੰਦੀਆਂ ਸੀ। ਉਹ ਤਾਂ ਕਹਿੰਦਾ ਮੈਂ ਜੜੋਂ ਹੀ ਪੁੱਟਿਆ ਸਾਰਾ ਕੁਛ। ਕਿਉਂ ਪੁੱਟਿਆ, ਕਿਉਂ ਢਾਇਆ, ਕਿਉਂ ਇਸ ਤਰ੍ਹਾਂ ਕੀਤਾ? ਕਹਿੰਦੇ ਗੱਲੋ ਸੁਣੋ ਭਗਤ ਜੀ, ਮੇਰੀ ਮਰਜ਼ੀ, ਮੈਂ ਰਾਜਾ। ਛੋਟੇ ਛੋਟੇ ਰਾਜੇ ਹੁੰਦੇ ਸੀ ਨਾ, ਜਿਵੇਂ ਗਵਾਲੀਅਰ 52 ਐਂ ਸੈਂਕੜੇ ਹੁੰਦੇ, ਜਿਵੇਂ ਜਿੰਨੇ ਕੁ ਥਾਂ 'ਚ ਅੱਜ ਕੱਲ੍ਹ MLA ਹੁੰਦਾ, ਇੰਨੇ ਕੁ ਥਾਂ 'ਚ ਛੋਟਾ ਰਾਜਾ ਹੁੰਦਾ ਹੁੰਦਾ ਸੀ। ਚੱਕਰਵਰਤੀ ਇੱਕੋ ਹੀ ਹੁੰਦਾ ਸੀ ਦਿੱਲੀ ਦਾ, ਤੋ ਉਦੋਂ ਰਾਜੇ ਹੁੰਦੇ ਸੀ। ਥੋੜ੍ਹੀ ਥੋੜ੍ਹੀ ਫੌਜ 500,000, 2,000, ਥੋੜ੍ਹਾ ਵੱਡਾ ਉਹਦੇ ਕੋਲ 5,000-10,000। ਰਾਜਾ ਮਹਾਰਾਜਾ, ਮਹਾਰਾਜਾ ਸਾਰੇ ਦੇਸ਼ ਦਾ ਹੁੰਦਾ, ਰਾਜੇ ਉਹ ਛੋਟੇ ਛੋਟੇ ਕਈ ਹੁੰਦੇ। ਤੋ ਉਹ ਰਾਜਾ ਕਹਿੰਦਾ ਦੇਖੋ ਮੇਰਾ ਨਕਸ਼ਾ ਠੀਕ ਨਹੀਂ ਸੀ ਬਣਦਾ, ਅਤੇ ਮੈਂ ਉਲਟਾ ਕੇ ਆਪਣਾ ਘਰ ਬਹੁਤ ਵਧੀਆ ਜਿੱਥੇ ਬਣਿਆ ਹੋਇਆ ਇੱਥੇ ਸੀ ਤੁਹਾਡਾ। ਕਿ ਦੇਖੋ ਮਾੜੇ ਬੰਦੇ ਦੀ ਮਦਦ ਕਰੀਦੀ ਹੈ ਕਿ ਘਰ ਢਾਈਦਾ ਹੁੰਦਾ ਹੈ? ਉਹ ਕਹਿੰਦੇ ਤੁਸੀਂ ਮੇਰਾ ਕਰ ਕੀ ਲਓਗੇ ਪਹਿਲਾਂ ਇਹ ਦੱਸੋ। ਪਹਿਲੀ ਗੱਲ, ਸਤਸੰਗ ਕਰਨਾ ਇੱਥੇ ਨਹੀਂ, ਕਿਤੇ ਹੋਰ ਕਰੀ ਜੋ ਝੌਂਪੜੀ ਹੈ, ਕਿਤੇ ਹੋਰ ਪਾ ਲਓ ਜਾ ਕੇ। ਲੱਕੜੀਆਂ ਨਹੀਂ ਲੱਭਦੀਆਂ, ਮਿੱਟੀ ਨਹੀਂ ਲੱਭਦੀ। ਕਹਿੰਦੇ ਰਾਜਨ ਗੱਲ ਨਾ ਮਿੱਟੀ ਦੀ ਹੈ, ਨਾ ਪੋਲਿਆਂ ਦੀ ਲੱਕੜੀ ਦੀ ਹੈ, ਗੱਲ ਇਹ ਹੈ ਕਿ ਗਰੀਬ ਦਾ ਘਰ ਨਹੀਂ ਢਾਈਦਾ ਹੁੰਦਾ ਬਸ। ਉਹ ਕਹਿੰਦੇ ਮੈਂ ਢਾ ਦਿੱਤਾ, ਫਿਰ ਹੁਣ ਮੁਕੱਦਮਾ ਕਿਹਦੇ ਕੋਲ ਕਰਨਾ ਸੀ? ਰਾਜਾ ਹੀ ਵਿਗੜਿਆ, ਗੱਲ ਕਿਹਦੇ ਨਾਲ ਕਰਨੀ ਸੀ? ਕਹੇ ਤਾਂ ਕਿਸੇ ਛੋਟੇ ਮੋਟੇ ਨਾਲ ਢਾਈ ਹੀ ਰਾਜੇ ਨੇ, ਢਾ ਦਿੱਤੀ ਬਸ। ਭਗਤ ਜੀ ਕਹਿੰਦੇ ਕੁਛ ਸਾਡੇ ਬਚਨ ਸੁਣੋ। ਬਚਨ ਕਹਿੰਦੇ ਜਿੰਨੇ ਮਰਜ਼ੀ ਸੁਣਾ ਲਿਆ ਬਸ, ਢਾ ਦਿੱਤੀ ਤਾਂ ਢਾ ਦਿੱਤੀ, ਬਚਨਾਂ ਨਾਲ ਕੀ ਹੋਏਗਾ? ਕਹਿੰਦੇ ਰਾਜਨ ਤੁਹਾਨੂੰ ਪਤਾ ਨਹੀਂ, ਸਭ ਕੁਛ ਬਚਨਾਂ ਨਾਲ ਹੋ ਸਕਦਾ ਹੈ। ਉੱਥੇ ਆਕਾਸ਼ਬਾਣੀ ਹੋਈ ਜੋ ਭਗਤ ਨਾਮਦੇਵ ਜੀ ਰਸਨਾ ਅਤੇ ਰੱਬ ਬੋਲਿਆ। ਕਹਿੰਦੇ ਹਨ ਗਹਿਰੀ ਕਰਕੇ ਨੀਵ ਖੁਦਾਈ, ਐਂ ਡੂੰਘੀਆਂ ਨੀਹਾਂ, ਜਿਵੇਂ ਕਿਤੇ ਦੁਨੀਆਂ ਤੋਂ ਮਰਨਾ ਹੀ ਨਹੀਂ ਹੁੰਦਾ। ਹੋਰ ਡੂੰਘੀ, ਹੋਰ ਡੂੰਘੀ, ਹੋਰ ਡੂੰਘੀ, ਰਹਿਣਾ ਨਹੀਂ ਰਹਿਣਾ ਤਾਂ ਰੱਬ ਜਾਣੇ, ਪਰ ਕਸਰ ਨਾ ਛੱਡੋ ਭਾਈ। ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ, ਇਉਂ ਗੁਰੂ ਗ੍ਰੰਥ ਸਾਹਿਬ। ਮੰਡਪ ਹੁੰਦਾ ਹੈ ਛੱਪਰ ਜਿਹਾ ਬਣਾ ਕੇ, ਵਿੱਚੋਂ ਤਾਂ ਚੁੱਕ ਦਿੰਦੇ ਨੇ ਹਵਾ, ਉਹਨੂੰ ਇਹ ਲੋਕ ਮੰਡਪ ਕਹਿੰਦੇ। ਮਾਰ ਕੰਡੇ ਤੇ ਕੋ ਅਧਕਾਏ, ਰਾਜਨ ਸਰਕਾਰ ਦੇਖ ਮਾਰਕੰਡਾ ਰਿਖੀ ਹੋਇਆ ਪਿਛਲੇ ਯੁੱਗਾਂ 'ਚ, ਤਾਂ ਝੌਂਪੜੀ ਸੀ ਟੁੱਟੀ ਜੀ, ਬਸ ਉਹਦੇ 'ਚ ਗੁਜ਼ਾਰਾ ਉਹਨੇ ਸਾਰੇ ਲੱਖ ਵਰੇ ਦੀ ਉਮਰ। ਹੁਣ ਤਾਂ ਕਲਯੁੱਗ ਹੈ ਰਾਜਨ, ਉਮਰਾਂ ਛੋਟੀਆਂ ਛੋਟੀਆਂ ਨੇ, ਕੀ ਹੋ ਗਿਆ ਤੁਹਾਨੂੰ? ਘਰ ਟਾਉਣ ਲੱਗ ਗਏ ਗਰੀਬਾਂ ਦੇ, ਬੜੀ ਮਾੜੀ ਗੱਲ ਹੈ। ਜਿਨ ਤ੍ਰੈ ਤਰ ਮੂੰਡ ਬੁਲਾਏ, ਇੱਕ ਉਹਨਾਂ ਕੋਲ ਪੋਲਾ ਹੀ ਹੁੰਦਾ ਸੀ। ਧੁੱਪ ਲੱਗੀ ਚੜ੍ਹਦੇ ਵੱਲ ਕਰਤਾ, ਸੂਜ ਲੈਂਦੇ ਵੱਲ ਗਿਆ ਉੱਧਰ ਕਰਤਾ, ਬਰਸਾਤ ਆਈ ਸਿਰ 'ਤੇ ਰੱਖ ਲਿਆ। ਜੇ ਕਿਸੇ ਕਹਿਣਾ ਰਿਖੀ ਜੀ ਕੋਠਾ ਬਣਾ ਦਈਏ, ਕਹਿੰਦੇ ਵਾਹ ਭਾਈ ਕੋਠਾ, ਲੱਖ ਵਰੇ ਦੀ ਸਾਰੀ ਉਮਰ ਮੌਤ ਆਈ ਕਿ ਆਈ। ਲੋਕ ਨਾਮ ਜਪਦੇ ਸੀ, ਅੱਜ ਕੱਲ੍ਹ ਭਜਨ ਕਿਉਂ ਨਹੀਂ ਕਰਦੇ? ਮਰਨਾ ਕਿਸੇ ਨੂੰ ਚੇਤੇ ਹੈ ਨਹੀਂ। ਚੇਤਨ ਹੈ ਤੋ ਚੇਤ ਲੈ, ਜਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਆਵਤ ਵਿਹਾਜ, ਛਿਨ ਛਿਨ ਆਵਤ ਵਿਹਾਜ ਹੈ ਨਗਾਰੀ।
याद नहीं है। एक गुरनाम सिंह जी हुए ने कथा करते होंगे सी लादो पी मंडी वाले, बड़े साल हो गए शरीर छड़ तो बिलासपुर आए, उन्होंने क्या गुरमुख कुछ कथा अच्छा किया चंगा, उन्होंने एक गल सुनाई कि सात संगत कथा चल रही सी, संगत बहुत सी, उदे विच कथा वाले ने कहा कि जिहड़ा जम हुंदा है वह काला हुंदा, सिंघ हुंदे ने इह जिहा हुंदा इह जिहा हुंदा। एक वाई वो लड़की बीमार सी, कहिंदे बाबा जी देखो सेहत ढिल्ली है, पता नहीं की गल, अच्छा कहिंदे रब दा भजन करिया करो, हकीम कहिंदे ने मर जाणा है, नहीं कहिंदे सिमरन करो। तो गर्मियां दे दिन सी, वेहड़े च पए हुए, माँ अपनी मंजी ते थी अपनी मंजी ते, तो रात कट्टा खुल गया, हाँ हुंदा ना दुध पीण वाला छोटा, तो आ गए वो माई ने सिर नूं चट्टण लगा, उन्हें समझा भी जाम आ गया, वो कहिंदी ओ है मेरी धी दी मंजी, उन्हूं लै जा मैनू रहण दे, मौत इहो जी चीज़ है कि मैं बचा दूजा जांदा है जाए, जिन्हें बड़ा पै ये फिर तत् कढ़िया जाए चाह जो गंदा कि मौत का डर किन्ना क चिर रहिंदा है, जिन्हां ने अपना जन्म सफला नहीं किया उन्होंने मौत का पै बनिया ही रहना, जिन्हां बंदगियां कर लिया कमाइया कर लिया वो उन्होंने कोई पै नहीं है, तो खुशी नाल ही जाते हैं। तो विचार हो रही सी, नामदेव जी कहते ने राजन गहरी करके नीम खदाई उपर मंडप छाई, साड़ी ये चंपड़ी ढाई क्यों, कि गरीबां दे घर राजे बनाउंदे ने कटाउंदे ने बनाउंदे ने, फिर मेरा क्यों ढाया, क्या ढा दिता तो ढा दिता, तदेई बाणी विच दस्या है राजा मंदर बना लेने अपने, राजा मंदर बना लेने अपने, we'll be right back.
ਘਟੀਆ ਭਜਨ ਕਰਦੇ ਸੀ, ਬੰਦਗੀ ਕਰਦੇ ਸੀ, ਸਤਸੰਗ ਹੁੰਦਾ ਸੀ, ਇਹ ਬਣਾਉਣੀ ਸੀ ਘਟਾਉਣੀ ਸੀ? ਰਾਜਮਾਦ ਵਿੱਚ ਹੰਕਾਰ ਵਿੱਚ ਉੱਪਰ ਮੰਡਪ ਛਾਏ, ਮਾਰਕੰਡੇ ਤੇ ਘੋਆ ਦਿਖਾਈ, ਜਿਨ ਤ੍ਰੈ ਧਰ ਮੁੰਡ ਬੁਲਾਏ। ਰਾਜਨ ਲੱਖ ਵਰੇ ਦੀ ਉਮਰ ਹੋਈ ਹੈ ਮਾਰਕੰਡੇ, ਕਿੰਨੀ ਸ਼ਿਕਸ਼ਾ ਮਿਲਦੀ ਹੈ। ਉਹਨਾਂ ਦੇ ਆਪਣਾ ਘਰ ਵੀ ਨਹੀਂ ਬਣਾਇਆ, ਤੁਸੀਂ ਲੋਕਾਂ ਦੇ ਢਾਰ ਹੈ। ਕਹਿੰਦੇ ਨਹੀਂ ਬਣਾਇਆ, ਮੈਂ ਮਾਰਕੰਡੇ ਤੋਂ ਕੀ ਲੈਣਾ। ਫਿਰ ਵੀ ਭਗਤ ਜੀ ਸਮਝਾਉਣ ਦੀ ਕੋਸ਼ਿਸ਼ ਕਰ ਹੀ ਰਹੇ ਨੇ। ਕੰਡੇ ਨੇ ਤਪੱਸਿਆ ਕੀਤੀ ਮਾਰਕੰਡੇ ਨੇ, ਲੱਖ ਵਰਿਆਂ ਦੀ ਆਰ ਜਾ ਵਕਤ ਗੁਜ਼ਾਰਨ, ਪਿੰਨੀ ਸਾਗੇ ਸਾਦਾ ਜਿਹਾ ਖਾ ਲੈਂਦੇ, ਸਾਦਾ ਜਿਹਾ ਪਾ ਲੈਂਦੇ, ਉਮਰਾਂ ਬੜੀਆਂ ਲੰਮੀਆਂ। ਸੋ ਦੇਖੋ, ਉਹਨਾਂ ਨੇ ਤਾਂ ਆਪਣਾ ਘਰ ਵੀ ਨਹੀਂ ਬਣਾਇਆ, ਆਪਣੀ ਝੌਂਪੜੀ ਵੀ ਨਹੀਂ ਬਣਾਈ, ਇੱਕ ਅੱਖਾਂ ਦਾ ਪੋਲਾ ਕਦੇ ਇੱਧਰ ਕਦੇ ਲੱਖ ਵਰੇ ਦੀ ਸਾਰੀ। ਤੁਸੀਂ ਭਜਨ ਕਰਨ ਵਾਲਿਆਂ ਦਾ ਵੀ ਘਰ ਢਾ ਦਿੱਤਾ? ਕਹਿੰਦੇ ਦੇਖ ਭਗਤ ਜੀ, ਢਾ ਦਿੱਤਾ ਤਾਂ ਢਾ ਦਿੱਤਾ, ਜਦੋਂ ਢਾ ਹੀ ਦਿੱਤਾ ਕੀ ਕਰ ਲਓਗੇ? ਮੈਂ ਰਾਜਾ, ਫੌਜ ਹੈ ਮੇਰੇ ਕੋਲ, ਬੜਾ ਹੰਕਾਰ ਹੈ। ਜਿਹਨੂੰ ਮਦ ਕਹਿੰਦੇ, ਹਕੂਮਤ ਮਦ, ਰਾਜ ਮਦ, ਇਸ ਕਰਕੇ ਸਮਝਾ ਰਹੇ ਨੇ ਭਗਤ ਲੋਕ। ਉਹ ਕਹਿੰਦਾ ਦੇਖ, ਮੈਂ ਜੋ ਕਰਨਾ ਸੀ ਨਾ ਕਰ ਹੀ ਲਿਆ, ਜਿਹੜਾ ਤੇਰੀ ਵਾਕ ਵੀ ਹੈ, ਤੇਰਾ ਕੋਈ ਬੰਦਾ ਹੈ, ਲੈ ਆ, ਮੈਂ ਰਾਜਾ ਨਿਬੜ ਲਾਂਗਾ ਉਹਦੇ ਨਾਲ। ਕਹਿੰਦੇ ਦੇਖੋ, ਸਾਡਾ ਕੋਈ ਕਿਸੇ ਬੰਦੇ ਨਾਲ ਕੋਈ ਇਹੋ ਜਿਹੀ ਗੱਲ ਨਹੀਂ ਹੈ, ਕਥਾ ਸੁਣਨ ਆਉਂਦੇ ਨੇ ਅਸੀਂ, ਕੋਈ ਲੜਾਈ ਝਗੜਾ ਇਹੋ ਜਿਹੀ ਕੋਈ ਗੱਲ ਨਹੀਂ। ਹਮਰੋ ਕਰਤਾ ਰਾਮ ਸਨੇਹ, ਬਸ ਸਾਡੀ ਦੋਸਤੀ, ਸਾਡੀ ਮਿੱਤਰਤਾ, ਸਾਡਾ ਪ੍ਰੇਮ ਰੱਬ ਨਾਲ ਹੈ, ਬਸ ਹੋਰ ਕਿਸੇ ਨਾਲ। ਲੋਗਨ ਸਿਉਂ ਮੇਰਾ ਠਾਗਾ ਭਾਗਾ, ਗੁਰੂ ਗ੍ਰੰਥ ਸਾਹਿਬ ਜੀ, ਲੋਗਨ ਨਾਲ ਤਾਂ ਬਸ ਸਤਿ ਸ਼੍ਰੀ ਅਕਾਲ ਹੀ ਹੈ। ਤੂੰ ਸਾਡਾ ਜਿਹੜਾ ਕਰਤਾ ਧਰਤਾ ਹੈ, ਸਨੇਹੀ, ਪੱਕਾ ਰਿਸ਼ਤੇਦਾਰ, ਤੂੰ ਹੀ ਮੇਰਾ ਮਾਤਾ, ਤੂੰ ਹੀ ਮੇਰਾ ਪਿਤਾ, ਤੂੰ ਹੀ ਮੇਰਾ ਬੰਧਵ, ਤੂੰ ਹੀ ਮੇਰਾ ਭਰਾਤਾ, ਤੂੰ ਹੀ ਮੇਰਾ ਰਾਖਾ, ਸਭਨੀ ਥਾਈ। ਉਹੀ ਮੇਰੀ ਮਾਂ ਹੈ, ਉਹੀ ਮੇਰਾ ਪਿਤਾ ਹੈ, ਉਹੀ ਮੇਰਾ ਭਰਾ ਹੈ। ਸੋ ਪਰਮੇਸ਼ਰ ਤੋਂ ਬਿਨਾਂ ਰਾਜਨ ਸਾਡਾ ਹੋਰ ਕੋਈ ਨਹੀਂ ਹੈ, ਇੱਕੋ ਹੀ ਹੈ, ਇਉਂ ਦੱਸਦੇ ਹਨ। ਕੋਈ ਕਿਸੇ ਦਾ ਹੈ ਕੋਈ, ਕੋਈ ਕਿਸੇ ਦਾ ਹੈ ਕੋਈ, ਕਿਸੇ ਦਾ ਹੈ ਕੋਈ।
ਸਾਖੀ ਦਾ ਜ਼ਿਕਰ ਆਉਂਦਾ ਇੱਕ ਹਰਨੀ ਸੀ ਤਾਂ ਉਹ ਗਰਮੀਆਂ ਦੇ ਦਿਨ ਪਾਣੀ ਸੁੱਕ ਚੁੱਕਿਆ ਨੀਵਾਂ ਥਾਂ ਤਲਾਅ ਕੱਖ ਪਰਾਲ ਕਾਨੇ ਨੜਾ ਬਹੁਤ ਉਹਦੇ ਵਿੱਚ ਬੈਠੀ ਛਾਵੇਂ ਸ਼ਿਕਾਰੀ ਨੇ ਦੇਖਿਆ ਦੌੜ ਨਾ ਜਾਏ ਇੱਕ ਪਾਸੇ ਜਾਲ ਲਾ ਦਿੱਤਾ ਇੱਕ ਪਾਸੇ ਕੁੱਤਾ ਖੜਾ ਕਰ ਦਿੱਤਾ ਇੱਕ ਪਾਸੇ ਅੱਗ ਲਾ ਦਿੱਤੀ ਇੱਕ ਪਾਸੇ ਆਪ ਤਨਸਬਾਨ ਤੀਰ ਹੈ ਹੱਥ ਵਿੱਚ ਜਦੋਂ ਅੱਗ ਬੜੀ ਸਰਕ ਸਰਕ ਹੋਈ ਹਰਨੀ ਨੇ ਦੇਖਿਆ ਮੂੰਹ ਚੁੱਕ ਕੇ ਉਹ ਇੱਧਰ ਜਾਲ ਇੱਧਰ ਅੱਗ ਇੱਧਰ ਕੁੱਤਾ ਇੱਧਰ ਤੀਰ ਚਾਰੇ ਪਾਸੇ ਦੁਸ਼ਮਣ ਨੇ ਘੇਰ ਲਏ ਮੈਂ ਕੀ ਕਰਾਂ ਉਸ ਵੇਲੇ ਪਰਮੇਸ਼ੁਰ ਨੂੰ ਯਾਦ ਕੀਤਾ ਇਹਨਾਂ ਨੂੰ ਸੋਝੀ ਹੈ ਜਾਨਵਰ ਨੂੰ ਜਾਨਵਰ ਨਹੀਂ ਮਾਰਨੇ ਚਾਹੀਦੇ ਸੋਝੀ ਹੈ ਉੱਪਰ ਨੂੰ ਮਾੜਾ ਜਿਹਾ ਮੂੰਹ ਕਰਕੇ ਹੇ ਪਰਮੇਸ਼ੁਰ ਹੇ ਨਿਰੰਕਾਰ ਸ੍ਰਿਸ਼ਟੀ ਬਣਾਉਣ ਵਾਲਿਆ ਮੇਰੀ ਮਦਦ ਕਰ ਹੁਕਮ ਹੋ ਗਿਆ ਇੱਕ ਪਲ ਚ ਕਾਲ ਨੂੰ ਸੱਪ ਦਾ ਰੂਪ ਧਾਰ ਕੇ ਉੱਧਰ ਹਵਾ ਨੂੰ ਹੋ ਗਿਆ ਸਾਰੀ ਪੌਣ ਹੈ ਪਾਣੀ ਹੈ ਅੱਗ ਬਸੰਤਰ ਦੇਵਤੇ ਨੇ ਮਹਾਰਾਜ ਦੇ ਹੁਕਮ 'ਚ ਚੱਲਦੇ ਨੇ ਸਾਰੇ ਪੌਣ ਦੇਵਤਾ ਪਾਣੀ ਦੇਵਤਾ ਬਸੰਤਰ ਹੁਕਮ ਹੋ ਗਿਆ ਅੱਗ ਜਿਹੜੀ ਜਾਲ ਵੱਲ ਨੂੰ ਚੱਲੀ ਹੱਥੋਂ ਤੀਰ ਛੁੱਟਿਆ ਸੱਪ ਨੇ ਡੱਸਿਆ ਸ਼ਿਕਾਰੀ ਮਰਿਆ ਤੀਰ ਕੁੱਤੇ ਨੂੰ ਬਚ ਗਿਆ ਕੁੱਤਾ ਮਰ ਗਿਆ ਸ਼ਿਕਾਰੀ ਵੀ ਮਰ ਗਿਆ ਜਾਲ ਵੀ ਸੜ ਗਿਆ ਰਾਹ ਚਾਰੇ ਖੁੱਲ੍ਹ ਗਏ ਗੁਰੂ ਨਾਨਕ ਜੀ ਕੇ ਨਾਨਕ ਰੋਮ ਨਾ ਛਿੱਦਦੇ ਗੁਰੂ ਨਾਨਕ ਜੀ ਰਾਹ ਕਰਨੇ ਵਿੱਚ ਦੱਸਦੇ ਨੇ ਵੀ ਹਰਨੀ ਦਾ ਵਾਲ ਵਿੰਗਾ ਵੀ ਨਹੀਂ ਹੋਇਆ ਰਾਹ ਇੱਕ ਹੀ ਖੁੱਲ੍ਹ ਜਾਂਦਾ ਪਰ ਚਾਰੇ ਹੀ ਖੁੱਲ੍ਹ ਗਏ ਕਿਤਨੇ ਸੰਕਟ ਆ ਜਾਣ ਸਗਲ ਸ੍ਰਿਸ਼ਟ ਕਾ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋੜੀ ਬੰਧਨ ਪਰੈ ਇੱਥੇ ਚਾਰ ਨੇ ਕਰੋੜਾਂ ਬੰਧਨ ਪੈ ਜਾਣ ਕਰੋੜਾਂ ਸਿਵਨ ਕਰੇ ਮਹਾਰਾਜ ਨੂੰ ਯਾਦ ਕਰੇ ਬੰਧਨ ਔ ਗਏ ਹਰ ਕਾ ਨਾਮ ਜਪਤ ਨਿਸਤਰ ਹੈ ਸਾਰੇ ਜਾਮ ਗੁਰੂ ਹੋਏ ਵੱਲ ਲੱਖ ਬਾਹੀਂ ਕਿਆ ਕੀਜਾ ਲੱਖ ਬਾਹਾਂ ਦਾ ਬੰਦਾ ਬਣਦਾ 50,000 ਇੱਕ ਬੰਦੇ ਦਾ 50,000 ਦੁਸ਼ਮਣ ਬਣ ਜਾਏ 50,000 ਬਹੁਤ ਹੁੰਦਾ ਵੀ ਮੈਂ ਇਹਨੂੰ ਮਾਰਨਾ ਹੈ 50,000 ਦੁਸ਼ਮਣ ਹੈ ਇੱਕ ਬੰਨੇ ਗੁਰੂ ਮਹਾਰਾਜ ਦੀ ਕਿਰਪਾ ਹੈ ਉਹਨੂੰ ਰੱਖਣਾ ਕੱਖ ਨਹੀਂ ਕੋਈ ਕਰ ਸਕਦਾ ਹਥਿਆਰਾਂ 'ਤੇ ਮਾਣ ਹੁੰਦਾ ਚੱਲਦਾ ਹੀ ਨਹੀਂ ਹੁੰਦਾ ਪੰਜਾਂ ਪਿਆਰਿਆਂ ਦੀ ਚੋਣ ਕਿਤਾਬ ਵਿੱਚ ਬਹੁਤ ਕੁਛ ਲਿਖਿਆ ਉਹ ਗੱਲਾਂ ਹੋਰ ਦੀਆਂ ਹੋਰ ਹੀ ਹੋ ਜਾਂਦੀਆਂ ਉਹਦੀ ਪਰਛਾਵੇਂ ਨੂੰ ਨਹੀਂ ਕੁਛ ਹੋ ਸਕਦਾ ਹੁਕਮ ਦੀ ਖੇਡ ਹੈ ਤਾਂ ਨਾਮਦੇਵ ਜੀ ਕਹਿੰਦੇ ਨੇ ਸਾਡਾ ਤਾਂ ਰੱਬ ਹੀ ਹੈ ਭਾਈ ਕਥਾ ਸੁਣਨ ਆਉਂਦੇ ਨੇ ਪ੍ਰਭੂ ਦੀ ਬਾਕੀ ਅਸੀਂ ਕੋਈ ਲੜਾਈ ਥੋੜ੍ਹੀ ਕਰਨੀ ਤੇਰੇ ਕੋਲ ਫੌਜ ਹੈ ਤਨਖਾਹਾਂ ਦਿੰਦੇ ਹਥਿਆਰ ਰੱਖੇ ਹੋਏ ਨੇ ਤੋਪਾਂ ਰੱਖੀਆਂ ਹੋਈਆਂ ਚਲਾ ਦੇ ਭਾਈ ਸਾਡੇ 'ਤੇ ਨਹੀਂ ਨਹੀਂ ਕਹਿੰਦੇ ਇਹ ਜੀ ਕੋਈ ਗੱਲ ਨਹੀਂ ਹੈ ਪਰ ਜਿਹੜਾ ਤੇਰਾ ਹੈ ਰੱਬ ਰੂਬਰ ਜਾਂ ਅੱਛਾ ਹੁਣ ਰੱਬ ਨੂੰ ਕਹਿ ਲੈ ਮੇਰੀ ਲੱਤ ਭੰਨ ਲੈ ਬਸ ਅੱਜ ਕੱਲ੍ਹ ਵੀ ਕਈ ਕਹਿ ਦੇ ਹਰਨ ਪਰਨ ਜਾ ਕਾ ਨੇਤਰ ਫੋਰ ਜਿਹਦੀ ਵੀ ਤਾਕਤ ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਵੀ ਕਿੰਨੀ ਕੁ ਸ਼ਕਤੀ ਕਰੋੜਾਂ ਬ੍ਰਹਿਮੰਡ ਬਣਾ ਲੈਂਦਾ ਢਾ ਲੈਂਦਾ ਬਣਾਈ ਜਾਂਦਾ ਢਾਈ ਜਾਂਦਾ ਤਾਂ ਉਹ ਲੱਤ ਤਾਂ ਉਂਝੀ ਹੰਕਾਰੀ ਦੀ ਕੇਲੇ ਦੀ ਛਿੱਲੜ ਤੋਂ ਲੱਤ ਤਿਲ ਕੇ ਟੁੱਟ ਜਾਂਦੀ ਸਨ 1968 ਦੀ ਗੱਲ ਰੁਦਰਪੁਰ ਦੁਪਹਿਰ ਲੱਗੀ ਹੋਈ ਤਾਂ ਕੁਛ ਲੋਕ ਵੀ ਗਰਮ ਹੋਏ ਗਏ ਤਾਂ ਕੇਲੇ ਦੀ ਛਿੱਲੜ ਪਈ ਇੱਕ ਡਾਕਟਰ ਹੁੰਦਾ ਸੀ ਅਵਤਾਰ ਸਿੰਘ ਦਾ ਨਾਂ ਸਿੱਖ ਸੀ ਹੈ ਤਾਂ ਅਨਪੜ੍ਹ ਸੀ ਦਵਾਈਆਂ ਸਿਰੇ ਦੀਆਂ ਦਿੰਦਾ
तो उत्थे मैं बैठा सामने बंदा जाता किले केले की छिलर तो पैर तिल गया लत टुट गई। उदो हस्पताल भी नहीं सी होंगे एको ही होंगे सी सरकारी तो लत तो जो टुटनी होंगी केले की छिलर तो तिल के रब न की लोड़ा तो बड़े होर बड़े बड़े काम वो जुम्मे ने करता है। सो कहता रब न कह दे मेरी लत बन ले बस। वो कहते मैं रब न तेरी लत्त बना वास्ते सिमरन कर दा वो तो कर्म ने समा आया देखी जाए हमरो करता राम स्नेही कहते तेरे फौज हथियार तोपा सोना चांदी ते माण है सानू अपने रब ते माण है। करता राम स्नेही हमरो करता राम स्नेही 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 करता राम स्नेही हमरो राम स्नेही करता राम स्नेही हमरो करता राम स्नेही। ਸਾਡਾ ਤਾਂ ਬਾਈ ਗੁਰੂ ਨਾਨਕ ਸਾਹਿਬ ਹੀ ਹੈ ਸੌਖਾ ਸਮਝ ਆ ਗਿਆ ਗੱਲ ਤਾਂ ਇੱਕੋ ਹੀ ਹੈ ਸਾਰੇ ਬੋਲਿਆ ਗੁਰਬਾਣੀ ਹੈ ਮਹਾਰਾਜ ਕਹਿੰਦੇ ਹਮਰੋ ਕਰਤਾ ਰਾਮ ਸਨੇਹੀ ਸਾਡਾ ਤਾਂ ਈਸ਼ਵਰ ਪਰਮੇਸ਼ਰ ਨਾਰਾਇਣ ਰੱਬ ਬਾਕੀ ਹੋਰ ਕੋਈ ਨਹੀਂ ਹੈ ਨਾ ਲੋਕ ਵਿੱਚ ਨਾ ਪਰਲੋਕ ਵਿੱਚ। ਕਹਿੰਦੇ ਠੀਕ ਹੈ ਤੁਹਾਡਾ ਇੱਕ ਹੈ ਮੇਰੇ ਕੋਲ ਤਾਂ ਫੌਜ ਬੜੀ ਹੈ ਬਹੁਤ ਅਤੇ ਫਿਰ ਮੇਰੇ ਵਿੱਚ ਆਪਣੀ ਭਗਤ ਜੀ ਮੈਂ ਵੈਸੇ ਵੀ ਤੇਰੇ ਨਾਲੋਂ ਤਕੜਾ ਹਾਂ ਇਹ ਕੋਈ ਗੱਲ ਨਹੀਂ। ਕਹਿੰਦੇ ਦੇਖੋ ਇਹ ਸਰੀਰ ਦਾ ਅਹੰਕਾਰ ਚੰਗਾ ਨਹੀਂ ਹੁੰਦਾ ਰਾਜਨ ਇਹ ਗੱਲਾਂ ਠੀਕ ਨਹੀਂ ਹੁੰਦੀਆਂ ਜਿਹੜੀਆਂ ਅਹੰਕਾਰ ਹਕੂਮਤ ਦੇ ਮਦ ਵਿੱਚ ਕਰ ਰਿਹਾ ਮਤ ਮਾਰੀ ਹੋਈ ਹੈ ਤੇਰੀ ਰਾਜੇ ਨੂੰ ਝਿੜਕ ਵੀ ਰਹੇ ਨੇ ਸਮਝਾ ਵੀ ਰਹੇ ਨੇ। ਕੋਈ ਕਿੱਡਾ ਰਾਜਾ ਮਹਾਰਾਜਾ ਹੋਵੇ ਬੜੇ ਬੜੇ ਮਹਾਂਪੁਰਸ਼ ਝਿੜਕ ਦਿੰਦੇ ਨੇ ਸਮਝਾ ਦਿੰਦੇ ਨੇ ਆਮ ਬੰਦੇ ਦੀ ਤਾਂ ਹਿੰਮਤ ਹੀ ਨਾ ਹੁੰਦੀ ਰਾਜੇ ਨੂੰ ਕੁਛ ਕਹਿ ਦੇ ਸਿੱਧੀਆਂ ਹੀ ਸੁਣਾਉਂਦੇ ਸਿੱਧੀਆਂ। ਕਹਿੰਦੇ ਦੇਖ ਦੋ ਦਿਨ ਦਾ ਮੇਲਾ ਹੈ ਤੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਚੁਰਾਸੀ 'ਚ ਤੁਰੇ ਫਿਰਦੇ ਰਾਜੇ ਨੇ ਆਖੀਏ ਪਿੜ ਮਰੇ ਫਿਰ ਜੂਨੀ ਪਾਏ ਗਧੇ ਖੋਤੇ ਕੁੱਤੇ ਬਿੱਲੇ ਬਣੇ ਕੀ ਚਾਰ ਦਿਨ ਰਾਜ ਮਿਲ ਗਿਆ ਅਤੇ ਬੰਦੇ ਨੂੰ ਬੰਦਾ ਨਹੀਂ ਸਮਝਦਾ। ਰਾਜੇ ਨਾ ਆਖੀਏ ਪਿੜ ਮਰੇ ਫਿਰ ਜੂਨੀ ਪਾਏ ਬਥੇਰੇ ਤੁਰੇ ਫਿਰਦੇ ਝਿੜਕਦੇ ਵੀ ਨੇ ਸਮਝਾਉਂਦੇ ਵੀ ਨੇ ਹੰਕਾਰੀ ਏਡਾ ਹੈ ਹਿੰਦੀ ਏਡਾ ਹੈ। ਭਗਤ ਜੀ ਨੇ ਅਗਲੀ ਗੱਲ ਛੇੜੀ ਕਾਹੇ ਰੇ ਨਰ ਗਰਭ ਕਰ ਤੋ ਹੰਕਾਰ ਕਾਹਦਾ ਕਰਦੇ ਦੱਸ ਬਿੰਸ ਜਾਏ ਝੂਠੀ ਦੇ ਆ ਸਰੀਰ ਦਾ ਹੁਣੇ ਸਾਹ ਨਾ ਆਇਆ ਸਵੇਰ ਨੂੰ ਸਵਾਹ ਵੀ ਉੱਡ ਜਾਣੀ ਤੇਰੀ ਕਿੱਥੇ ਜਾਏਗਾ ਤੇਰਾ ਰਾਜਪਾਲ। ਮ੍ਰਿਤੂ ਹਰ ਇੱਕ ਇਨਸਾਨ ਦੇ ਉੱਪਰ ਹੈ ਮ੍ਰਿਤ ਹੱਸੇ ਸਿਰ ਉੱਪਰ ਹੈ ਪਸ਼ੂ ਨਹੀਂ ਬੂਝੇ ਮੌਤ ਵਲੈਤ ਤੋਂ ਨਹੀਂ ਆਉਂਦੀ ਹਰ ਇਨਸਾਨ ਦੇ ਸਿਰ 'ਤੇ ਬਸ ਹੁਕਮ ਹੋਇਆ ਉਹਨੇ ਸਰੀਰ ਵਿੱਚ ਪ੍ਰਵੇਸ਼ ਕਰ ਜਾਣਾ ਰੂਹ ਵੱਖਰੀ ਸਰੀਰ ਵੱਖਰਾ ਤੂੰ ਹੰਕਾਰ ਕਾਹਦਾ ਕਾਹੇ ਰੇ ਨਰਗਭ ਕਰ ਤੂੰ ਦੱਸ ਝੂਠ ਦਾ ਹੰਕਾਰ ਕੋਈ ਕਰੇ। ਕੋਈ ਬੱਦਲ ਹੈ ਬੱਦਲ ਦੀ ਸ਼ਾਨ ਅਤੇ ਡੀਂਗਾ ਮਾਰੇ ਕਿ ਬੱਦਲ ਦੀ ਛਾਂ ਨਾਲ ਮੇਰਾ ਬੜਾ ਪ੍ਰੇਮ ਹੈ ਬੜਾ ਪ੍ਰੇਮ। ਗੁਰੂ ਅਰਜਨ ਦੇਵ ਜੀ ਕਹਿੰਦੇ ਮੂਰਖ ਲੱਭਣਾ ਹੋਵੇ ਤਾਂ ਆਈ ਹੈ ਜਿਹੜਾ ਕਹਿ ਰਿਹਾ ਮੇਰਾ ਬੱਦਲ ਦੀ ਤਾਂ ਹੁਣ ਇੱਥੇ ਹੈ ਪਲਾਂ ਨੂੰ ਕਿਤੇ ਹੈ ਇਹ ਤਾਂ ਝੂਠੀਆਂ ਗੱਲਾਂ ਨੇ ਸਭ ਮਾਈ ਮਾਇਆ ਸਰ ਤ੍ਰੇਣ ਕੇ ਅਗਰ ਮੈਂ ਕੀ ਛਾਇਆ ਕਿ ਬਿੰਦ ਪੜੇ ਮੈਨੂੰ ਹੜਕਾ ਚੱਲ ਇਸੀ ਤਰ੍ਹਾਂ ਧੰਨ ਟਕਾ ਪੈਸਾ ਹੈ ਜਿਵੇਂ ਮਾਈ ਮਾਇਆ ਛਲ ਤ੍ਰੇਣ ਕੀ ਅਗਨ ਸੁੱਕੇ ਕੱਖਾਂ ਦੀ ਅੱਗ ਬਲ ਜਾਂਦੀ ਬੁੱਝ ਜਾਂਦੀ
ਅਤੇ ਗੋਬਿੰਦ ਭਜਨ ਬਿਨ ਹੜ੍ਹ ਕਾ ਜਲ, ਹੜ੍ਹ ਆਉਂਦਾ ਹੈ ਪਾਣੀ ਆਉਂਦਾ ਸਭ ਕੇ ਰੋੜ ਕੇ ਲੈ ਜਾਂਦਾ, ਸਿਮਰਨ ਤੋਂ ਬਿਨਾਂ ਮਾਇਆ ਕੋਲ ਨਹੀਂ ਰਹਿੰਦੀ ਹੁੰਦੀ, ਇਹ ਚਲੀ ਜਾਂਦੀ ਹੈ। ਜਿਵੇਂ ਆਉਂਦੀ ਹੈ ਉਸ ਤੋਂ ਤੇਜ਼ੀ ਨਾਲ ਜਾਂਦੀ ਵੀ ਹੈ। ਤੋ ਹੰਕਾਰ ਕਾਹਦਾ ਹੈ? ਰਾਜਾ ਕਹਿੰਦਾ ਪੈਸਿਆਂ ਦਾ, ਫੌਜ ਦਾ, ਅਸਲੇ ਦਾ। ਕਹਿੰਦੇ ਦੇਖ ਮੈਂ ਤੈਨੂੰ ਅਜੇ ਵੀ ਸਮਝਾ ਰਿਹਾ, ਕਾਹਰੇ ਨਿਰਭ ਗਰਭ ਕਰ ਤੋ ਬਿਨਸ ਜਾ ਹੈ ਝੂਠੀ ਦੇਹ। ਕਦੀ ਵੀ ਦੇਹੀ ਦਾ ਹੰਕਾਰ ਨਹੀਂ ਕਰੀਦਾ ਹੁੰਦਾ, ਹੁਣ ਹੈ ਘੜੀ ਨੂੰ ਹੈ ਨਹੀਂ ਹੈ। ਗੁਰੂ ਨਾਨਕ ਜੀ ਕਹਿ ਰਹੇ ਬਾਲਾ ਮਰਦਾਨਾ ਜ਼ਿੰਦਗੀ ਦਾ ਕਿੰਨਾ ਕੁ ਭਰੋਸਾ ਪਾਈ। ਮਰਦਾਨਾ ਜੀ ਨੇ ਅਰਜ ਕੀਤੀ ਸੱਚੇ ਪਾਤਸ਼ਾਹ ਹੁਣ ਹੈਗੇ ਹਾਂ, ਕੱਲ੍ਹ ਨੂੰ ਕੀ ਪਤਾ ਹੋਣਾ ਕਿ ਨਹੀਂ ਹੋਣਾ, ਕਿਵੇਂ ਫਿਰ ਢਿੱਲੇ ਹੋਵਾਂਗੇ, ਫਿਰ ਬਿਮਾਰ ਹੋਵਾਂਗੇ, ਫਿਰ ਮੰਜੀ 'ਤੇ ਲੰਮੇ ਪਵਾਂਗੇ, ਫਿਰ ਔਖੇ ਔਖੇ ਸਾਹ ਚੱਲਣਗੇ, ਜਾਨ ਨਿਕਲਦਿਆਂ ਅੱਠ ਕੁ ਪੈਰ ਲੱਗ ਹੀ ਜਾਣਗੇ। ਗੁਰੂ ਜੀ ਕਹਿੰਦੇ ਵਾਹ ਭਾਈ ਬੜਾ ਲੰਮਾ ਦਾਈ ਹੈ, ਭਾਈ ਬਾਲਾ ਤੁਸੀਂ ਦੱਸੋ ਜ਼ਿੰਦਗੀ ਦਾ ਕਿੰਨਾ ਕੁ ਭਰੋਸਾ ਹੈ। ਕਹਿੰਦੇ ਗਰੀਬ ਨਵਾਜ ਹੁਣ ਹੈਗੇ ਅਗਲੀ ਘੜੀ ਦਾ ਕੀ ਪਤਾ ਹੋਣਾ ਹੈ ਕਿ ਨਹੀਂ। ਵਾਹ ਭਾਈ ਵਾਹ, ਤੇਰਾ ਵੀ ਬੰਨਾ ਬੜਾ ਲੰਮਾ ਦਾਈ ਹੈ, ਹੁਣ ਹੈਗੇ ਅਗਲੀ ਘੜੀ ਪਤਾ ਨਹੀਂ ਹੋਣਾ ਹੈ ਕਿ ਨਹੀਂ। ਦੇਖ ਨਹੀਂ ਸਾਧ ਸਿੰਘ ਰੋਜ਼ ਮੌਤਾਂ ਹੋ ਰਹੀਆਂ, ਘਰੋਂ ਚੰਗੇ ਫਲੇ ਜਾਂਦੇ ਨੇ, ਟੈਲੀਫੋਨ ਆ ਜਾਂਦਾ ਉੱਥੇ ਡਿੱਗ ਗਿਆ ਆ ਹੋ ਗਿਆ ਛੁੱਟੀ, ਬਸ ਪਤਾ ਹੀ ਨਹੀਂ। ਜੋ ਮਨ ਚੇਤਨ ਚੇਤੇ ਸਨ ਸਾ ਗੱਲ ਹੀ ਰੱਬ ਕੀ, ਉਹ ਆਪਣੇ ਹਿਸਾਬ ਨਾਲ ਚੱਲਦਾ। ਸੁਬਾਲਾ ਮਰਦਾਨਾ ਦੋਵਾਂ ਨੇ ਹੱਥ ਜੋੜੇ, ਗਰੀਬ ਨਵਾਜ ਆਪ ਦੱਸੋ ਜ਼ਿੰਦਗੀ ਦਾ ਕਿੰਨਾ ਕੁ ਭਰੋਸਾ ਹੈ। ਗੁਰੂ ਜੀ ਕਹਿੰਦੇ ਦੇਖੋ ਹਮ ਆਦਮੀ ਹੈ ਇੱਕ ਦਮੀ, ਦਮ ਸਾ ਬੰਦਾ, ਮੋਲ ਤਾਂ ਬਿਲਕੁਲ ਹੈ ਹੀ ਨਹੀਂ, ਇੱਕ ਪਲ ਦੀ ਵੀ ਨਹੀਂ। ਪਾਣੀ ਦਾ ਬੁਲਬ ਲੈ ਟੁੱਟਣ ਲੱਗਿਆ ਚਿਰ ਲੱਗਦਾ ਹੁੰਦਾ ਕਿਤੇ। ਕਹਿੰਦੇ ਮਹਾਰਾਜ ਜਿਵੇਂ ਆਪ ਜੀ ਕਹਿੰਦੇ ਇਵੇਂ ਹੀ ਠੀਕ। ਸੋ ਤਮਾਮ ਦੁਨੀਆ ਵੱਲ ਨਿਗਾਹ ਮਾਰ ਕੇ ਦੇਖ ਲਓ, ਕਿਉਂ ਨਹੀਂ ਸਵੇਰੇ ਉੱਠਦੇ, ਕਿਉਂ ਨਹੀਂ ਗੁਰਬਾਣੀ ਪੜ੍ਹਦੇ, ਕਿਉਂ ਨਹੀਂ ਨਾਮ ਜਪਦੇ ਵੀ ਚਲੋ ਚਾਰ ਕੜੀਆਂ ਰੱਬ ਦਾ ਨਾਂ ਲੈ ਲਈਏ। ਸਮਾਂ ਬੀਤਦਾ ਜਾ ਰਿਹਾ, ਅਜੇ ਮਰਨਾ ਨਹੀਂ ਹੈ, ਮਰ ਲੱਗਿਆ ਭਜਨ ਕਰ ਲਵਾਂਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛਿਆ ਆਪ ਗੁਰੂ ਘਰ ਦੇ ਵੇਦ ਵਿਆਸ। ਸੋ ਸਾਡਾ ਇਹ ਵਿਚਾਰ ਹੈ ਕਿ ਜਦੋਂ ਜ਼ਿੰਦਗੀ ਥੋੜ੍ਹੀ ਰਹਿ ਜਾਏਗੀ ਉਦੋਂ ਰੱਬ ਦਾ ਨਾਂ, ਗੁਰਬਾਣੀ ਦਾ ਪਾਠ, ਚੰਗੇ ਕੰਮ ਕਰਾਂਗੇ। ਤਾਂ ਇਹ ਸਾਡਾ ਵਿਚਾਰ ਠੀਕ ਹੈ ਕਿ ਗਲਤ? ਭਾਈ ਸਾਹਿਬ ਜੀ ਕਹਿੰਦੇ ਬਿਲਕੁਲ ਗਲਤ, ਬਿਲਕੁਲ। ਜਿਵੇਂ ਕਹਿੰਦੇ ਅਕਲਾਂ ਬਾਜੋ ਖੂਹ ਖਾਲੀ, ਕੱਖ ਨਹੀਂ ਤੁਹਾਡੇ ਪੱਲੇ। ਕਿਉਂ? ਉਹਨਾਂ ਨੇ ਚਾਰ ਮਿਸਾਲਾਂ ਦਿੱਤੀਆਂ। ਪਹਿਲੀ ਮਿਸਾਲ, ਜੈਸੇ ਘਰ ਲੱਗ ਗਏ ਆਗ, ਅੱਗ ਲੱਗ ਗਈ ਘਰ ਨੂੰ, ਪਾਣੀ ਜਾਏ ਖੂਹ ਖੋਦਿਓ ਚਾਹੇ, ਹੁਣ ਖੂਹ ਪੁੱਟਾਂਗੇ ਫਿਰ ਪਾਣੀ ਨਿਕਲੇਗਾ, ਫਿਰ ਬਚਾਵਾਂਗੇ ਤਾਂ ਘਰ ਸੜ ਜਾਏਗਾ, ਪਾਣੀ ਨਹੀਂ ਛੇਤੀ ਮਿਲਣਾ। ਜੈਸੇ ਘਰ ਲਾਗੇ ਆਗ ਜਾਏ ਕੂਆ ਖੋਦਿਓ ਚਾਹੇ, ਕਾਰਜ ਨ ਸਿੱਧ ਹੋਏ ਰੋਏ ਪਛੋਤਾਈ। ਜੈਸੇ ਤੋਂ ਸੰਗਰਾਮ ਸਮੇਂ ਚੀਕਿਓ ਚਾਹੇ ਵੀਰ ਵਿੱਦਿਆ, ਯੁੱਧ ਲੱਗਾ ਹੋਇਆ ਦੁਸ਼ਮਣ ਚੜ੍ਹ ਕੇ ਆ ਗਿਆ, ਕਹਿੰਦਾ ਮੈਨੂੰ ਗੱਤਕਾ ਸਿਖਾਓ ਤਾਂ ਕਿ ਮੈਂ ਰੋਕਾਂ ਇਹਨਾਂ। ਹੁਣ ਗੱਤਕਾ ਸਿੱਖੇਗਾ ਉਹ ਤਾਂ 6 ਮਹੀਨੇ ਸਾਲ ਲੱਗਣਾ, ਉਹ ਤਾਂ ਚੜ੍ਹ ਕੇ ਵੀ ਆ ਗਿਆ। ਅਨੱਥਾ ਉਦਮ ਕੀਤਾ ਜਿੱਤ ਪਦਵੀ ਨਾ ਪਾਈਆ, ਹਾਰੇਗਾ ਮਰ ਜਾਏਗਾ। ਤੀਸਰਾ ਦ੍ਰਿਸ਼ਟਾਂਤ, ਜੈਸੇ ਨਿਜ ਸੋਭਤ ਸੰਗਾਤੀ ਚੱਲ ਜਾਏ ਪਾਛੇ, ਹੁਣ ਰਾਤ ਦਾ ਸਮਾਂ ਸਵੇਰੇ ਡਾਲਦੇ ਉੱਠ ਕੇ ਚੱਲੇਗਾ, ਕਹਿੰਦਾ ਕੋਈ ਨਹੀਂ ਚੱਲਾਂਗੇ ਚੱਲਾਂਗੇ, ਪਹੁੰਚ ਹੀ ਜਾਣਾ ਚੱਲਾਂਗੇ। ਜੈਸੇ ਨਿਜ ਸੋਭਤ ਸੰਗਾਤੀ ਚੱਲ ਜਾਏ ਪਾਛੇ, ਭੋਰ ਬਹਿ ਪਾਰ ਬਾਂਧ ਇੱਕ ਪਾਰ ਹੈ ਕੋਲ। ਇੱਕ ਸਰੀਰ ਵਿੱਚ ਬਲ ਕੋਈ ਨਹੀਂ, ਕਿਵੇਂ ਰਲ ਜਾਏਗਾ? ਜਿਹੜੇ ਸਵੇਰ ਦੇ ਗਏ ਨੇ ਬਾਤ ਚੱਲ ਕੇ, ਉਹ ਹੋਰ ਅੱਗੇ ਜਾ ਹੀ ਨਹੀਂ ਸਕਦਾ। ਤੈਸੇ ਮਾਇਆ ਤੰਦ ਅੰਧ ਅਵਦ ਬਹਾਦ, ਬੰਦਾ ਮਰ ਗਿਆ ਕੰਮ ਧੰਦੇ ਕਰਦੇ, ਆ ਵੀ ਕਰ ਲਈਏ ਆ ਵੀ ਕਰ ਲਈਏ ਆ ਵੀ ਕਰ ਲਈਏ, ਭਾਈ ਕਿਤੇ ਬਾਣੀ ਵੀ ਪੜ੍ਹ ਲਈਏ ਕਿ ਨਹੀਂ, ਕਿਤੇ ਗੁਰਦੁਆਰੇ ਵੀ ਚਲੇ ਗਏ ਵੀ ਖਾਨਾ ਰੱਖਿਆ ਕਿ ਨਹੀਂ, ਸਵੇਰੇ ਪਾਠ ਵੀ ਕਰ ਲਈਏ ਇਹ ਵੀ ਟਾਈਮ ਹੈ, ਆ ਵੀ ਕਰ ਲਈਏ ਆ ਵੀ ਆਪਣਾ ਭਲਾ ਵੀ ਕਿਤੇ ਕਰ ਲਈਏ ਕਿ ਨਹੀਂ, ਇਹ ਸਮਾਂ ਨਹੀਂ ਰੱਖਿਆ ਆਪਣੇ ਭਲੇ ਦਾ। ਤੈਸੇ ਮਾਇਆ ਤੰਗ ਅੰਧ, ਸਰੀਰ ਵਾਸਤੇ ਧਨ ਇਕੱਠਾ ਕਰ ਲਈਏ, ਕਿਤੇ ਰੂਹ ਵਾਸਤੇ ਵੀ ਸੋਚਿਆ ਕੁਛ ਕਰ ਲਈਏ,
ਬਹੁਤ ਬਿਹਾਤ ਉਮਰ ਲੰਘਦੀ ਜਾ ਰਹੀ ਸਾਲ ਗਿਣਦੇ ਨੇ ਮੈਂ ਇੰਨੇ ਸਾਲਾਂ ਦਾ ਹੋ ਗਿਆ ਮੈਂ ਇੰਨੇ ਦਾ ਹੋ ਗਿਆ ਮੈਂ ਇੰਨੇ ਕਿੱਡੀਆਂ ਮੂਰਖ ਮੱਤਾਂ ਨੇ ਸੁਹਾਸ ਸਿੰਘ ਸੰਸਾਰ ਵਿੱਚ ਗੁਰੂ ਨਾਨਕ ਜੀ ਨੂੰ ਮਰਦਾਨਾ ਕਹਿੰਦਾ ਮਹਾਰਾਜ ਆਪ ਜੀ ਸਮਾਧੀ ਵਿੱਚ ਬੈਠੇ ਸੀ ਮੈਂ ਫਿਰਦਾ ਫਿਰਦਾ ਇਹ ਨਗਰ ਦੇ ਕੋਲ ਗਿਆ ਉੱਥੇ ਸ਼ਮਸ਼ਾਨ ਭੂਮੀ ਮੜੀਆਂ ਤੋ ਉਮਰਾਂ ਲਿਖੀਆਂ ਹੋਈਆਂ ਦੋ ਦੋ ਇੱਟਾਂ ਲਾ ਕੇ ਦੋ ਸਾਲ ਪੰਜ ਸਾਲ ਛੇ ਮਹੀਨੇ ਵੀਹ ਸਾਲ ਤੋਂ ਜ਼ਿਆਦਾ ਕਿਸੇ ਦੀ ਉਮਰ ਹੀ ਨਹੀਂ ਗੁਰੂ ਜੀ ਕਹਿੰਦੇ ਲੋਕ ਭਜਨ ਪਾਠ ਕਰਦੇ ਨੇ ਬੰਦਗੀ ਕਰਦੇ ਨੇ ਜਾਇਆ ਨਾਲੇ ਭੋਜਨ ਛੱਕ ਲਈ ਨਾਲੇ ਪੁੱਛ ਲਈ ਉੱਥੇ ਹੀ ਚਲਾ ਗਿਆ ਬੜਾ ਸਤਿਕਾਰ ਕੀਤਾ ਨਾਮ ਹੀ ਪੁੱਛਿਆ ਮਰਦਾਨਾ ਜੀ ਅੱਛਾ ਜੀ ਦੱਸੋ ਤੁਹਾਡੇ ਪਿੰਡ ਦੀਆਂ ਮੜੀਆਂ ਦੋ ਕਿ ਇੱਕ ਕਹਿੰਦੇ ਇੱਕ ਉਮਰਾਂ ਤਾਂ ਬੱਚਿਆਂ ਦੀਆਂ ਲਿਖੀਆਂ ਵੀਹ ਸਾਲ ਤੋਂ ਉੱਤੇ ਕਿਸੇ ਦੀ ਹੈ ਹੀ ਨਹੀਂ ਮਰਦਾਨਾ ਜੀ ਪੰਜ ਸਾਲ ਤੱਕ ਬੱਚੇ ਦੇ ਨਿਮਿੱਤ ਅਸੀਂ ਭਜਨ ਕਰਦੇ ਜਦੋਂ ਪੰਜ ਸਾਲ ਦਾ ਹੋ ਜਾਵੇ ਫਿਰ ਉਹਨੂੰ ਵਹੀ ਫੜਾ ਦੇਣੀ ਉਹ ਜਿੰਨਾ ਨਾਮ ਜਪੇ ਜਿੰਨਾ ਸਿਮਰਨ ਕਰੇ ਰੋਜ਼ ਲਿਖ ਦਿੰਦਾ ਰੋਜ਼ ਨਾਮਚਾ ਨੂੰ ਕਹਿੰਦੇ ਪੁਰਾਣੀ ਭਾਸ਼ਾ ਰੋਜ਼ ਨਾਮਚਾ ਉਹ ਲਿਖ ਦਿੰਦਾ ਉਹਦੇ ਵਿੱਚ ਅੱਜ ਇੰਨੀਆਂ ਘੜੀਆਂ ਬੰਦਗੀ ਅੱਜ ਇੰਨੀਆਂ ਘੜੀਆਂ ਸਤਸੰਗ ਅੱਜ ਇੰਨਾ ਸਿਮਰਨ ਉਹ ਫਿਰ ਜਦੋਂ ਸਰੀਰ ਛੱਡਦਾ ਮ੍ਰਿਤੂ ਹੁੰਦਾ ਸਾਡੇ ਪਿੰਡ ਦੀ ਪੰਚਾਇਤ ਇਕੱਠੇ ਹੋ ਕੇ ਉਹ ਸਾਰਾ ਟੋਟਲ ਲਾ ਕੇ ਮਹੀਨੇ ਸਾਲ ਬਣਾ ਕੇ ਜਿੱਥੇ ਸੰਸਕਾਰ ਕੀਤਾ ਹੁੰਦਾ ਦੋ ਇੱਟਾਂ ਲਾ ਕੇ ਲਿਖਦੇ ਇਹਦੀ ਉਮਰ ਇੰਨੀ ਹੈ ਬਸ ਬਾਕੀ ਅਸੀਂ ਉਮਰ ਹੀ ਨਹੀਂ ਗਿਣਦੇ ਉਮਰ ਸੋਈ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜ਼ਰੇ ਜਿਹੜੇ ਕਹਿੰਦੇ ਹੋ ਗਏ ਨੱਬਿਆਂ ਦੇ ਅੱਸੀਆਂ ਕਿੰਨਾ ਕੁ ਭਜਨ ਕੀਤਾ ਕਿੰਨਾ ਸਿਮਰਨ ਕੀਤਾ ਜੋੜੋ ਕਿੰਨੀ ਉਮਰ ਬਣੀ ਫਿਰ ਬਾਕੀ ਤਾਂ ਵਿਅਰਥੀ ਹੈ ਨਾ ਉਮਰ ਉਹ ਹੀ ਹੈ ਜਿਹੜੀ ਸਿਮਰਨ ਕਰਦਿਆਂ ਭਜਨ ਕਰਦਿਆਂ ਬਾਣੀ ਪੜ੍ਹਦਿਆਂ ਨਾਮ ਜਪਦਿਆਂ ਵਾਹਿਗੁਰੂ ਕਰਦਿਆਂ ਉਹ ਉਮਰ ਲੇਖੇ ਵਿੱਚ ਉਹੀ ਉਮਰ ਮੰਨੀ ਜਾਂਦੀ ਹੈ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਸੰਤ ਮਹਾਰਾਜ ਜੀ ਇੱਕ ਸਾਖੀ ਸੁਣਾਉਂਦੇ ਹੁੰਦੇ ਮਹਾਂਪੁਰਸ਼ ਕਹਿੰਦੇ ਇੱਕੋ ਹੀ ਆਇਆ ਕਿਸੇ ਦੇ ਘਰ ਤੋ ਜਿਵੇਂ ਉਹ ਸਤਿ ਸ਼੍ਰੀ ਅਕਾਲ ਫਤਿਹ ਹੋਈ ਉਹ ਪੁੱਛਦੇ ਨੇ ਭਾਈ ਬੀਬਾ ਬੇਟਾ ਤੇਰੀ ਉਮਰ ਕਿੰਨੀ ਕੁ ਹੈ ਕਹਿੰਦੇ ਬਾਬਾ ਜੀ ਮੇਰੀ ਉਮਰ ਤਾਂ ਵਾਹਵਾ ਸਾਲਾਂ ਦੀ ਹੈ ਫਿਰ ਵੀ ਪੰਦਰਾਂ ਸਾਲ ਅੱਛਾ ਠੀਕ ਹੈ ਤੇਰੇ ਪਤੀ ਦੀ ਉਮਰ ਕਿੰਨੀ ਹੈ ਦੋ ਸਾਲ ਦਾ ਹੋ ਗਿਆ ਜੀ ਅੱਛਾ ਠੀਕ ਅਤੇ ਸੱਸ ਵੀ ਬਾਬਾ ਜੀ ਛਿਆਂ ਮਹੀਨਿਆਂ ਦੀ ਹੋਈ ਚੱਲੀ ਹੈ ਸਹੁਰਾ ਕਹਿੰਦੇ ਉਹਦਾ ਜਨਮ ਹੀ ਨਹੀਂ ਹੋਇਆ ਉਹ ਕਿਸੇ ਨੇ ਲਿਆ ਸੁਣ ਹੈ ਇਹ ਪੰਦਰਾਂ ਸਾਲਾਂ ਦੀ ਪਤੀ ਦੋ ਸਾਲ ਦਾ ਸੱਸ ਛੇ ਮਹੀਨਿਆਂ ਦੀ ਹੋਣ ਵਾਲੀ ਹੈ ਸਹੁਰੇ ਦਾ ਜਨਮ ਹੀ ਨਹੀਂ ਹੋਇਆ ਹਾਂ ਕਹਿੰਦੇ ਅਸੀਂ ਗੁਰਮੁਖ ਲੋਕ ਹਾਂ ਹੁਣ ਵਿਚਾਰ ਹੋਈ ਕਹਿੰਦੇ ਮੈਨੂੰ ਅੰਮ੍ਰਿਤ ਛਕਿਆ ਬਾਬਾ ਜੀ ਪੰਦਰਾਂ ਸਾਲ ਹੋ ਗਏ ਵਿਆਹੀ ਆਈ ਤੋ ਮੇਰੇ ਪਤੀ ਨੇ ਛਕਿਆ ਦੋ ਸਾਲ ਇਹ ਦੋ ਸਾਲ ਦਾ ਹੋਣਾ ਤੋ ਸੱਸ ਨੂੰ ਵੀ ਸਮਝਾਇਆ ਮਰ ਜਾਣੀ ਹੈ ਤੂੰ ਵੀ ਗੁਰੂ ਵਾਲੀ ਬਣ ਜਾ ਤੋ ਛੇ ਮਹੀਨੇ ਹੋ ਗਏ ਅੰਮ੍ਰਿਤ ਛਕ ਲਿਆ ਛਿਆਂ ਮਹੀਨਿਆਂ ਦੀ ਹੈ ਸਹੁਰਾ ਜੇ ਜੰਮਿਆ ਹੀ ਨਹੀਂ ਨਗੁਰਾ ਹੀ ਤੁਰਿਆ ਫਿਰਦਾ ਹੈ ਇਉਂ ਮਹਾਂਪੁਰਸ਼ ਆ ਕੇ ਸੁਣਾਉਂਦੇ ਹੁੰਦੇ ਸਤਿਗੁਰ ਕੇ ਜਨਮ ਜਨਮ ਉਦੋਂ ਹੋਣਾ ਹੈ ਜਿੱਦਣ ਅੰਮ੍ਰਿਤ ਛਕ ਲਿਆ ਉਦੋਂ ਤੋਂ ਦੇਖੋ ਫਿਰ ਅੱਗੇ ਸਿਮਰਨ ਭਜਨ ਬੰਦਗੀ ਫਿਰ ਜੋੜੀਏ ਭਲਾ ਕਿੰਨੀ ਕੁ ਉਮਰ ਬਣਦੀ ਹੈ ਆਪਣੀ ਫਿਰ ਪਤਾ ਲੱਗੇ ਆਪਾਂ ਅੱਸੀਆਂ ਦੇ ਹਾਂ ਚਲੋ ਸੱਠ ਦਾ ਲਾ ਲਓ ਤੀਹ ਅੱਧੀਆਂ ਰਾਤਾਂ ਸੁੱਤਿਆਂ ਨੰਗੀਆਂ ਬਾਕੀ ਬੱਚੇ ਤੀਹ ਫਿਰ ਬਚਪਨ 'ਚ ਫਿਰ ਹੋਰ ਕੰਮਾਂ ਕਿੰਨੀ ਕੁ ਉਮਰ ਬਚੇਗੀ ਆਮ ਬੰਦਾ ਹਿੱਲ ਜਾਏਗਾ ਵੀ ਭਲੇ ਤਾਂ ਕੱਖ ਵੀ ਨਹੀਂ ਤੋ ਨਾਮਦੇਵ ਜੀ ਕਹਿੰਦੇ ਆਹ ਹੰਕਾਰ ਕਰਦਾ ਹੈ ਤਾਂ ਕੁਛ ਵੀ ਨਹੀਂ ਫਿਰ ਸਰੀਰ ਕਾਹਰੇ ਨਿਰਗਰਭ ਕਰਦਾ ਹੰਕਾਰ ਮਾਣ ਇਹ ਚੰਗਾ ਨਹੀਂ ਹੁੰਦਾ ਇਹ ਤਾਂ ਰੱਬ ਦੀ ਪ੍ਰੀਤੀ ਹੀ ਚੰਗੀ ਹੁੰਦੀ ਇਹਨਾਂ ਚੀਜ਼ਾਂ ਦਾ ਉਹ ਰਾਵਣ ਨੂੰ ਹੋ ਗਿਆ ਸੀ ਅਤ ਸੁੰਦਰ ਤ੍ਰੇਤੇ ਯੁੱਗ ਵਿੱਚ ਹੋਇਆ ਸੁੰਦਰ ਵੀ ਬੜਾ ਸੀ ਕੁਲੀਨ ਬਾਹਮਣਾਂ ਦਾ ਮੁੰਡਾ ਸੀ ਭਾਈ ਪੰਡਿਤ ਵੇਦ ਪਾਠੀ ਕੁਲੀਨ ਚਤਰ ਚਾਰ ਵੇਦ ਜਵਾਨੀ ਯਾਦ ਗੱਲਾਂ ਬਾਤਾਂ ਵਿੱਚ ਕਿਸੇ ਨੂੰ ਵਾਰੇ ਨਹੀਂ ਸੀ ਆਉਣ ਦਿੰਦਾ ਮੁੱਖ ਗਿਆਨੀ ਮੁੱਖ ਦਾ ਗਿਆਨੀ ਬੜਾ ਸੀ ਬੰਦਗੀ ਤੋਂ ਹੀ ਨਾ ਸੀ ਸਿਮਰ ਨਹੀਂ ਸੀ ਕਰਦਾ ਮੁੱਖ ਧਨਵੰਤ ਤ੍ਰੇਤੇ ਯੁੱਗ ਵਿੱਚ ਪਹਿਲੇ ਨੰਬਰ ਦਾ ਧਨੀ 360 ਕੋਹ ਸੋਨੇ ਦੀ ਲੰਕਾ
मृत कहिए नानका जी प्रीत नहीं भगवंत मुरदा। गुरबाणी नाल जदों कसौटी लगती है ना जीवन की, ये एक कित्थे क है, पास है फेल है, किन्ने नंबर ले ले सिक्खी दे। तो रावण इतना वेद पाठी हो के भी साढ़े गुरु जी कहते मूर्ख रावण क्या ले गया, की नंबर मिले मूर्ख। हुण आपां देखिए एक सिख नूं मैं पुछे किनू मनदा है, कहते गुरु गोबिंद सिंह नूं, किन्ने परसेंट, दो चार दस भी, कहते मैं तो पूरा ही मानता। मैं ठीक, पर जदों दसवें महाराज ने बछंबर सिंह नूं उपदेश दिता सी, इतिहास सुने, मेरा सिख पंज बाणियां दा नितनेमी होवेगा, मेरा सिख वंड के खाएगा, मेरा सिख चोरी नहीं करेगा, मेरा सिख नंगे सिर भोजन लंगर नहीं छकेगा, मेरा सिख दोवें टाइम कंघा करेगा, मेरा सिख खलो के लंगर नहीं छकेगा। तुसी व्याहां च डंगरां वांग खलोते हुंदे मनदे हो गुरु गोबिंद सिंह नूं? कहिंदा जी नहीं मनदा। फिर झूठ क्यों बोलदा? गुरु गोबिंद सिंह दी जी रहत मर्यादा ही नहीं मनदे ते कादे मनदे तुसी? गुंजी रट लाई हुई है, पढ़ो इतिहास, मोहरां लगियां गुरु जी दियां, मेरा सिख खलो के लंगर नहीं छकेगा। और छकते नहीं व्याहां च? जे पंज चार आ गए कोई गुरमुख लोग थले बह गए, आ पाठी ने रागी ने, वह कहते असं कीर्तन करते हैं भाई, वो थले बह के छकन लग गए। कहते इन्हों अकल ही नहीं, बाबे बने फिरते, अकल तुहानू नहीं, जेडे खलो के खाते देंदे बाबिया की करते। तो पढ़ो इतिहास। गुरु गोबिंद सिंह जी कहते मेरे सिख दियां निशानियां ने, वो खड़ा हो के खलो के लंगर नहीं छकेगा। खलोता किधर है? तुरदे जी भी ऐन उ गाइया फिर दियाँ, फिर कि मानते हैं अं गुरु गोबिंद सिंह। जो आप कसवटी तो लगे तोले जावे फिर पता लगेगा किन्ने क प्रसेंट असी सिख हाँ। फिर विह जिमें गुरु जी ने कहा असी उवें कर दें, कुछ शराबा पीते, चलो हूँ तो बड़ा सुधार हो गया, चलो ना 50 साल पिछे कई थावान से शायद फोटो हो मुंडिया के सिर पर बोतल रख रख के फोटो लाते होंगे, यह जे नलज होंगे लोग चुप्पी च, कसर छी इन्ह लोगों आता दीवाना नाल सत्संगा नाल गुरबाणी के प्रचार नाल बहुत सुधार होया। उदों दियां फोटो अज दियां कोई मनण वास्ते तैयार ने? बिलासपुर सन 1967 में एक मीटिंग हुई गुरद्वारा साहब, बड़ी वड्डी, बड़े गुरद्वारा ही भर गया, तो उत्थे गल्लां चलियां भी ग्रंथी जड़े ने इस साइकिल पिछे गुरु ग्रंथ साहब का सरूप कल्ले ही लै जांदे ने, तो सुधार होना चाहिए। बाबा जी बिच बैठे कहते हैं किन्या कना लड़ोगे तुसी? दीवान शुरू करो सत्संग, रोशनी आवे, सोझी आवे पबल को। तो वह 17-18 ने ना लिखाते, साल च सारे ने इस्तीफे देते, असी भी तुहाडा साथ देते, उस ते पट्ठे पाउणे, उस ते पैली पाउणी, तुसी बाबा जी कल्ले ही। सो 67 विच मिले, 17 जून सन 1967, 5-6 महीने हुए सी दीवान शुरू हो, मैं चिमटा बजा रहा सी, कितों सिख्या? मैं कहा जी पिता जी को, उन्हें मैं कहा संतां को, कहते साढ़े तो नाल जड़े चले इस्तीफे भी देते, मैं महाराज जी कृपा रखे इस्तीफा तो नहीं देंगे जिन्ना चिर साह है, कहते वाह वाह पक्का ही बंदे चंगे चाहिए। तो चल पिया, फिर होया ना सुधार। मैं चिट्ठियाँ पढ़िया ने पाठियाँ दियाँ, एक पाठी की मैं चिट्ठी सुना, चलो ना वह की लैना मूर्ख जेदा, बिलासपुर तहसील। अच्छा ज्ञान सिंह जी, असी तुहाडे घर पंज पाठी श्री खंड पाठ रखण आ रहे हैं अगले हफ्ते, तो पहले तोड़ दी बोतल रखियो, लाचियाँ कुछ बदाम, घर वालियां भी पीनी ते मूर्खां पाठियां भी पीनी। आ तां बिलासपुर दा हाल सी, जदों पता लगा भी कुलां दियां कुलां नरक च जांदियां, फिर सुधरे, फिर घर वालियां ने ते कहिंदे मर जाणे है जी चिट्ठियां। एक होर पाठी सी, उन्हें बिलासपुर में घर भी देखिया, पाठी नूं भी मिलिया, ते ओ ओ ना कुकड़ियां भजदियां भजदियां आईयां, तो ड्यूटी तो उठ के मरोड़ के उन्हें रख लिया। तो कोतलखेड़ा पिंड है, उत्थे लिया के सब्जी बना के खा ली उन्हें, वो घर वाले लभदे फिर कुकड़ी किधर गई, कुकड़ी किधर गई। पाठी कहता भी हुण मैनूं की पता, वो वेख्या तो लहू लग गया, इह जे मरजणे हुंदे।
ਇਹ ਤਾਂ ਦੀਵਾਨਾ ਨਾਲ ਸੁਧਾਰ ਹੋਇਆ, ਘੜਿਆਂ ਦੇ ਘੜੇ, ਸ਼ਰਾਬਾਂ, ਬੁਰਾ ਹਾਲ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕੀ ਹਾਲ ਸੀ। ਹੁਣ ਤਾਂ ਬਾਹਰੋਂ ਜਥੇ ਆਉਂਦੇ ਕਹਿੰਦੇ ਇੱਥੇ ਅੰਮ੍ਰਿਤਧਾਰੀ ਬੜੇ ਨੇ ਭਾਈ, ਧਾਰਨਾ 'ਚ ਬੜੇ ਬੋਲਦੇ ਨੇ, ਬੜੇ ਸਿੱਖ ਨੇ, ਬੜੇ ਦਾੜੀਆਂ ਵਾਲੇ ਨੇ। ਇਹ ਨਹੀਂ ਪਤਾ ਵੀ 50 ਸਾਲ ਹੋ ਗਏ ਨੇ ਸਿਰ ਖਪਾਈ ਕਰਦਿਆਂ, ਅਜੇ ਵੀ ਕਾਮਯਾਬੀ ਹੈਗੀ। ਇਹ ਨਹੀਂ ਪਤਾ ਉਹਨਾਂ ਲੋਕਾਂ ਨੂੰ ਵੀ ਕਿੰਨਾ ਸਮਾਂ, ਕਿੰਨੀ ਦੀਵਾਨ, ਕਿੰਨੀਆਂ ਕਥਾ। ਇਹ ਸੁਧਰਨ ਵਾਲੇ ਲੋਕ ਕਿਤੇ ਗੱਲਾਂ ਹੀ ਹੋਰ ਤਰ੍ਹਾਂ ਹੀ। ਤਾਂ ਵਿਚਾਰ ਹੋ ਰਹੀ ਸੀ ਹੰਕਾਰ ਕਾਹਦਾ, ਸਰੀਰ ਦਾ। ਇਹ ਅੱਜ ਵੀ ਹੈ ਨਹੀਂ ਅਤੇ ਕੱਲ੍ਹ ਵੀ ਹੈ ਨਹੀਂ। ਕਿਮਨਿਆ ਤਾਂ ਤੇਰੀਆਂ ਪਾਣੀ ਦੀਆਂ ਬੁਲਬੁਲਿਆ, ਕਿਮਨਿਆ ਤਾਂ ਤੇਰੀਆਂ ਪਾਣੀ ਦੀਆਂ ਬੁਲਬੁਲਿਆ, ਗਰਭ ਕਰ ਦੋ ਬਿੰਸ ਜਾਹੇ ਝੂਠੀ ਦੇਹੀ। ਕਹਿੰਦੇ ਭਗਤ ਜੀ ਬਿੰਸ ਜਾਏਗੀ ਜਦੋਂ ਬਿੰਸ ਜਾਏਗੀ, ਪੁੱਠਾ ਹੀ ਬੋਲਣਾ। ਇਸ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ, ਮੈਂ ਇਹ ਜਾਣ ਕੇ ਹਟਾਈ ਹੈ, ਜਿਵੇਂ ਕੀਤਾ ਕੀਤਾ। ਰਾਜਾ ਹੈ ਜਿਹਨੂੰ ਬੇਨਤੀ ਕਰਨੀ ਸੀ, ਉਹ ਹੀ ਵਿਗੜਿਆ ਹੋਇਆ, ਉਹ ਹੋ ਕੀ ਸਕਦਾ। ਇਸ ਕਰਕੇ ਕਹਿੰਦੇ ਦੇਖ, ਇਹ ਜੋ ਹੈ ਨਾ ਮੇਰਾ ਮਹੱਲ, ਮੇਰਾ ਮਕਾਨ, ਮੇਰੀ ਜ਼ਮੀਨ, ਮੇਰਾ, ਇਹਦੇ ਵਿੱਚ ਫਸੀ ਦਾ ਨਹੀਂ, ਰਾਜਨ ਨਿਕਲੀ ਦਾ ਹੁੰਦਾ। ਮੇਰੀ ਮੇਰੀ ਕੈਰੋਂ ਕਰਤੇ, ਦੁਆਪਰ ਦੇ ਅਖੀਰ ਵਿੱਚ ਹੋਏ ਨੇ। ਦਰਜੋਧਨ ਸੇ ਭਾਈ, 12 ਜੋਜਨ ਛਤਰ ਚਲੇ ਤਾਂ ਦੇਹੀ ਗਿਰਜ ਨਾ ਖਾਈ। ਉਹ ਪਾਪੀ ਜਾਣ ਕੇ ਗਿਰਜਾ ਨੇ ਉਹਨੂੰ ਖਾਧਾ ਨਹੀਂ ਸੀ। ਇਹ ਜਿਹਾ ਸੀ, ਹੰਕਾਰੀ ਸੀ ਤੇਰੇ ਵਾਂਗੂ, ਹਿੰਦੀ ਬੜਾ 100 ਭਰਾ ਸੀ, ਕਈ ਹੋਏ ਨੇ 100-100 ਭਰਾ। ਰਾਜਾ ਅਸ਼ੋਕ 100 ਭਰਾ ਸੀ, 4 ਭਰਾ ਕੀਰਤਨ ਕਰਦੇ ਸੀ, ਬਾਕੀ ਬੱਚੇ 96 ਉਹ ਇਹਦੇ ਨਾਲ ਸੀ ਵੀ ਇਹਨੂੰ ਰਾਜਾ ਬਣਾਉਣਾ। ਭਾਈ ਜੰਗ ਯੁੱਧ ਲਾ ਦਿੱਤੇ, ਉਹ ਮਦਦ ਕਰਦੇ ਸੀ, 4 ਹਟਾਉਂਦੇ ਸੀ ਕਿ ਰਾਜਨ ਰਾਜ ਸਦਾ ਨਹੀਂ ਰਹਿੰਦਾ, ਰੱਬ ਦਾ ਭਜਨ, ਰੱਬ ਦੀ ਬੰਦਗੀ ਹੀ ਸਭ ਤੋਂ ਠੀਕ ਹੈ, ਇਉਂ ਐਸਾ ਨਹੀਂ ਕਰੀਦਾ ਹੁੰਦਾ। ਉਹ ਫਿਰ ਜਦੋਂ ਮਿਲੇ, ਬੜੀ ਲੰਮੀ ਗੱਲ ਹੈ, ਉਹਨਾਂ ਚਵਾਂ ਨੇ ਸਮਝਾਇਆ, ਤਾਂ ਰਾਜੇ ਅਸ਼ੋਕ ਨੇ ਨਦੀ ਗੰਗਾ, ਉੱਥੇ ਪਟਨਾ ਸ਼ਹਿਰ ਕਹਿ ਲਓ, ਉੱਥੇ ਕਿਰਪਾਨ ਰੱਖ ਕੇ ਮੱਥਾ ਟੇਕ ਦਿੱਤਾ। ਹੇ ਪ੍ਰਭੂ, ਅੱਜ ਤੋਂ ਬਾਅਦ ਮੈਂ ਕੋਈ ਯੁੱਧ ਕਿਸੇ 'ਤੇ ਕੋਈ ਵਾਰ ਨਹੀਂ ਕਰਾਂਗਾ, ਜਿਹੜੇ ਮੇਰੇ 4 ਭਰਾ ਕਥਾ ਕੀਰਤਨ ਕਰਦੇ ਹਨ ਇਹਨਾਂ ਵਾਂਗੂ ਮੈਂ ਹੁਣ ਬੰਦਗੀ ਸਿਮਰਨ ਕਰਾਂਗਾ। ਕੋਈ ਹੱਤਿਆ, ਕੋਈ ਗੁਨਾਹ, ਗਲਤੀ ਮਾਫ਼ ਕਰੋ, ਨਹੀਂ ਕਰਾਂਗਾ। ਕਈ 100,000 ਭਰਾ ਵੀ ਹੋਏ। ਰਾਵਣ ਦਾ ਜੇ ਪੁੱਤਰ 100,000 ਸੀ ਤਾਂ ਸੱਕੇ ਭਰਾ 100,000 ਹੋ ਹੀ ਗਏ ਨਾ, 1,00,000 ਪੁੱਤਰ ਭਰਾ ਵੀ 100,000 ਹੋ ਹੀ ਗਏ। ਤੂੰ ਕਾਹਦਾ ਹੰਕਾਰ, ਮੇਰੀ ਮੇਰੀ ਕੈਰੋਂ ਕਰਦੇ ਹੈ ਰਾਜਨ, ਦੁਆਪਰ ਦੇ ਖੀਰ ਵਿੱਚ ਹੋਏ ਨੇ। ਗੱਲ ਇੱਥੋਂ ਚੱਲੀ ਸੀ ਕਿ ਪਾਂਡਵਾਂ ਦਾ ਰਾਜ ਸੀ ਦਿੱਲੀ, ਦੁਰਯੋਧਨ ਉਹ ਦੇਖਣ ਵਾਸਤੇ ਆਇਓ ਜੀ ਸਾਡੇ, ਉਹ ਆ ਗਿਆ, ਤੁਰਿਆ ਜਾਂਦਾ ਹੈ। ਜਿੱਥੇ ਪਾਣੀ ਨਜ਼ਰ ਆਉਂਦਾ ਹੈ ਉੱਥੇ ਸੁੱਕਾ ਸੀ, ਉਹ ਗੜੰਮ ਵਿੱਚ ਡਿੱਗਦਾ, ਜਿੱਥੇ ਸੁੱਕਾ ਆਉਂਦਾ ਉੱਥੇ ਪਾਣੀ ਡਿੱਗ ਜਾਂਦਾ, ਜਿੱਥੇ ਐਂ ਲੱਗਦਾ ਪਾਣੀ ਉਹ ਧੋਤੀ ਸੰਕੋਚ ਲੈਂਦਾ ਉਹ ਸੁੱਕਾ ਹੁੰਦਾ ਸੀ, ਫਿਰ ਚੱਲ ਪੈਂਦਾ, ਫਿਰ ਦੇਖਦਾ ਆਹ ਪਾਣੀ ਹੈ, ਉਹ ਕੱਪੜੇ ਸੰਕੋਚ ਲੈਂਦਾ ਉਹ ਸੁੱਕਾ ਹੁੰਦਾ ਸੀ, ਕਦੇ ਇੱਧਰ ਡਿੱਗਿਆ ਕਦੇ ਇੱਧਰ, ਇਹ ਜਿਹੀ ਸ਼ੀਸ਼ਾ ਲਾਇਆ
ਜਿਵੇਂ ਚੀਨ ਵਿੱਚ ਇੱਕ ਪੁਲ ਬਣਿਆ ਹੈ, ਉਹਦੇ ਉੱਤੋਂ ਜਿਹੜਾ ਲੰਘੇ ਘਬਰਾ ਘਬਰਾ ਡਿਆ ਡਿਆ ਕੇ ਡਿੱਗਦੇ, ਉਹ ਮਰਦੇ ਤਾਂ ਨਹੀਂ ਪਰ ਉਹ ਲੱਗਦਾ ਜਿਵੇਂ ਪਾਣੀ। ਇਹੋ ਜਿਹਾ ਸ਼ੀਸ਼ਾ ਸਾਫ ਲਾਇਆ ਹੋਇਆ ਦਿੱਲੀ, ਜਿੱਥੇ ਲੱਗਦਾ ਪਾਣੀ ਉਹ ਧੋਤੀ ਸੰਕੋਚ ਲਵੇ ਦਰਜੋਜਨ, ਪਾਣੀ ਆ ਗਿਆ ਗੋਡੇ ਗੋਡੇ ਜ਼ਿਆਦਾ ਹੋਣਾ, ਉਹ ਸੁੱਕਾ ਖੜਚ ਖੜਚ ਵੱਜੇ ਪੈਰ, ਜਾਂ ਦੇਖੇ ਸੁੱਕਾ ਪੱਥਰ ਨਜ਼ਰ ਆ ਜਾਓ ਡਿੱਗ ਗਏ ਕੜਾਹ, ਲੱਕ ਤੱਕ ਕੱਪੜੇ ਭਿੱਜ ਗਏ। ਤੋ ਦਰੋਪਦੀ ਕਹਿੰਦੀ ਅੰਨਿਆਂ ਦੀ ਅੰਸਾ ਅੰਨੀਓ ਹੀ ਰਹੀ, ਅੰਨੇ ਦੀ ਲਾਦ ਅੰਨੀ ਹੀ ਰਹੀ, ਕਿਉਂਕਿ ਧਰਤਰਾਸ਼ਟਰ ਅੰਦਲਾ ਸੀ, ਉਹਦੇ ਮੁੰਡੇ ਸਨ 100। ਅੱਛਾ ਕਹਿੰਦਾ ਅੰਨੇ ਦੀ ਲਾਦ ਅੰਨੀ, ਤੇਰੇ ਨਾਲ ਤਾਂ ਨਿਬੜੂ ਚੰਗੀ ਤਰ੍ਹਾਂ। ਇੱਥੋਂ ਹੀ ਮਹਾਂਭਾਰਤ ਦਾ ਯੁੱਧ ਸ਼ੁਰੂ ਹੋ ਗਿਆ। ਤਾਂ ਹੀ ਕਹਿੰਦੇ ਨੇ ਵੀ ਘਰ ਘੁਰ ਨਹੀਂ ਕਿਸੇ ਨੂੰ ਵਿਖਾਉਣੇ ਚਾਹੀਦੇ, ਚੁੱਪ ਕਰਕੇ ਰਹੀ ਜਾਓ, ਬਸ ਇਹ ਵਿਖਾਉਣ ਦਾ ਬਣਦਾ ਹੀ ਨਹੀਂ। ਰਹਿਣਾ ਕਿਸੇ ਵਿਖਾਈ ਕਿਸੇ ਨੂੰ, ਫਿਰ ਇੱਥੇ ਮੇਰਾ ਆ ਜੀ ਇੱਥੇ ਤਾਂ ਮੋਟੀ ਮੱਤ ਹੈ। ਤਦੇ ਲਿਖੀਆਂ ਨੇ ਕਿਹਾ ਨਾ ਪਹਿਲਾਂ ਤਾਂ ਨਹੀਂ, ਫਿਰ ਪਾਬੰਦੀ ਲਾਈ, ਪਰ ਨਹੀਂ ਲੋਕ ਹਟਦੇ ਸੀ, ਸੌਂਦੇ ਹਾਂ ਇੱਥੇ, ਰਹਿੰਦੇ ਹਾਂ ਇੱਥੇ, ਆ ਇੱਥੇ ਆ, ਇਹੋ ਜਿਹਾ ਪਖੰਡ ਫੜਿਆ। ਤੋ ਹੁਣ ਜੂਆ ਖੇਡਿਆ, ਰਾਜਪਾਗ ਹਾਰ ਗਏ, ਇੱਕ ਬੰਨੇ ਹਿੰਦੁਸਤਾਨ ਦਾ ਰਾਜ, ਇੱਕ ਬੰਨੇ ਇਕੱਲੀ ਦਰੋਪਦੀ। ਯੂਪੀ ਵਿੱਚ ਬਦਾਈਓਂ ਤੋਂ ਅੱਗੇ ਸੋਹਰਾ ਹੈ, ਸੋਹਰਾ ਤੋਂ 25-26 ਕਿਲੋਮੀਟਰ ਚੜ੍ਹਦੇ ਨੂੰ ਜਾਈਏ ਉੱਥੇ ਪਟਿਆਲੀ ਇੱਕ ਸ਼ਹਿਰ ਹੈ, ਜਿੱਥੇ ਦਰੋਪਦੀ ਜੀ ਦੀ ਜਨਮ ਭੂਮੀ ਹੈ। ਉੱਥੇ ਹੀ ਉਹ ਜਗ੍ਹਾ ਬਣੀਆਂ ਹੋਈਆਂ ਜਿੱਥੇ ਅਰਜਨ ਜਿੱਤ ਕੇ ਲਿਆਇਆ ਸੀ। ਰਾਜਾ ਪੰਚਾਲ ਇੱਥੋਂ ਦਾ ਯੂਪੀ ਦਾ ਹੀ ਹੋਇਆ ਹੈ। ਤਾਂ ਉਹ ਹੁਣ ਇੱਕ ਬੰਨੇ ਇਹ ਹੈ ਇਕੱਲੀ, ਇੱਕ ਬੰਨੇ ਹਿੰਦੁਸਤਾਨ ਦਾ ਰਾਜ, ਉਹ ਵੀ ਹਾਰ ਗਏ। ਫਿਰ ਬੜੀ ਲੰਮੀ ਗੱਲ ਹੈ, ਬੇਇੱਜ਼ਤੀ ਕਰਨੀ ਚਾਹੇ, ਚਲੋ ਭਗਵਾਨ ਨੇ ਮਦਦ ਕੀਤੀ, ਕਰਨੀ ਵੀ ਚਾਹੀਦੀ ਸੀ। ਤਾਂ ਕਹਿ ਰਹੇ ਦੇਖੋ ਰਾਜਨ, ਨਾਮਦੇਵ ਜੀ ਕਹਿੰਦੇ ਮੇਰੀ ਮੇਰੀ ਉਹ ਮੂਰਖਾਂ ਦਾ ਟੱਬਰ ਦੁਰਯੋਧਨ ਕਰਦਾ ਹੁੰਦਾ ਸੀ। ਕਰ ਗਏ ਮੇਰੀ ਮੇਰੀ ਕਹਿਰੋਂ, ਕਰ ਗਏ ਕਹਿਰੋਂ, ਕਰ ਗਏ ਕਰ ਗਏ ਮੇਰੀ ਮੇਰੀ ਕਹਿਰੋਂ, ਕਰ ਗਏ ਕਹਿਰੋਂ। ਦਸ ਪੰਚਾਇਤਾਂ ਹੋਈਆਂ, ਕੋਈ ਫੈਸਲਾ ਨਹੀਂ ਮੰਨਦੇ ਹੀ। ਅੱਛਾ ਕਹਿੰਦੇ ਭਗਵਾਨ ਨੂੰ ਕਹੋ ਜੀ, ਖਾਨੇ 'ਚ ਬਹਿ ਜੇ ਇਹਨਾਂ ਦੇ। ਕ੍ਰਿਸ਼ਨ ਜੀ ਦੁਆਰਕਾ
ਤੋਂ 5000 ਫੌਜ ਨਾਲ ਰਾਜ ਵੀ ਕਰਦੇ ਸਨ ਤੋ ਆਏ। ਅੱਛਾ ਕਹਿੰਦੇ ਕੱਲ੍ਹ ਗੱਲਬਾਤ ਹੋਏਗੀ। ਰਾਤ ਬਿਦਰ ਜੀ ਦੇ ਰੁਕੇ, ਸਵੇਰੇ ਛਿੜ ਪਈ ਕਿ ਦੇਖੋ ਪਾਂਡੋ ਹਨ, ਤੁਸੀਂ ਜਿੱਤ ਲਿਆ ਠੀਕ ਹੈ, ਜੂਆ ਨਹੀਂ ਖੇਡਣਾ ਚਾਹੀਦਾ। ਅੱਜ ਕੱਲ੍ਹ ਵੀ ਲੋਕ ਇਸ ਤਰ੍ਹਾਂ ਹੀ ਕਰਦੇ ਨੇ। ਆਪਣੇ ਥੋੜ੍ਹੇ ਦਿਨ ਹੋਏ ਨੇ ਜਥੇ ਜੇਕਰ ਰਲਿਆ, ਉਹਨੂੰ ਮੋਹਣ ਕਹਿੰਦੇ, ਮੋਹਣ ਸਿੰਘ ਮੋਹਣੀ ਮੋਹਣੀ। ਹੁਣ ਟਰੈਕਟਰ ਲੈ ਕੇ ਗਿਆ ਕੰਮ ਸੀ ਅਤੇ ਨਾਲ ਹੀ ਲਿਆਈਦਾ। ਇਹ ਇਹਨਾਂ ਦੀ ਜ਼ਮੀਨ ਜ਼ਿਲ੍ਹਾ ਬਿਜਨੌਰ 45 ਕਿੱਲੇ ਹੁੰਦੀ। ਤੋ ਇਹਦੇ ਪਿਤਾ ਜੀ ਜੂਆ ਖੇਡਣ ਲੱਗ ਪਏ, ਸਾਰੀ ਹਾਰ ਕੇ ਮਰਲਾ ਵੀ ਨਹੀਂ। ਅਤੇ ਉਹ ਆਪ ਦੱਸਦਾ, ਉਹ ਕਹਿੰਦੇ ਬਾਬਾ ਜੀ ਮੇਰੀ ਸਾਖੀ ਸੁਣਾਇਆ ਕਰੋ, ਮੁੰਡੇ ਸ਼ਾਇਦ ਸੁਧਰ ਜਾਣ, ਆ ਜਾਣਾ ਸੀ ਨਾਲ ਥੋੜ੍ਹੀ ਦੂਰ ਹੈ। ਤੋ ਇਹਦੀ ਮੰਮੀ ਵੀ ਹਾਰ ਗਿਆ ਇਹਦਾ ਪਾਪਾ। ਉਹ ਜਦੋਂ ਦੂਜਾ ਲੈ ਗਿਆ ਜੂਆ ਖੇਡ ਕੇ ਦਰੋਪਦੀ ਵਾਂਗੂ, ਥੋੜ੍ਹੇ ਦਿਨ ਰਹੀ ਪੱਥਰ ਕੁਛ ਖਾ ਕੇ ਮਰ ਗਈ। ਤੋ ਇਹ ਤਾਂ ਸਾਡੇ ਕੋਲ ਆ ਗਿਆ ਵਿਚਾਰਾ, ਹੁਣ ਰਿਹਾ ਕੱਖ ਨਹੀਂ। ਗੁਰੂ ਘਰ ਤਾਂ ਵੈਸੇ ਵੀ ਆਉਣਾ ਹੀ ਚਾਹੀਦਾ, ਪਰ ਕਹਿੰਦਾ ਜੇ ਫਾਰਮ ਉਹ ਕਿੰਨੇ 40-40 ਲੱਖ ਨੂੰ ਕਿੱਲਾ ਸ਼ਹਿਰ ਦੇ ਨੇੜੇ, 45 ਕਿੱਲੇ, ਆਹ ਥੋੜ੍ਹੇ ਸਾਲਾਂ ਦੀ ਗੱਲ। ਆਹ ਮੁੰਡੇ ਲੱਗ ਤਾਂ ਜਾਂਦੇ ਨੇ ਨਾ, ਕੱਖ ਨਹੀਂ ਇਹਨਾਂ ਨੂੰ ਪਤਾ। ਤਾਸ਼ ਖੇਡਦੇ ਖੇਡਦੇ ਹੌਲੀ 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 ਬਸ ਫਿਰ ਇੱਥੇ ਆ ਕੇ ਕੰਮ ਮੁੱਕਦਾ, ਕੱਖ ਨਹੀਂ ਰਹਿੰਦਾ। ਇੱਕ ਨਾ ਕੋਈ ਬਜ਼ੁਰਗ ਢਿੱਲਾ ਹੋ ਗਿਆ, ਸਰੀਰ ਛੱਡਣ ਲੱਗਾ। ਮੁੰਡਾ ਕਹਿੰਦਾ ਪਿਤਾ ਜੀ ਕੋਈ ਸ਼ਿਕਸ਼ਾ? ਉਹ ਕਹਿੰਦੇ ਬੇਟਾ ਜੂਆ ਨਾ ਖੇਡੀ। ਕਹਿੰਦੇ ਜੇ ਜੀ ਕਰੇ, ਹੁਣ ਜੀ ਤਾਂ ਬਹੁਤ ਕੁਛ ਕਰਦਾ ਭਾਈ, ਜੀ ਦੇ ਪਿੱਛੇ ਤਾਂ ਚੱਲਣਾ ਨਹੀਂ ਚਾਹੀਦਾ। ਜੇ ਜੀ ਕਰੇ ਕਹਿੰਦੇ ਫਿਰ ਜਿਹੜੇ ਸਾਰਿਆਂ ਤੋਂ ਵੱਡਾ ਹੈ ਨਾ ਉਹਦੇ ਨਾਲ ਖੇਡੀ, ਮਾੜੇ ਮੋਟੇ ਨਾਲ ਨਾ। ਉਹਦਾ ਜੀ ਕਰਿਆ ਜੂਆ ਖੇਡਣ 'ਤੇ, ਉਹ ਸ਼ਹਿਰ ਚਲਾ ਗਿਆ। ਉੱਥੇ ਠੀਕਰਾਂ ਨਾਲ ਖੇਡਦੇ, ਤੁਸੀਂ ਜੂਏ ਬਾਜ਼? ਹਾਂ। ਕਹਿੰਦਾ ਕਾਕਾ ਸਿਰੇ ਦੇ ਤੋ ਮੈਂ ਤੁਹਾਡੇ ਨਾਲ ਖੇਡਣਾ। ਕਹਿੰਦੇ ਨਹੀਂ, ਉਹ ਅੱਗੇ ਜਾਓ ਅੱਗੇ। ਉਹ ਅੱਗੇ ਗਿਆ ਤਾਂ ਕੀ ਦੇਖਦਾ, ਸੋਨੇ ਦੀਆਂ ਮੋਹਰਾਂ ਨਾਲ ਖੇਡਦੇ। ਕਹਿੰਦੇ ਜੂਆ? ਹਾਂ। ਤੁਹਾਡੇ ਨਾਲ ਵੱਡੇ? ਕਹਿੰਦੇ ਉਹ ਅੱਗੇ ਨਹੀਂ। ਅੱਗੇ ਗਿਆ ਤਾਂ ਉਹ ਵੈਸੇ ਹੁੰਦੀਆਂ ਮੋਹਰਾਂ, ਸੋਨੇ ਦੀਆਂ ਇੱਟਾਂ ਦੇ ਮੋਹਰਾਂ ਨਾਲ, ਅੱਗੇ ਚਾਂਦੀ ਦੇ ਰੁਪਈਏ, ਅੱਗੇ ਲੋਹੇ ਦੇ ਪੈਸੇ, ਅੱਗੇ ਉੱਥੇ ਹੀ ਆ ਗਿਆ ਜਿੱਥੇ ਉਹ ਜਿੰਨਾ ਗਿਆ ਸੀ ਉੱਧਰ ਜਾ ਠੀਕਰਾਂ ਨਾਲ। ਤੁਸੀਂ ਕੌਣ? ਕਹਿੰਦੇ ਸਭ ਤੋਂ ਵੱਡੇ ਜੂਏ ਬਾਜ਼। ਫਿਰ ਠੀਕਰਾਂ ਨਾਲ ਕਿਉਂ ਖੇਡਦੇ? ਕਾਕਾ ਖੇਡ ਲੈ, ਸਾਲ ਦੋ 'ਚ ਤੁਸੀਂ ਸਾਡੇ ਨਾਲ ਹੀ ਰਹਿਣਾ ਰਹਿਣਾ, ਕੱਖ ਤੇਰਾ ਵੀ ਨਹੀਂ, ਇੱਥੇ ਹੀ ਆਉਣਾ। ਤੋ ਜੂਏ ਵਾਲੇ ਠੀਕਰਾਂ 'ਚ ਹੀ ਆਉਂਦੇ, ਕੱਖ ਨਹੀਂ। ਕੱਲ੍ਹ ਦੀਆਂ ਗੱਲਾਂ 2-4 ਸਾਲ ਦੀਆਂ, ਕੋਈ 100 ਸਾਲ ਦੀ ਗੱਲ ਨਹੀਂ। ਉਹ ਪਹਿਲੀ ਜਾਓਗੇ ਮਿਲ ਲਿਓ, ਨਾਲੇ ਰੋਂਦਾ ਨਾਲੇ ਦੱਸੂ ਆਪਣੀ ਜਵਾਨੀ ਵੀ, ਮੇਰੀ ਮੰਮੀ ਵੀ ਹਾਰ ਗਿਆ ਪਾਪਾ, ਪੈਲੀ ਵੀ ਹਾਰ। ਇਹ ਕਿਹਦਾ ਵਿਚਾਰਾ, ਦਰੋਪਦੀ ਹਾਰ ਗਏ ਪਾਂਡੋ, ਉਹ ਘੱਟ ਸੀ ਕਿਤੇ? ਤੋ ਕੁਛ ਨਹੀਂ ਬਚਦਾ। ਮੇਰੀ ਮੇਰੀ ਕੈਰੋਂ ਕਰਤੇ ਦਰਜੋਧਨ ਸੇ ਭਾਈ, 12 ਯੋਜਨ ਸਤਰ ਥਾ ਦੇਹੀ ਗਿਰਜ ਨਾ ਖਾਈ। ਤੋ ਸਰਬ ਸਾਨੂੰ ਸੁਣ ਕੀ ਲੰਕਾ ਹੋਤੀ। ਕਹਿੰਦੇ ਐ ਰਾਜਨ, ਤੇਰੇ ਕੋਲ ਤਾਂ ਕੱਖ ਵੀ ਨਹੀਂ ਹੈ, ਸੋਨਾ ਕੀ ਲਈ ਫਿਰਦਾ ਹੈ? ਇੱਥੇ ਉਹ ਹੋ ਕੇ ਚਲੇ ਗਏ ਨੇ ਜਿਨ੍ਹਾਂ ਦੀ 360 ਕੋਹ ਸੋਨੇ ਦੀ ਲੰਕਾ, ਸੋਨੇ ਦੀਆਂ ਇੱਟਾਂ ਨਾਲ ਕਈ ਕਈ ਮੰਜ਼ਲੇ ਮਕਾਨ ਬਣੇ ਹੋਏ, ਜਿੱਥੇ ਰਾਵਣ ਦੇ ਹਾਥੀ ਖੋਤੇ ਘੋੜੇ ਹੁੰਦੇ ਸੀ, ਉਹ ਮਕਾਨ ਵੀ ਸੋਨੇ ਦੇ ਬਣੇ ਹੋਏ ਸੀ। ਤੋ ਹਲਦੀ ਬੜੀ ਮਹਿੰਗੀ, ਲੋਹਾ ਬੜਾ ਮਹਿੰਗਾ ਮਿਲਦਾ ਰਾਵਣ ਨੂੰ। ਤੋ ਸਾਰੇ ਦੇਸ਼ ਦੇ ਹਿੰਦੁਸਤਾਨ ਦੇ ਰਾਜੇ ਉਹਨੂੰ ਮਿਲਣ ਵਾਸਤੇ ਜਾਂਦੇ ਹੁੰਦੇ, ਵੀ ਕਿਤੇ ਮਾਰ ਹੀ ਨਾ ਦੇਵੇ, ਖੜ੍ਹੇ ਰਹਿਣਾ ਖੜ੍ਹੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਿਆ ਰਾਵਣ ਬਾਰੇ, ਪੜ੍ਹ ਕੇ ਦੇਖਿਓ ਇਤਿਹਾਸ। ਜਿੰਨਾ ਚਿਰ ਕਹਿਣਾ, ਜਿਹਨੂੰ ਆਵਾਜ਼ ਵੱਜਣੀ ਉਹਨੇ ਹੀ ਅੰਦਰ ਜਾਣਾ, ਉਹਨੇ ਕੰਬੀ ਜਾਣਾ। ਜਿੰਨਾ ਚਿਰ ਉਹਨੇ ਕਹਿਣਾ ਨਾ ਟਿੱਗ ਬੈਠਣੇ ਨਾ ਫਾਂ ਦੇ, ਬਹਿ ਨਹੀਂ ਸੀ ਸਕਦੇ, ਪਤਾ ਨਹੀਂ ਕੀ ਮੂੰਹ ਬੋਲੇ ਰਾਵਣ। ਤੋ ਰਾਮ ਜੀ ਨਾਲ ਯੁੱਧ ਲੱਗ ਗਿਆ, ਦਲੇਰ ਵੀ ਸੀ, ਸੀਤਾ ਜੀ ਨੂੰ ਇਕੱਲਾ ਹੀ ਚੁੱਕ ਲਿਆ, ਕਿਹੜੀ ਫੌਜ ਖੜ੍ਹੀ ਸੀ ਨਾਲ, ਕਹਿੰਦੇ ਰਾਵਣ ਰਾਮ ਕੀ ਪਿੱਛੋਂ ਨਹੀਂ ਹੈ। ਤਾਂ ਫਿਰ ਲੜਾਈ ਹੋ ਗਈ ਯੁੱਧ, ਅਤੇ ਰਾਮ ਜੀ ਨੇ ਬਾਂਦਰ 80 ਲੱਖ ਬਾਂਦਰ ਲਿਆ, 80 ਲੱਖ ਉਹਨਾਂ ਦਾ ਮੁਖੀ ਜਰਨੈਲ। ਕਰਹਿਣਾ ਮੰਤਰ ਅਰਾਧਿਆ, ਗੁਰੂ ਗ੍ਰੰਥ ਸਾਹਿਬ ਜੀ ਨੇ ਹਨੂੰਮਾਨ ਦਾ ਨਾਂ, ਹੁਣ ਮੰਤਰ ਆਪਾਂ ਸਿੱਧਾ ਜਿਹਾ ਹੀ ਬੋਲ ਛੱਡਦੇ, ਜੇ ਮਨੀਮ ਕਹਿ ਛੱਡਦੇ, ਅਰਬੀ ਭਾਸ਼ਾ ਵਿੱਚ ਮਨੀਬ, ਪਰ ਸਾਡੀ ਬੋਲੀ ਥੋੜ੍ਹੀ ਇਹੋ ਜਿਹੀ ਹੈ, ਪਿੰਡਾਂ 'ਚ ਮਨੀਮ ਕਹਿ ਛੱਡਦੇ, ਚਲੋ ਗੱਲ ਹੀ ਸਮਝਣੀ, ਹਨੂੰਮਾਨ ਕਹਿ ਸਕਦੇ। ਇਹ ਨਾਂ ਨਹੀਂ ਹੈ ਉਹਦਾ, ਹਰਮੰਤਰ
ਅਰਾਧਿਆ ਮਿਲਿਆ ਤੁਰਸ ਜੋ ਜਰਨੈਲ ਬਣਾਤਾ ਯੁੱਧ ਲੱਗ ਗਿਆ ਲੜਾਈ ਲੱਗ ਗਈ ਤੀਰ ਚੱਲ ਰਹੇ ਲੰਕਾ ਸੜ ਰਹੀ ਹੈ ਸੋਨਾ ਉਹੋ ਹੀ ਜਿਹੜੇ ਲਟੇਰੇ ਭਰ ਭਰ ਗੱਡੇ ਲਈ ਜਾਂਦੇ ਨੇ ਦੇਖਦਾ ਉਹ ਉਦੋਂ ਦਾ ਆਪਣੇ ਦੇਸ਼ ਵਿੱਚ ਪਤਾ ਨਹੀਂ ਕਿਤੇ ਕਿਤੇ ਦੱਬਿਆ ਅਜੇ ਵੀ ਮਿਲਦਾ ਕਈਆਂ ਉਹ ਪਤਾ ਨਹੀਂ ਕਿਤੇ 100 ਕੁਇੰਟਲ ਕਿਤੇ 200 ਸਰਕਾਰਾਂ ਨੂੰ ਮਿਲਦਾ ਉਹ ਉਦੋਂ ਦਾ ਉਧੇੜ ਕੇ ਲੈਂਦੀ ਨੇ ਸਾਰੀ ਕੱਖ ਨਹੀਂ ਸੀ ਛੱਡਿਆ ਲੋਕਾਂ ਨੇ ਤਾਂ ਡਰਦੇ ਸੀ ਉਹ ਗਿਆ ਅਤੇ ਬਸ ਛੁੱਟੀ ਕੰਮ ਰਾਮ ਜੀ ਕਹਿੰਦੇ ਲੈ ਜਾਓ ਆਪਾਂ ਨੂੰ ਨਹੀਂ ਚਾਹੀਦੀ ਲੁੱਟ ਲਈ ਸਾਰੇ ਦੇਸ਼ ਨੇ ਜਿੰਨਾ ਕੋਈ ਲਿਆ ਸਕਿਆ ਉਹ ਇੱਟਾਂ ਅਜੇ ਵੀ ਨਿਕਲਦੀਆਂ ਆਪਣੇ ਦੇਸ਼ ਵਿੱਚ ਉੱਥੋਂ ਹੀ ਆਈਆਂ ਹੋਈਆਂ ਨੇ ਤਾਂ ਹੁਣ ਦੇਖਿਆ ਵੀ ਮਰਦੇ ਜਾ ਰਹੇ ਨੇ ਸਾਰੇ ਕੋਈ ਬਚਦਾ ਹੀ ਨਹੀਂ ਹੈ ਫਿਰ ਇਹਨੇ ਤਨਚਬਾਨ ਚੁੱਕਿਆ ਕਸ ਕਸ ਬਾਣ ਮਾਰਦਾ ਲਛਮਣ ਦੇ ਵਜਾ ਛਾਤੀ 'ਚ ਮੂਰਛਾ ਹੋ ਕੇ ਡਿੱਗ ਪਿਆ ਸਾਜ ਬੰਦ ਰਾਮ ਜੀ ਕਹਿੰਦੇ ਜਾ ਲਿਆ ਹਨੁਮੰਤਰ ਨੂੰ ਕਹਿੰਦੇ ਜਾ ਸੀਵਨੀ ਬੂਟੀ ਜਿਹੜਾ ਬੇਰ ਮੈਂ ਦਿੱਤਾ ਸੀ ਪਿਆਰੀ ਦਾ ਪ੍ਰੇਮੀ ਦਾ ਭੇਲਣੀ ਦਾ ਇਹਨੇ ਸੁੱਟ ਦਿੱਤਾ ਸੀ ਚੌਂਪੜੀ ਤੋਂ ਬਾਹਰ ਉਹਦੀ ਬੇਰੀ ਉੱਗੀ ਸੀ ਉਹ ਸੰਜੀਵਨੀ ਮੂਟੀ ਇਹਦੇ ਮੂੰਹ 'ਚ ਪਾ ਜਿੰਦਾ ਹੋ ਜੇ ਉਦੋਂ ਦਾ ਸਰਾਪ ਦਸਰ ਲੈ ਗਿਆ ਸੀਤਾ ਲੈ ਗਿਆ ਦਸਰੋ ਲਛਮਣ ਹੋਊਗਾ ਸਰਾਪ ਸਰਾਪ ਸੀ ਰਾਮ ਚੰਦਰ ਦਾ ਇਉਂ ਬਾਣੀ ਵਿੱਚ ਦੱਸਿਆ ਤਾਂ ਉਹ ਪਾਈ ਫਿਰ ਹੋਸ਼ ਵਿੱਚ ਆ ਗਿਆ ਉਹ ਜਿਹੜਾ ਬੀਜ ਹੁੰਦਾ ਬੇਰੀ ਦਾ ਉੱਥੇ ਕੋਈ ਡਿੱਗ ਪਿਆ ਹੋਣਾ ਅਜੇ ਵੀ ਉੱਥੇ ਪੁਰਾਣੀ ਬੇਰੀ ਪਿਛਲੇ ਯੁੱਗ ਦੀ ਹੈ ਤਾਂ ਜਦੋਂ ਫਿਰ ਉਹ ਮਰ ਲੱਗਾ ਗੁਰੂ ਮਹਾਰਾਜ ਅੱਗੇ ਲਿਖਦੇ ਨੇ ਕਿ ਉਹ ਬੜੇ ਕਿਸਮਾਂ ਦੀਆਂ ਬੋਲੀਆਂ ਜਾਨਵਰਾਂ ਨਾਲ ਗੱਲਾਂ ਕਰ ਲਿਆ ਕਹਿੰਦੇ ਦੱਸੋ ਰਾਮ ਨਾਲ ਮੇਰਾ ਯੁੱਧ ਲੱਗਿਆ ਮੇਰੀਆਂ ਬੋਟੀਆਂ ਲੰਕਾ ਵੱਲ ਨਾ ਲੈ ਕੇ ਜਾਇਓ ਰਾਮ ਵੱਲ ਜਾ ਕੇ ਸੁੱਟਿਓ ਖਾਇਓ ਮੈਂ ਮਰ ਕੇ ਪਿੱਛਾ ਨਹੀਂ ਹਟਣਾ ਆਪਣੇ ਆਪ ਨੂੰ ਸੂਰਮਾ ਖਵਾਉਂਦਾ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੀ ਕਸਵੱਟੀ 'ਤੇ ਲਾਈਏ ਸਾਡੇ ਗੁਰੂ ਜੀ ਕਹਿੰਦੇ ਉਹ ਤਾਂ ਮੂਰਖ ਹੈ ਮਹਾਂਮੂਰਖ ਹੈ ਰਾਮ ਉਹਨੂੰ ਗੁਰਮੁਖ ਨਹੀਂ ਕਿਹਾ ਇਤਨਾ ਤਨ ਇਤਨਾ ਸੋਨਾ ਨਾਮਦੇਵ ਜੀ ਕਹਿ ਰਹੇ ਨੇ ਤੂੰ ਉਹਦੇ ਕੱਖ ਵੀ ਨਹੀਂ ਰਾਜ ਉਹਦੇ ਸਾਹਮਣੇ ਪਾਸ ਕੋ ਵੀ ਨਹੀਂ ਇਤਨੀ ਤਾਕਤ ਰੱਖਦਾ ਸੀ 9 ਲੱਖ ਸਾਲ ਦੀ ਉਮਰ ਹੋਈ ਹੈ ਰਾਵਣ ਦੀ ਤਾਂ ਇਸ ਕਰਕੇ ਸਰਬ ਸੁਣ ਕੀ ਲੰਕਾ ਹੋਤੀ ਰਾਵਣ ਸੀ ਅਧਕਾਈ ਕਾਹ ਪਏ ਦਰ ਬੰਧੇ ਹਾਥੀ ਖਿਨਵੇਂ ਪਏ ਉੱਜੜ ਲੱਗਿਆ ਕੋਈ ਚਿਰ ਲੱਗਿਆ ਤੇਰੀ ਕਿੱਡੀ ਕੁ ਵੱਡੀ ਰਾਜਧਾਨੀ ਉਸ ਦੇ ਮੁਕਾਬਲੇ 'ਤੇ ਕਿਉਂ ਆਕੜਦਾ ਹੈ ਕਿਉਂ ਇਹੋ ਜਿਹੀਆਂ ਗੱਲਾਂ ਕਰਦਾ ਉਹ ਕਹਿੰਦਾ ਭਗਤ ਜੀ ਉਹ ਨਾਮਦੇਵ ਜੀ ਨੂੰ ਕਹਿੰਦੇ ਉਹ ਰਾਵਣ ਸੀ ਉਹਨੇ ਰਾਮ ਨਾਲ ਮੱਥਾ ਲਾ ਲਿਆ ਮਰਨਾ ਹੀ ਸੀ ਮੈਂ ਕਿਤੇ ਰਾਮ ਨਾਲ ਮੱਥਾ ਲਾਇਆ ਕਹਿੰਦੇ ਇਹ ਫਿਰ ਤੈਨੂੰ ਭੁਲੇਖਾ ਹੈ ਰਾਮ ਅਤੇ ਰਾਮ ਦੇ ਪਿਆਰਿਆਂ ਵਿੱਚ ਫਰਕ ਹੀ ਕੋਈ ਨਹੀਂ ਗੀਤਾ ਵਿੱਚ ਲਿਖਿਆ ਹੋਇਆ ਕ੍ਰਿਸ਼ਨ ਜੀ ਕਹਿੰਦੇ ਉਦੋ ਮੈਂ ਔਰ ਸੰਤ ਦੋ ਨਾ ਹੀ ਮੈਂ ਹੂੰ ਬਸੂ ਸੰਤ ਰਿਧ ਮਾਹੀ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦਿਆ ਸੇਵਕ ਜਿਹੜਾ ਗੁਰੂ ਦਾ ਸਿੱਖ ਸੇਵਕ ਕਿਸੇ ਨੂੰ ਕਹਿ ਦੇ ਗੁਰੂ ਦਾ ਸੇਵਕ ਬਣ ਜਾ ਕਹਿੰਦਾ ਮੈਂ ਤਾਂ ਪ੍ਰਧਾਨ ਹਾਂ ਭਾਈ ਸੇਵਕ ਤਾਂ ਸਗੋਂ ਵੱਡਾ ਹੁੰਦਾ ਬਸ ਕਿਤੇ ਹੀ ਆ ਕੋਈ ਪ੍ਰਧਾਨ ਬਣ ਕੇ ਸੇਵਾ ਕਰੇ ਹੱਥ ਨਹੀਂ ਲਾਉਂਦੇ ਕੰਮ ਹੁਕਮ ਚਲਾਉਂਦੇ ਐਂ ਇਹ ਹੈ ਵੋ ਆ ਬੜੇ ਸਾਲ ਹੋ ਗਏ ਮੇਰਠ ਇਲਾਕਿਆਂ ਵਿੱਚ ਦੀਵਾਰ ਨੂੰ ਸਵੇਰੇ ਜਾਣ ਦਾ ਸਮਾਂ ਮਿਲਿਆ ਤੋ ਰਾਗੀ ਜਨ ਆਏ ਉਹ ਕੀਰਤਨ ਕਰਨ ਵਾਲੇ ਪ੍ਰਧਾਨ ਜੀ ਥੋੜ੍ਹੀ ਲੇਟ ਆਏ ਪਹਿਲਾਂ ਵਾਜੇ ਵਾਲੇ ਨੇ ਉਹਦੇ ਪੈਰਾਂ 'ਤੇ ਮੱਥਾ ਟੇਕਿਆ ਫਿਰ ਦੂਜੇ ਵਾਜੇ ਵਾਲੇ ਨੇ ਪੈਰਾਂ 'ਤੇ ਚੰਗੀ ਤਰ੍ਹਾਂ ਮੱਥਾ ਟੇਕਿਆ ਫਿਰ ਤਪਲੇ ਵਾਲੇ ਨੇ ਟੇਕਿਆ ਫਿਰ ਉਹ ਹਿੱਲਣ ਬਣੇ ਰਾਗੀ ਉਹਨੂੰ ਪੁੱਛਿਆ ਭਾਈ ਹਿੱਲਦੇ ਕਿਉਂ ਕਹਿੰਦੇ ਬਾਬਾ ਜੀ ਤੁਹਾਨੂੰ ਨਹੀਂ ਪਤਾ ਸ਼ਹਿਰਾਂ 'ਚ ਪਾਪੇ ਲੋਕ ਨੇ ਐਂ ਹਿੱਲੋ ਬੜੇ ਪੈਸੇ ਦਿੰਦੇ ਵੀ ਬੜੀ ਮਸਤੀ ਚੜ੍ਹ ਗਈ ਨਾਮ ਦੀ ਕਿ ਸਾਡੇ ਗੁਰੂ ਹਿੱਲਦੇ ਹੁੰਦੇ ਸੀ ਇਸ ਤਰ੍ਹਾਂ ਫਿਰ ਉਹ ਪੁੱਛਿਆ ਪ੍ਰਧਾਨ ਨਗੁਰਾ ਸਿਰ ਮੂੰਹ ਮੁੰਨਿਆ ਅਤੇ ਇਹਦੇ ਪੈਰਾਂ 'ਤੇ ਮੱਥਾ ਕਿਉਂ ਟੇਕਿਆ ਕਹਿੰਦੇ ਨੌਕਰੀ ਸਾਡੀ ਗਰੀਬਾਂ ਦੀ ਇਹਦੇ ਹੱਥ 'ਚ ਹੈ ਆਹ ਉੱਤਰ ਦਿੱਤਾ ਰਾਗੀਆਂ ਨੇ ਮਰਤ ਨਹੀਂ ਗਏ ਹੈਗੇ ਅਜੇ ਰਾਗੀਓ ਮੈਂ ਰੋਜ਼ੀ ਤਾਂ ਗੁਰੂ ਨਾਨਕ ਨੇ ਦੇਣੀ ਹੈ ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ ਉਹ ਸਗੋਂ ਰੋਬ ਝਾੜਦੇ ਵੀ ਸੇਵਕ ਬਣ ਜਾਓ ਭਾਈ ਉਹ ਸਗੋਂ ਕਹਿੰਦਾ ਜਿੰਨੇ ਵਜੇ ਮੈਂ ਕਹਾਂ ਉੱਨੇ ਵਜੇ ਭੋਗ ਪੈਣਾ ਜਿੰਨੇ ਵਜੇ ਮੈਂ ਕਹਾਂ ਮੈਂ ਪ੍ਰਧਾਨ ਭਾਈ ਹੋਏਗਾ ਲੋਕਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਤਾਂ ਕੋਈ ਕੱਖ ਵੀ ਨਹੀਂ ਹੈ ਕੋਈ ਦੀਵਾ ਜਗਾ ਲੈ ਸੂਰਜ ਦੇ ਸਾਹਮਣੇ ਇਹ ਗੱਲਾਂ ਬਹੁਤ ਛੋਟੀਆਂ ਨੇ ਤੂੰ ਵਿਚਾਰ ਹੋ ਰਹੀ ਸੀ ਕਹਿੰਦੇ ਦੇਖ ਐ ਰਾਜਨ ਤੂੰ ਤਾਂ ਕੁਛ ਵੀ ਨਹੀਂ ਰਾਵਣ ਦੇ ਸਾਹਮਣੇ ਬੜੇ ਬੜੇ ਤੂੰ
चले गए रावण से अधकाई, कहाँ पैदर बांधे हाथी, हजारा सैकड़े हाथी झूलते छूलते दरवाजे ते, तो हुण की है उत्थे किते बकरी का कन्न भी नहीं, इहो दसदे हन दर ते झूलदे हाथी जिदे दर ते झूलदे हाथी तुर गए रावण वर्गे प्यारिया सुन की लंका होती रावण से अधकाई, कहाँ पे दर बांधे हाथी किन में पई पराई। वो कहंदा नामदेव, नामदेव भी कहंदा नामिया गल सुनोए, ठीक है मैं तेरा घर टा के बनाए महल, पर एहो जिहियां साखियां सुना के तेरा थां छड देंगा मैं, खिच च करदा राजा की कर लेंगा मेरा, पहला ये दस। ਕਹਿੰਦਾ ਰਾਜਨ ਮਸ਼ਕਰੀਆਂ ਨਹੀਂ ਕਰੀਦੀ, ਮਖੌਲ ਨਹੀਂ ਕਰੀਦੀ, ਔਰ ਕਈ ਤਾਂ ਬਾਣੀ ਨੂੰ ਹੀ ਕਰਨ ਲੱਗ ਜਾਂਦੇ ਨੇ। ਇੱਕ ਹਰਦੇਵ ਸਿੰਘ ਹੁੰਦਾ ਸੀ ਬਿਲਾਸਪੁਰ, ਨਾਲੇ ਕਵਿਤਾ ਪੜ੍ਹਦਾ ਹੁੰਦਾ, ਉਹ ਬਾਣੀ ਦੀਆਂ ਪੰਕਤੀਆਂ ਜਪਜੀ ਸਾਹਿਬ 'ਚੋਂ ਹੋਰ ਗਾਂਪਸ਼ਾਂ ਇਉਂ ਕਰਕੇ ਟਿਚਰ ਜੀ ਕਰਦਾ। ਉਹਨੂੰ ਸਮਝਾਇਆ, ਗਿਆਨੀ ਜੀ ਸੁਧਰ ਜਾਓ, ਇਹ ਮੇਰਾ ਕੀ ਹੋਏਗਾ, ਤੇਰਾ ਰੱਬ ਜਾਣੇ ਕੀ ਹੋਣਾ, ਟਿਚਰਾਂ ਮਸ਼ਕਰੀਆਂ ਗੁਰੂਆਂ ਨੂੰ ਭਗਤਾਂ ਨੂੰ ਕਦੇ ਨਾ ਕਰੋ, ਆਪਣੇ ਬਰਾਬਰ ਦੇ ਨਾ ਕਰ ਲੈ, ਹੋਰ ਬਥੇਰੇ ਪਾਠੀ ਹੋਣੇ। ਉਹ ਕਹਿੰਦਾ ਮੈਂ ਸੁਖਮਨੀ ਸਾਹਿਬ ਦੇ ਪਾਠ 5 ਕਰਦਾ, 21 ਕਰਦਾ ਜਪਜੀ ਸਾਹਿਬ, ਮੈਂ ਇਹ ਇਹਨਾਂ ਗੱਲਾਂ 'ਚ ਨਾ ਪਾਓ, ਮਸ਼ਕਰੀਆਂ ਮਤ ਕਰੋ ਕਿਸੇ ਕੋਲ। ਖੈਰ ਉਹ ਨਾ ਹੀ ਸੁਧਰਿਆ, 2-4 ਮਹੀਨੇ ਬਾਅਦ ਬਿਮਾਰ, ਪੰਜਾਂ ਪੈਰਾਂ ਦੀ ਕਿਤਾਬ ਹੈ ਨਾ ਚੋਣ, ਉਹਦੇ 'ਚ ਐਂ ਖੋਲ੍ਹ ਕੇ ਲਿਖਿਆ, ਪੜ੍ਹ ਕੇ ਦੇਖ ਲਿਓ ਉਹਦਾ ਸਾਰਾ। ਇੱਕ ਸਪੀਕਰ ਵਾਲਾ ਹੁੰਦਾ ਸੀ ਪਹਿਲਾਂ ਮੁਖਤਿਆਰ ਸਿੰਘ, ਉਹਦੇ ਨਾਲ ਮੈਂ ਗਿਆ, ਹੁੰਦੀਆਂ ਨਾ ਮੋਟਰਸਾਈਕਲੀਆਂ ਜੀਆਂ ਲੂਣਿਆਂ ਜੀਆਂ ਮੋਟਰਸਾਈਕਲ ਨਾਲ ਛੋਟੀ ਹੁੰਦੀ ਉਹਦੇ 'ਤੇ, ਚਲੋ ਪਤਾ ਲੈਂਦੇ ਕਿ ਜ਼ਿਆਦਾ ਹੀ ਢਿੱਲਾ, ਜਿਵੇਂ ਮੈਂ ਅੱਖੀਂ ਦੇਖਿਆ ਮੈਂ ਉਵੇਂ ਦੱਸਦਾ, ਮੈਂ ਚਾਦਰ ਉਹਦੇ ਤੋਂ ਹਟਾਈ, ਪੈਰ ਤੋਂ ਲੈ ਕੇ ਸਿਰ ਤੱਕ ਸਾਰੇ ਸਰੀਰ 'ਚ ਕੀੜੇ ਕੁਰਬਲ ਕੁਰਬਲ ਜਿਵੇਂ ਗੋਹੇ 'ਚ ਪਏ, ਮੈਂ ਜਾਨ ਕਿੱਥੇ ਅੜੀ। ਉਹ ਬੋਲ ਨਹੀਂ ਸੀ ਸਕਦਾ, ਉਹਦੇ ਛੋਟਾ ਭਾਈ ਬਲਵਿੰਦਰ ਸਿੰਘ ਕਹਿੰਦੇ ਸਤਸੰਗ ਵਾਲੇ ਪਾਚੀ ਆਏ ਨੇ, ਅੱਖਾਂ 'ਚ ਪਾਣੀ ਭਰ ਆਇਆ। ਮੈਂ ਕਿਹਾ ਹਰਦੇਵ ਸਿੰਘ ਇਸ ਵੇਲੇ ਮੈਂ ਤੈਨੂੰ ਕੋਈ ਗੱਲ ਕਰਾਂ, ਤੂੰ ਅੱਤ ਤੋਂ ਜ਼ਿਆਦਾ ਦੁਖੀ ਹੈ, ਤੇਰਾ ਮਨ ਦੁਖੀ ਹੋਏਗਾ, ਮਹਾਰਾਜ ਤੇਰਾ ਭਲਾ ਕਰਨ, ਵੀ ਆਹ ਜਿਹੜੀਆਂ ਬਾਣੀ ਨੂੰ ਟਿਚਰਾਂ ਕਰਦਾ ਰਿਹਾ ਨੇ ਉਹਦਾ ਹੀ ਫਲ ਹੀ, ਉਹਦਾ ਹੀ ਫਲ ਹੀ, ਨਹੀਂ ਹਟਦੇ ਲੋਕ। ਮੈਂ ਕੀ ਕਹਾਂ, ਉਸ ਤਰ੍ਹਾਂ ਜਿਵੇਂ ਉਹ ਕਰਦਾ ਸੀ ਬਾਣੀ ਦੀ ਪੰਗਤ ਲੈਣੀ, ਵਿੱਚੋਂ ਚੁਟਕਲਾ ਜਿਹਾ ਅਤੇ ਉਹ ਬਣਾ ਕੇ ਛੋਛਾ ਛੱਡ ਦੇਣਾ। ਉਹ ਜਿੱਥੇ ਤਾਂ ਹੀ ਜਿਹੜੇ ਸਿਆਣੇ ਲੋਕ ਨੇ ਜਦੋਂ ਪਾਠ ਰਖਾਉਂਦੇ, ਜਿੱਥੇ ਪਾਠੀ ਇਕੱਠੇ ਪੈਂਦੇ, ਬੜਾ ਧਿਆਨ ਰੱਖਦੇ, ਟਿਚਰਾਂ ਤਾਂ ਨਹੀਂ ਕਰਦੇ, ਜੇ ਹੈ ਉਹ ਜਿਹਾ ਚਲੋ ਭਾਈ ਇੱਦੂ ਨਾ ਪਾਠ ਕਰਾਉਣਾ ਠੀਕ, ਨਾਲ ਸਾਡਾ ਵੀ ਬੇੜਾ ਰੋੜੋਗੇ, ਸਤਿ ਸ਼੍ਰੀ ਅਕਾਲ। ਤੋ ਇਹ ਨਹੀਂ ਕਰਨੀਆਂ ਚਾਹੀਦੀਆਂ ਮਸਕਰੀਆਂ ਟਿਚਰਾਂ ਭਗਤਾਂ ਸੰਤਾਂ ਗੁਰਮੁਖਾਂ ਸਿੱਖਾਂ ਕਿਸੇ ਨੂੰ ਵੀ ਨਹੀਂ, ਭਜਨ ਪਾਠ ਕਰਦੇ ਪਾਠੀ ਨੂੰ ਵੀ ਨਹੀਂ ਕਰਨੀ ਚਾਹੀਦੀ। ਇੱਕ ਰਾਮ ਸਿੰਘ ਪਾਠੀ ਹੈਗਾ ਅਜੇ ਬਿਲਾਸਪੁਰ, ਉਹਨੇ ਪਾਠ ਰੱਖਿਆ ਅਤੇ ਉਹ ਮਾਈ ਜਿਹੜੀ ਸੀ ਉਹਨੇ ਇੰਨੀਆਂ ਮਿਰਚਾਂ ਪਾ ਦਿੱਤੀਆਂ, ਅਜੇ ਉੱਠਿਆ ਹੀ ਸੀ ਡਿਊਟੀ ਤੋਂ, ਉਹ ਕਹਿੰਦਾ ਸੱਪ ਲੜਨੀ ਹੈ, ਸਾਡਾ ਮੂੰਹ ਸੜਦਾ ਬਾਣੀ ਪੜ੍ਹਨ, ਮਿਰਚਾਂ ਘੱਟ ਪਾਇਆ। ਉਹ ਘੜੀ ਕੁ ਬਾਹਰ ਗੋਹਿਆਂ ਵੱਲ ਗਈ, ਸੱਪ ਲੜ ਗਿਆ ਅਤੇ ਮਾਈ ਆ ਗਈ। ਮਸ਼ਕਰੀ ਕਿਸੇ ਨੂੰ ਨਹੀਂ ਕਰਨੀ ਚਾਹੀਦੀ, ਨਾ ਸੰਤਾਂ ਨੂੰ, ਨਾ ਭਗਤਾਂ ਨੂੰ, ਨਾ ਪਾਠੀਆਂ ਨੂੰ, ਨਾ ਗੁਰੂਆਂ ਨੂੰ, ਨਾ ਸਿੱਖਾਂ, ਪਰ ਕਿਸੇ ਹਟਦੇ ਲੋਕ ਉਹ ਰਾਜੇ ਨੂੰ ਰਾਜਾ ਤਾਂ ਕਰੇ ਟਿਚਰਾ ਨਾਮ ਦੇਵ, ਕਹਿੰਦੇ ਓਏ ਨਾਮਿਆਂ ਸਾਖੀਆਂ ਸੁਣਾ ਕੇ ਜ਼ਮੀਨ ਛੁਡਾ ਲਏਗਾ, ਹੈਂ ਡੂੰਘੀਆਂ ਨਹੀਂ ਹੈ ਮੇਰੀਆਂ ਡੂੰਘੀਆਂ, ਹੋਰ ਸੁਣਾ। ਕਹਿੰਦੇ ਇੱਕ ਹੋਰ ਸੁਣ ਲੈ ਫਿਰ, ਦਰਬਾਰ ਸਾਹਿਬ ਸਿਉਂ ਕਰਤ ਠਗੌਰੀ, ਜਦ ਇਹ ਫਲ ਪਾਏ
एक ना तेरे वांग विगड़े होंगे कृष्ण की अंसा च सांभ का ना मुंडे का ना रखे कृष्ण जी ने तो अंसा बच्चे वो छोटा जहा सी होना गां मुंडे के मुंडे गां कि पोतरे रहते गां के गां सी ओदी अंसा भगवान की तो वो डंगर चार दे गाइया मजा वो सांभ कहता वो यार आप ना आ दरबार शाह वेखी वाला किन्ने के पानी च कहते वेख लें आप कि गल एक मुंडा उन्होंने दाड़ी नहीं सी आई तो एक घर गया भज के अपनी कोई माँ भैन के कपड़े लै बीबिया वाले कपड़े पा दते वो तो लड़की लगे दाड़ी है नहीं माइया दाड़ी होंगी तो वह जे कपड़े सारे वह जे उन्हें कहते तू बोली ना भरावा वो डंगर चार दे मस्करी से जी कहते चंगा मैं नहीं बोलना चुप रही चले गए रिखी जी नमस्कार की दरबार शाह जी ने बैठ गए कहते महाराज आप जी ने लोग त्रिकाल दर्शी कहते हैं हाँ कहते काका कहते तो इस तरह ही मतलब लंघिया समा होने वाला समा तो आने वाला समा उन जिन्हों पता हो त्रिकाल दर्शी कहते आ बीबी है और आई दे ना भी आई है एक मुंडा होर नाल बिठा रहा तो संघ की बड़ी है रिखी जी ये वंडे तो बचन असी कर दिया दसो काका होएगा तो कह जा होएगा कन्या होएगी तो कह जी होएगी वो पेट से बड़ी बाटी ड्रामा पूरा ही किया मस्करिया ने यह दसो उन्हें अखा पुटिया देखिया कहते वाह भाई वाह यादव हो गए इन्ने जोगे समझे नहीं पाशा फिर बैठे ये बड़ी संघ दी है कन्या व्याह भी थोड़ा चिर ही हुआ है जी साल डेढ़ बस तो असी ये वे गल करते ये साडा मित्र है जिहदा पति रिखी जी भोला जी घट ही गल करता है सियाने कहते जदों कीड़े की मौत आवे उन्हें खंभ निकल आता और भादरों से ना वेखो तुम काढ़े काले रंग के चार लत्तां वाले इन्हों कोई खंभ नहीं होता जदों भादरों लंघन लगता महीना देसी इन्हों खंभ निकल आते ये फिर उड़ते भी लड़ते तो तितलियां खाई जा करोड़ करोड़ लख लख कीड़ा उड्डी जाता तितलियां खाई जार बची मैं तो कई बार देखी है तो सियाने कहते जो कीड़े को खंभ निकल आए समझो मौत जो समझो मौत आ गई तो खंभ निकल आए हम जादवारू निकल आए फिर कहते रिखी जी ये कन्या संघ की कोई बचन नहीं करती महाराज आप त्रिकाल दर्शी हो पिछे की होया हुण की हो रहा है अगों की होगा कृपा करो सानू दसो लड़का होएगा तो कह गया सूरमा होएगा भगत होएगा दानी होएगा लड़की होएगी तो कह जी होएगी दानी होएगी बंदगी करेगी या युद्ध करेगी दसो उन्हें फिर क्या कहते काका गाइया चार दो जाओ चारों जाके दुध पिया करो सौ राम सवेरे उठ के रब का भजन काका करया करो एक कहता त्रिकाल दर्शी सवाह देने जे पता हों दस ना दें दे। वो हौली हौली गुस्से च आ रहे हैं फिर दूजे कहते नहीं हाँ तो त्रिकाल दर्शी सब पता इन्हों की होना कहते कख नहीं पता किन्नी वारी असी पूछे जे त्रिकाल दर्शी होंगे तो दस ना दें दे। कहते दसीए की होना हाँ दसो दसीए की होना दसो महाराज कहते इतों वो पैदा होना है जिन्हें तुहाडी कुल दा मरिया मेट सत्यानाश खत्म तुहाडी अंसा कख नहीं बचना हुण आ गए कृष्ण जी कोल महाराज जी तुहाडे गुरु गुरदेव जिहड़े गुरु कहिंदे एक संदीपन सी विद्या गुरु ये रूहानियत दा गुरु सी दरबार शाह कृष्ण जी दा सानू सराफ दे दिते उह कहिंदे काका रिखी संत किसे नू सराफ दिंदे ही जिमें सप ना किसी लड़ते ही नहीं पैर रखो मारो छेड़ो फिर विखाते ने डंग तो ये लोग शराब नहीं काका किसी दें दे। कोई गल की होनी है कोई गाल कटी होनी है कोई वध कट नहीं जी को जाके बैठे हैं जी थोड़े दर्शन करना है कहते थोड़ा रहना कख नहीं कहते कोई गल होर है एक निकाह जहा सी छियांक साल का वो कहते निकू गल सुन ही एक कीता है ना अज वो कहते महाराज जी वो तो कहते दादिया पड़दाद से कृष्ण जी ये उत्थे अज गए आओ आओ जेड़ा ना उन्हें पेटी बधी सी पेट से ढिड से उत्तों की बधी सी
मुंडे ने ते आ आ सांभ जिहड़ा इहने सारा ड्रामा रचिया जी ते ओ महाराज जी कोल गए रिखी कोल ये सारे मुंडे मैं भी नाल सी मैं कोई गल नहीं कीती ये कहिंदे दसो लड़की होवेगी कहे जी लड़का होएगा कहे जा ते ओ चुप कर गए कहिंदे तुसीं त्रिकाल दर्शी हो उन्हां अखां पुट के ऐं देखिया जी मैं लड़ना हुंदा कहिंदे ओए जादवो ओए हो गए इन्ने जोगे ता इन्हां फेर किया इउं दसो कहिंदे दसीए दसीए तीन चार वारी फिर वो कहिंदे फिर तू पैदा होगा तुहाडी कुल दा सत्यानाश रहना ही तो सराफ दे दिता कहिंदे क्यों आई तुसीं तां झूठ बोलदे सारे निके जे ने छेक साल दा सारी गल दसी कि नहीं दसी उन्हूं बोलना भी अजे पूरा नहीं सी आउंदा तुसीं मस्करियां करो रिखियां नूं टिचरां करो तो मरना ही सी होर की होना तुहाडा कहिंदे कोई तरीका कहिंदे कोई तरीका नहीं है बस रब ही रख है तो कुरुक्षेत्र विच इकट्ठे हो गए आपस में लड़ गए तो एक दूजे के गल वढी आउंदे ने दब नाल शास्त्रां नाल सारे ही मर गए एक दा बचाओ भी मर गया हुण रह गए कृष्ण कला अंसा तो सारी गई आ जिहड़े हुण जादव ने कृष्ण की अंसा नहीं है चाचे तां दी सज्जे खब्बे की है तराह पूरा ही सी बाणी विच दस्सिया दरवासा सिंह का गौरी जादव ए फल पाए फल मिल गया जो बीजे हूँ कृष्ण जी रह गए बड़ा मन उदास देखो इन्ने न्याणे इन्ने बच्चे पुत्र पोतरे बढ़िया रौनक मेला द्वारका भरी सारी कल्ले ही रह गए कख नहीं जा तो शैतानियां पाई ना ही करनी चाहिए जाए सुता प्रभात में हूँ एक टिब्बा जहा सही उत्थे जा के सौ गए गोडे उत्ते पैर पसारे सज्जा पैर खब्बे गोडे ते रख के लम्मे पए ने मन उदास भी कुछ कुछ बचिया नहीं है बाकी चरण कमल विच पद्म है वो सज्जे पैर विच जिहड़ा गोडे ते खब्बे ते रख के पए सी उहदे विच पद्म है वो तारे वांगू चिलमिल चिलकिया वांगी तारे वो तारे वांगू लगदा है बदकाया पालदा जिहड़ा जानवर मारदा फिरदा सी उहने देखिया भी ओ टिब्बे ते कोई हरन होना अंदाजा लाया भी इत्थे हरन की अख है सीगा कृष्ण जी पद्म चरना च वो चिलमिल चिलके वांगी तारे बदकाया पालदा मिर्ग जान माल बाण लै मारे कस के मारिया बाण बाण जिहड़ा ये होर हुंदा ते तीर होर हुंदा बाण हुंदा जिवें अद्धा चंद्रमा वड्या होवे ऐ लोहे दा वो वाजे तो वड्या ही जांदा अगला तीर तिखा हुंदा बाण विच उहदे वी बंतर विच फर्क हुंदी चलाउण च वी बड़ा फर्क मिर्ग जान बाण लै मारे देखिया भी इत्थे इक पेट है इत्थे इक अख है वड्या गया होना है मिर्ग सारा ही जदों कोल जाके देखिया तां लहू ही लहू चलदा खून ही खून चलदा कृष्ण जी बैठे ने लहू नुचड़ी जांदा वो रोई जांदा महाराज तुसीं द्वापर दे अवतार बड़ा बुरा होया मेरे को अंदाजा ला के कदे ना कोई गल करो ना कोई कम करो मैं 70 साल का सी उदों शिक्षा लई सी जंगले पिंड सन 60-61 की गल है डंगर चार दे गाइया मझा सामने कादियाँ अद्धा किलोमीटर उतों के बीबी कुदी कन्या 17-18 साल की तुरी आवे जे छोटे छोटे 6-7 साल के बच्चे आम छुट्टी हो गई स्कूल चलो खोलो गाइया मझा तो एक साढ़े नाल शैतान गया वो उदो 17-18 साल का वो कहे ओ जड़ी आँदी उन्हूं आ करूँ हूँ सानू अर्थां दा सत्संग पता नहीं सच्ची गल जदों आई मैं कहा चाची जी सत श्री अकाल आ तुहाडा मुंडा इउं ही आंदा सी इउं ही आंदा सी इउं ही आंदा सी अर्थां दा मैनूं पता नहीं सी 6-7 साल दे की अर्थां दा पता मैं सारी गल दस दित्ती कहिंदी अच्छा बेटा कर दईए इहदा इलाज है मर जाणा ना होए ते उहनूं पता नहीं कदी किहदी भैण ताई कहते भी सबनों तीया पैना समझो गलत गल करो ही ना वो घर आई उहदा दादा सी निहंग सिंह उहनूं दस्सिया उहने फड़ खूंडा लिया भन लत्तां दित्तियां पोतर दियां मार मार के बाद में सरिए सुरिए पे हस्पतालां च मासा ही कितें ठीक होया मैं उदों तों कदे अंदाजे नाल गल नहीं कीती अटे सटे नाल भी ऐं ते ये चंगा नहीं हुंदा एवें
कोई भैन भरा तुरे जाने हैं पता नहीं कि लै गया फिर टाइम तेरी जिंदगी का तू गुरु गोबिंद सिंह मानता गुरु महाराज ने कहा कि मेरा सिख देख के सुन के योजना गल्ला एक ना संत हों ना सी हंस एक प्रीतम सिंह हों गुरु महाराज का प्यारा गुरु गोबिंद सिंह महाराज जी हंस ने दर्शन करने ने गुरु जी कहते रहन जे जे भगतों को रहन दे ठग ने नहीं जी वो बड़ा रोंदा अच्छा लिया आ गया महाराज के जोर च गुरु जी कहते इतने खड़ा हो जा दया सिंह हुक्म है जा घोड़ा लै जा एक लड़का है 9 साल का पत्थर च पिया रूं के फंबे वागू बिठा के लिया गल लम्मी आप अगे जाना दया सिंह जी लै आए बदम रोग चटदा खरे जान कितनी अड़ी होश में मसा ही गुरु जी ने लिया प्यार दिता हो क्या महाराज मैं तो पापी हाँ मैं तो पापी हाँ नहीं कहते तू साडा बेटा है सारी गल दसी भी पिंड में आए से हंस जी संतां दे मुखी असी उन्हां दे नाल चले गए फिर एक लड़की सी वह भी उत्थे रवे असी बालन लैन गए जी गर्मियों के दिन से जी तो लकड़ा पंडा बन के आपस में गलबात करते भी तू कि चुग लिया मैं वो हंस जी आ गया वो तुसी बड़िया माड़िया गल करते असी क्या जी बख्श दो कहते बख्शे ता जाओगे तेनों तो पत्थर च बंद करा मैं कर दो तो लड़की दिया अखा लकड़ी नाल कढ़िया हंस दिया उन्नी कर दिता कहते तेन ता बख्शा गुरु जी कहते क्यों प्रीतम सिंह ये है दर्शन दे लैकदा गुरु जी कहते वह कन्या लभ के लिया तू लभ के लिया 6 महीने पहला इतें फिर इतें इतें उन्हें भी और कहानी सुनाई गुरु जी ने प्यार दिता उन्होंने ए लाइट अखा उस तरह जिमें फरीद दी आ गई सिकंड चखण ठीक गुरु जी कहते बेटा फिर किवें होया उन्हें भी वह कहानी गुरु जी कहते कोई गलबात करता है अटे सटे ला के सजावा देंदे हो मेरा सिख सुन के देख के अंडट अंडिठ करेगा अज भी कहते उन्होंने ध्यान धर के बोलो जी वाहिगुरु आ गल ही उत्थों चली सी अंस तदे गुरु जी ने लाइया पाबंदियां एवें अटे सटे लाई जाएंगे भावें कोई पाठी करता हो तो माड़ी गल है तो विचार हो रही सी अंदाजा ला लिया अटा सटा भी हरन पेट इतें अक इतें कस के मारिया पाण हुण जाके रोंदा महाराज बड़ा माड़ा होया तुहानू मैं बाण मारना सी मैं किहड़े नरक च जाऊं दर्शन डिठो सू जाए के करन पलाव कर पकारे रोई जांदा तो कृष्ण जी उठे उन्हें जफी च लिया गल नाल लाया जिवें माँ बच्चे ना प्यार करती कहिंदे रो ना बिल्कुल नहीं रोना ये साडी अंसा विच काकियां ने कट्ठे होके रिखी नूं मस्करी कीती उन्हें बचन कर दिता तो जादव उन्हें कुल ते मैं भी बिच ही हाँ बेटा सारिआं दा सत्यानाश श्री इस तरह ही छुट्टना सी बाकी मर के मैं कला रह गया इस करके गल विच लीता कृष्ण जी औगण कीता हरना चितारे कहिंदे असी भगवान का सरूप हाँ असी गुस्सा नहीं करदे भले परे कर मनिए सारे कहिंदे भले का भला करो कोई चंगा बंदा ना वह होर चंगा कर जिहदे कोल बहुता धन ने बहुता उहदे वल रिश्ता करनगे होर गड्डियां मोटरां दिओ इन्हां दे नौकर भी लई फिर गुरु जी तो कहिंदे सी कन्या भाई इस तरह विआह तो लड़का इस तरह विआह जे थोड़ा उहदे वल देखेगा उहदी मदद करेगा वह भी रोटी खाण लग जाएगा ना बिंदे ही तां तां कौन आखे लगता गुरु दे मैं पहले भी गल की बेनती की तो कहते भले कले पर मनिए जोड़ा भला पुरश है वो होर तो मनते न भाई बुरिया के हर काज सवार धन रब के प्यारे जेडे बुरिया का भी भला कर देंगे दे। बुरे का भी भला कोई करता फिर टठे खूच पे असी ये तो की लेना फरीदा बुरे का भला कर कौन सुनता फरीद के शलोक ऐ हिली जाएंगे हाँ फरीद के शलोक सुन ले किसी बुरे का भला किया वैर लेंदे ने विड विड के इन्हें फलाने जमाने जमीन ऐ आख्या मर ले के कहते मुंडिया यदा ध्यान रखी ऐ कह दिता सी तुम उन सारे ही श्लोक सुन ले सो बुरिया के हर काज सवार धन रब दे प्यारे जेड़े बुरिया का भी भला कर देंगे ਬੁਰਿਆਂ ਦੇ ਕਾਜ ਸਵਾਰੇ ਜੀ ਬੁਰਿਆਂ ਦੇ ਕਾਜ ਸਵਾਰੇ ਜੀ ਬੁਰਿਆਂ ਦੇ ਕਾਜ ਸਵਾਰੇ ਜੀ ਬੁਰਿਆਂ ਦੇ ਕਾਜ
सुहारे तेरे भगतां ने गुरिया दे काज सुहारे प्रभु दे भगतां ने दे काज सुहारे तेरे भगतां ने गुरिया दे काज सुहारे प्रभु भगतां ने पले कर मनियन बुरियां दे हर काज सवारे कोई है जा बंदा उन्हीं सिख मत चंगे पासे राड़ा साहब संत महाराज जी चंडीगढ़ कार च जा रहे ने रतवाड़ा साहब वाले महापुरश नाल ने हौली जी कहंदे ने बाबा जी जिन्हां दे घर आप जी ने जान दा टाइम दे दिता है 40 जी ने घर दे सारे शराबी जो कुत्ता कम दुनिया का कर दे महापुरुष कहते चुप जबान बंद बोलना नहीं चुप डर गए कुछ कहना दे चले गए वो सारा टब्बर इकट्ठा हो गया भाई तुसी की करते होंगे हो महापुरुष कहते बाबा जी शराबा पीने होंने सारे अच्छा होर हेरा फेरियाँ भी करते होंने होर पर जिते दाल लगे माड़ा मोटा चोरी चोरी कर ही लेंगे ਹੋਰ ਮਹਾਰਾਜ ਜੀ ਬਸ ਜੋ ਦੁਨੀਆਂ ਦਾ ਪੁੱਠਾ ਕੰਮ ਅਸੀਂ ਕਰਦੇ ਸੱਚ ਕਹਿ ਰਹੇ ਜਾਂ ਡਾਕਟਰਾਂ ਕੋਲ ਸੱਚੀ ਗੱਲ ਕਰਨਗੇ ਜਾਂ ਸੰਤਾਂ ਕੋਲ ਬਾਕੀ ਤਾਂ ਦੁਨੀਆਂ ਚੁੱਪ ਅੱਛਾ ਕਹਿੰਦੇ ਭਾਈ ਕਾਹਦੇ ਵਾਸਤੇ ਕਰਦੇ ਹੋ ਜੀ ਪਰਿਵਾਰ ਬੜਾ ਵੱਡਾ ਜੀ 40 ਕੁ ਜੀ ਨੇ ਕੋਈ ਤੁਹਾਨੂੰ ਪੈਸਾ ਚਾਹੀਦਾ ਅੱਛਾ ਤੁਸੀਂ ਫਿਰ ਸਾਰੇ ਅੰਮ੍ਰਿਤ ਛਕ ਲਓ ਅੱਛਾ ਜੀ ਕਦੋਂ ਛਕਾਉਣਾ ਹੈ ਕੱਲ੍ਹ ਚਲੋ ਲਿਖੋ ਨਾ ਸਾਰਾ ਟੱਬਰ 40 ਜੀਆਂ ਅਤੇ ਭਜਨ ਕਰਿਆ ਕਰੋ ਨਿਤਨੇਮ ਕਰਿਆ ਕਰੋ ਮਿਹਨਤ ਕਰਿਆ ਕਰੋ ਤੁਹਾਨੂੰ ਧਨ ਤਾਂ ਬਹੁਤ ਮਿਲ ਜਾਏਗਾ ਅੱਛਾ ਅਗਲੇ ਦਿਨ 40 ਨੇ ਨਾ ਲਿਖਾ ਦਿੱਤੇ ਅੰਬਰ ਛਕ ਲਿਆ ਨਿਤਨੇਮ ਭਜਨ ਪਾਠ ਦੁਕਾਨਾਂ 'ਤੇ ਵੀ ਜਾਂਦੇ ਨੇ ਬਰਕਤ ਪੈ ਗਈ ਹੌਲੀ ਹੌਲੀ ਹੁਣ 2 ਸਾਲ ਬਾਅਦ ਮਹਾਂਪੁਰਸ਼ ਫਿਰ ਜਾ ਰਹੇ ਨੇ ਉਸੇ ਘਰ ਕਹਿੰਦੇ ਸਾਡੇ ਆਇਓ ਜੀ ਅੱਛਾ ਭਾਈ ਉੱਥੇ ਇੱਕ ਕਾਰ ਆ ਗਈ ਜਿੱਥੇ 2 ਸਾਲ ਪਹਿਲਾਂ ਸੀ ਤੋ ਪੁੱਛਦੇ ਨੇ ਭਾਈ ਆਪਾਂ ਕਿਹਨਾਂ ਦੇ ਘਰ ਜਾ ਰਹੇ ਹੋ ਕੀ ਕੰਮ ਕਰਦੇ ਨੇ ਦੱਸੀ ਜਰਾ ਮਹਾਰਾਜ ਜੀ ਤੁਹਾਡੀਆਂ ਤੁਸੀਂ ਜਾਣੋ ਜਿਹੜੇ 2 ਸਾਲ ਪਹਿਲਾਂ ਇਹੋ ਜਿਹਾ ਤੋਂ ਗੁਰਮੁਖ ਭਗਤ ਬਣੇ ਇੰਨੀ ਸੇਵਾ ਅੰਮ੍ਰਿਤ ਛਕ ਲਿਆ ਸਾਰਿਆਂ ਨੇ ਬੜਾ ਨਿਤਨੇਮ ਕਹਿੰਦੇ ਭਾਈ ਫਿਰ ਬੁਰਿਆਂ ਦਾ ਭਲਾ ਕਰਨਾ ਹੀ ਪੈਂਦਾ ਹੈ ਬ੍ਰਹਮ ਗਿਆਨੀ ਕੇ ਅੰਮ੍ਰਿਤ ਦ੍ਰਿਸ਼ ਨਿਗਾਹ ਨਾਲ ਹੀ ਸੁਧਾਰ ਦਿੱਤੇ ਤੋ ਇਹ ਸਵਾਹ ਹੈ ਨਾ ਭਲੇ ਭਲੇ ਕਰ ਮੰਨੀਏ ਹੁਣ ਅੱਗੇ ਬੜਾ ਭਜਨ ਪਾਠ ਵਾਲਾ ਹੋਵੇ ਬੜਾ ਇਹੋ ਜਿਹਾ ਹਾਂ ਜਾ ਰਹੇ ਨੇ ਜੀ ਉਹਨੂੰ ਕੀ ਸਮਝਾਉਣਾ ਚਲੋ ਗੁਰਮੁਖ ਲੋਕ ਵੀ ਪ੍ਰੇਮ ਕਰਦੇ ਨੇ ਪਰ ਸੰਤਾਂ ਦੀ ਸਾਧ ਸੰਗਤ ਲੈਣ ਬਹੁਤ ਉੱਚੀ ਹੈ ਉਹ ਇਹਨਾਂ ਗੱਲਾਂ 'ਚ ਬਹੁਤ ਤਾਂ ਹੁੰਦਾ ਉਹ ਇਹ ਸੋਚਣ ਲੱਗਣ 'ਤੇ ਸਰ ਗਿਆ ਫਿਰ ਉਹਨਾਂ ਦੀ ਜਗ੍ਹਾ 'ਚ ਮਾੜਾ ਹੁੰਦਾ ਹੀ ਕੋਈ ਨਹੀਂ ਉਹਨਾਂ ਮਾੜੇ ਨੂੰ ਚੰਗੇ ਬਣਾ ਲੈਣਾ ਸਭ ਇੱਕੋ ਜਿਹੇ ਕਰ ਦੇਣਾ ਤੂੰ ਕ੍ਰਿਸ਼ਨ ਜੀ ਕਹਿੰਦੇ ਰੋ ਨਾ ਕਹਿੰਦੇ ਮਹਾਰਾਜ ਰੋਵਾ ਨਾ ਤੁਹਾਡੇ ਬਾਣ ਵੱਜਿਆ ਭਗਵਾਨ ਦੇ ਕਿਹੜੇ ਨਰਕ ਜਾਣਗੇ ਕਹਿੰਦੇ ਕਿਸੇ ਨਰਕ 'ਚ ਨਹੀਂ ਬਖਸ਼ਿਆ ਤੈਨੂੰ ਭਲੇ ਭਲੇ ਕਰ ਮੰਨੀਆਂ ਨੂੰ ਬੁਰਿਆਂ ਦੇ ਹਰ ਕਾਜ ਸਵਾਰੇ ਕਰ ਕਿਰਪਾ ਸੰਤੋਖਿਆ ਉਹਦਾ ਮਨ ਇਕਾਗਰ ਕਰ ਦਿੱਤਾ ਮਨ ਟਿਕਾ ਦਿੱਤਾ ਲਿਵ ਲਾ ਦਿੱਤੀ ਬਿਠਾ ਦਿੱਤਾ ਸਿਮਰਨ ਵਿੱਚ ਜੋੜ ਦਿੱਤਾ ਪਲ ਦੇ ਵਿੱਚ ਕਹਿੰਦੇ ਭਜਨ ਕਰ ਬੰਦਗੀ ਕਰ ਸਿਮਰਨ ਕਰ ਕੋਈ ਗੱਲ ਨਹੀਂ ਜੋ ਹੋਇਆ ਠੀਕ ਹੋਇਆ ਕਹਿੰਦਾ ਮਹਾਰਾਜ ਮੈਂ ਕਿਵੇਂ ਮੰਨਾਂ ਕਹਿੰਦੇ ਪਿਛਲੇ ਜਨਮ ਵਿੱਚ ਤ੍ਰੇਤੇ ਯੁੱਗ ਵਿੱਚ ਤੂੰ ਬਾਲੀ ਸੁਗਰੀਵ ਤੇਰਾ ਭਰਾ ਅਸੀਂ ਰਾਮ ਜੀ ਹੁੰਦੇ ਸੀ ਤੈਨੂੰ ਲੁੱਕ ਕੇ ਤੀਰ ਮਾਰਿਆ ਤੂੰ ਕਿਹਾ ਤੀਰ ਮਾਰਨ ਵਾਲਿਆ ਮੇਰੇ ਸਾਹਮਣੇ ਆ ਅਸੀਂ ਕਿਹਾ ਹੁਣ ਤਾਂ ਇਹੋ ਜਿਹਾ ਸਮਾਂ ਹੈ ਕਿ ਬਦਲਾ ਦੁਆਪਰ ਵਿੱਚ ਅਸੀਂ ਛੱਡਣ ਲੱਗਿਆਂ ਤੇਰਾ ਪੂਰਾ ਕਰ ਦਿਆਂਗੇ ਅੱਖਾਂ ਖੁੱਲੀਆਂ ਤੂੰ ਕੀ ਦੇਖਦਾ ਰਾਮ ਜੀ ਨਹੀਂ ਕ੍ਰਿਸ਼ਨ ਜੀ ਹਨ ਭਲੇ ਭਲੇ ਕਰ ਮੰਨੀਏ ਨ ਬੁਰਿਆਂ ਦੇ ਹਰ ਕਾਜ ਸਵਾਰੇ ਪਾਪ ਕਰਨ ਦੇ ਪਤਤ ਉਤਾਰੇ
पापियों का भी भला, मूर्खों का, मुगदा का, जिहड़ा कोई सोच ही नहीं सकता भी सीधा ही बंदा नरक में जा रहा, उहदा भी भला तदे इउं दस्या है। पतत उदारना सतगुर जी बिरद तुम्हारा, पापियां नूं तारना सतगुर जी बिरद तुम्हारा, पतत उदारना सतगुर जी बिरद तुम्हारा, उदारना सतगुर जी बिरद तुम्हारा। पाप करेंदे पतत उधारे, वड्डे वड्डे पापी सतगुरु नानक देव जी कौटा राक्ष मन्या पर मन्या, बंदे खा जांदा, कोई माड़ा मोटा भी नहीं भी चलो कोई डड्डी मच्छी खाता, बंदे खा जांदा। सतगुरु जी ने कृपा की, जे साडे वर्गे नूं सलाह पुछदा जरूर दे देने जी गुरु महाराज गरीब नवाज, इहनूं मरन दो तां बंदे खा जांदा, किसी चंगे का भला करो तो दुष्ट कौटा छोड़ो एड़ा खेड़ा। पर कितने लेंदा रब साडे वर्गे की सलाह, फिर सज्जन ठाकुर दुई गरकिया पिया, तो भेस संतों का तो बहुत बंदे मार मार खूह भरे, गुरु नानक जी ने बख्श दिता। पर जे साडी सलाह लेंदा सच्चे पातशाह इस राह नहीं लंघना, दुष्ट कपड़े वेखो ये कहे जे सज्जन ठग दे, भेस वेखो गरीब नवाज कहे जा, और जो दुनिया का कुत्ता काम ये करता जी। पर साड़ी सलाह ही नहीं ली सतगुर ने, पाप करेंदे पतत उधारे। इसी तरह हर युग भी चलिया हुंदा, बुरिया नाल तो कहिंदे ऐ इहनूं मिलांगे किते, दसांगे चंगी तरह। धन है वाहिगुरू, धन है गुरु महाराज, धन है गुरु दे प्यारे जिहड़े बुरिया का भी भला कर देंदे ने। साडे समझ नहीं सिखी आउंदी, गल्लां ही होर ने। पाप करेंदे पतत उधारे, पापियां नूं राजा जनक नरकी खाली कर दिते। पर जे कितें साडी सलाह लै लैंदा, महाराज जी आप एडे वड्डे महापुरश ब्रह्म ज्ञानी नरकां वल जा रहे, ना ना ना, जे साडे हत्थ च कितें भगवान दा स्टेयरिंग हुंदा सिद्धा स्वर्ग नूं मोड़ देना सी। उधर मुश्क आएगी आप जी नूं, उत्थे हाए हाए करदे पापी, तुसीं उत्थे क्यों जाणा जी, सिद्धा इधर चलो बकुंठा नूं। पता ना राजा जनक जे नरकां वल गया ते कड पापी सारे ही दित्ते, तदे इउं दसदे ने। तन तन राजा जनक है जिन सिमरन कियो बे, एक घड़ी के सिमरन लख पापी तरे, ऐसा सिमरन जान के संतां सतगुरु के, नानक सिमरन सार है विसरे घड़ी। जन्म साखी में गुरु महाराज के बचन जो कविता बना के आप पढ़ सकते हैं कवीशर, तो ये तो महाराज के बचन ने भाई नहीं गुरु ग्रंथ साहब कोई गल नहीं, बचन तो हैं साढ़े गुरु के। तो यहोजा राजा जन्म तो नामदेव जी ने समाया समझाया, कहते देख लै दरबासा स्योंकर ठगौरी टिचना तो कर दें, जद भी ये फल पाए कृपा करी जन अपने उपर नाम दो हर गुण गाए। वो राजा उठ के अपने राजमहल चला गया, अजय बैठा ही जाके तो जिन्हों सूल कहें सूली नालों भी ज़्यादा दुख ढिड पीड़ पै गई, तो तड़फ तड़फ डिगे मंजी तो थले, बड़े जतन बड़िया जड़ियाँ बूटियाँ बड़ा इलाज, वो ठीक हो ही नहीं रहा, ना मरदा ना जान निकलता। सो नाल दे नूं कहा जाओ भगत जी नूं कह दो मेरे वालों नमस्कार करो, मेरी दर्द मेरी पीड़ा हट जाए। हूँ नामदेव जी आ गए, उन्हें गुस्सा नहीं किया, ले पैर पक्का सिर खपाया तेरे नाल, ढिड पीड़ नहीं तेरे मत्थे क्यों लगी है, कहते कोई गल नहीं चलो चलते, बंदा है भुल जाता कोई गल नहीं, खुला के खड़े राजन की गल हो गई। तो दाल करता मंजी तो डिगया पैर से, महाराज इन्नी दर्द हो रही है, कहते मैं तो कुछ नहीं किया, हो सकता मेरे प्रभु जी की निगाह उल्ट हो गई, मैं कुछ नहीं किया। गरीब को मत सताओ वो तो रो देगा, करो गरीब ना तक्का, रो रहा के चुप कर जाना उन्हें, मैं की कर सकता, कोई बड़े लोग सुनेगा उसका मालक, वो भी रब है,
ਉਹਦਾ ਵੀ ਕੋਈ ਹੈ ਜਦੋਂ ਉਹਦੀ ਪਕਾਰ ਉਹਦਾ ਰੋਣਾ ਤੁਝੇ ਜੜ ਸਿੱਖ ਹੋ ਦੇਗਾ ਜੜਾਂ ਪੁੱਟ ਕੇ ਸੁੱਟ ਦੇਗਾ ਸਮੁੰਦਰ 'ਚ ਉਹ ਡਾਢਾ ਹੈ ਪਿੱਛੇ ਤਦੇ ਕਹਿੰਦੇ ਨੇ ਗਰੀਬਾਂ ਪੁੱਜ ਖਿੰਜੇ ਤਾੜੀ ਬਣੀ ਪਾਰ ਬ੍ਰਹਮ ਸਾ ਅਗਰ ਮੈਂ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਸੇਵਕ ਕੋ ਰੱਖਣ ਹਾਰ ਸੋ ਕਹਿੰਦੇ ਰਾਜਨ ਮੈਂ ਤਾਂ ਕੁਛ ਨਹੀਂ ਕਿਹਾ ਹੋ ਸਕਦਾ ਮੇਰੇ ਪ੍ਰਭੂ ਦੀ ਥੋੜ੍ਹੀ ਜਿਹੀ ਨਿਗਾਹ ਤੇਰੇ ਵੱਲ ਜੇ ਥੋੜ੍ਹੀ ਰਾਜ ਭਾਗ ਨਹੀਂ ਸੀ ਲੱਭਣਾ ਕਹਿੰਦਾ ਭਗਤ ਜੀ ਮੈਂ ਲਿਖ ਦਿੰਦਾ ਮੈਂ ਦਸਤਖਤ ਕਰ ਦਿੰਦਾ ਮੈਂ ਮੋਹਰ ਲਾ ਦਿੰਦਾ ਮੇਰੀ ਜਾਨ ਬਚੇ ਮੈਂ ਛੱਤਿਆ ਛਤਾਇਆ ਮਹੱਲ ਸਾਰਾ ਹੀ ਛੱਡਿਆ ਤੁਸੀਂ ਮੇਰੀ ਸੇਵਾ ਪ੍ਰਵਾਨ ਕਰੋ ਮਹਾਰਾਜ ਜੀ ਸੇਵਾ ਕਿ ਮੈਂ ਤੁਹਾਡੀ ਝੌਂਪੜੀ ਢਾਂ ਕੇ ਰਾਜ ਮਹਿਲ ਬਣਾ ਤਾ ਇਹਦੇ ਵਿੱਚ ਸਤਸੰਗ ਕਰੋ ਭਜਨ ਕਰੋ ਮੁੰਡੇ ਨੂੰ ਕਹਿੰਦਾ ਓਏ ਕੱਢੋ ਮੈਨੂੰ ਬਾਹਰ ਚੁੱਕੋ ਸਮਾਨ ਇੱਥੋਂ ਭਗਤ ਜੀ ਕਹਿੰਦੇ ਨਾ ਪਿਆ ਰਹਿੰਦੇ ਸਮਾਨ ਕਿਉਂ ਚੁੱਕਣਾ ਜੀ ਬਸ ਮੇਰੀ ਜਾਨ ਬਖਸ਼ ਦਿਓ ਇਉਂ ਲੀਲਾ ਲੈ ਰਿਹਾ ਸੰਤਾਂ ਨਾਲ ਵੈਰ ਕਮਾਉਂਦੇ ਨਾਲ ਦੁਸ਼ਟਾਂ ਮੋਹ ਪਿਆਰ ਆਕੇ ਪਾਛੇ ਸੁੱਖ ਨਹੀਂ ਆਗੇ ਪਾਛੇ ਸੁੱਖ ਨਹੀਂ ਮਾਰ ਜੰਮਣ ਵਾਰੋ ਦੁਖਦਾ ਹੋਏ ਖਵਾਰ ਕਾਲੇ ਚ ਨਿੰਦਕਾ ਚਿੱਤ ਸੱਚੇ ਦਰਬਾਰ ਨਾਨਕ ਨਾਮ ਵਿਹੋੜਿਆ ਮੈਂ ਇਹ ਛੱਤਿਆ ਛਤਾਇਆ ਮਹੱਲ ਇੱਕ ਸੇਵਾ ਪ੍ਰਵਾਨ ਕਰੋ ਭਗਤ ਜੀ ਕਹਿ ਦਿਓ ਫਿਰ ਲਿਖੀਏ ਤੁਹਾਡੇ ਨਾਂ ਕਰ ਦਿੰਦਾ ਕਿ ਰਾਜਨ ਸਾਨੂੰ ਇਹ ਨਹੀਂ ਚਾਹੀਦਾ ਜਿਹੜੀ ਅਸੀਂ ਗੱਲ ਕੀਤੀ ਹੈ ਉਹਨੂੰ ਸਮਝ ਇਹ ਜੋ ਗੁਰਬਾਣੀ ਬਾਣੀ ਆਈ ਹੈ ਨਿਰੰਕਾਰ ਦੀ ਜੋ ਅਸਾਂ ਬਚਨ ਕਹੇ ਨੇ ਇਹ ਸਦਾ ਰਹਿਣਗੇ ਰਾਜਨ ਅੰਮ੍ਰਿਤ ਅਟਲ ਜਦੋਂ ਤੱਕ ਜੀਵੀ ਸਮਾਨ ਰਹਿਣਗੇ ਇਹ ਜਿਹੜੀ ਤੇਰੀ ਮੇਰੀ ਗੱਲ ਹੋਈ ਹੈ ਹੰਕਾਰ ਵਿਖਾਇਆ ਇਹ ਅਮਰ ਗੱਲਾਂ ਹੋ ਜਾਣੀਆਂ ਨੇ ਸਤਸੰਗ ਵਿੱਢਣੀਆਂ ਤਾਂ ਬੜੀਆਂ ਸੌਖੀਆਂ ਭਗਤਾਂ ਨਾਲ ਜਿਹਦੇ ਨਾਲ ਮਰਜ਼ੀ ਵਿੱਢ ਲਓ ਇਹੋ ਜਿਹਾ ਇਤਿਹਾਸ ਬਣ ਜਾਂਦਾ ਰਹਿੰਦੀ ਦੁਨੀਆਂ ਤੱਕ ਲੋਕ ਲਾਹਨਤਾਂ ਹੀ ਪਾਉਂਦੇ ਰਹਿੰਦੇ ਲਾਹਨਤਾਂ ਹੀ ਪੈ ਰਹੀਆਂ ਨੇ ਔਰੰਗਜ਼ੇਬ ਨੂੰ ਪੈ ਰਹੀਆਂ ਹੋਰ ਕਹਿ ਰਹੇ ਵਰਗੇ ਕਿਹੜਾ ਕੋਈ ਸਤਿਕਾਰ ਨਾ ਬੋਲਦਾ ਇਤਿਹਾਸ ਪੜ੍ਹ ਕੇ ਦੇਖੀਏ ਵਿਚਾਰ ਕਰਕੇ ਦੇ ਵਿੱਢਣੀਆਂ ਤਾਂ ਬੜੀਆਂ ਸੌਖੀਆਂ ਪਰ ਲੋਕ ਲਾਹਨਤਾਂ ਹੀ ਪਾਉਂਦੇ ਰਹਿੰਦੇ ਉਹਦੀ ਇਹ ਜੀ ਮੱਤ ਮਾਰੀ ਕਹਿੰਦੇ ਰਾਜਨ ਜਦੋਂ ਤੱਕ ਧਰਤੀ ਜੀਵੀ ਸਮਾਨ ਰਹਿਣਗੇ ਇਹ ਪਬਲਿਕ ਇਹ ਲੋਕ ਸਮਾਂ ਆਏਗਾ ਇਹਨਾਂ ਬਚਨਾਂ ਦੀ ਕਥਾ ਹੋਏ ਕਰੇਗੀ ਇਹ ਗੁਰੂ ਨਾਨਕ ਜੀ ਨਾਲ 200 ਸਾਲ ਪਹਿਲਾਂ ਦੀ ਗੱਲਾਂ ਹੋ ਰਹੀਆਂ ਕਥਾ ਹੋਏ ਕਰੇਗੀ ਇਹ ਵੀ ਤਾਂ ਤਰਕਾਲ ਦਰਸ਼ੀ ਨੇ ਨਾਮ ਦੇ ਕਿਹੜੇ ਘੱਟ ਨੇ ਇਹ ਕਥਾ ਹੋਏ ਕਰੇਗੀ ਇੱਕ ਇੱਕ ਬਚਨ ਦੀ ਸੰਗਤ ਵਿੱਚ ਕਿ ਨਾਮਦੇਵ ਦਾ ਛੱਪਰ ਕਿਸੇ ਨੇ ਢਾਇਆ ਸੀ ਅਤੇ ਰਾਜਾ ਤੜਫਿਆ ਸੀ ਲਾਹਨਤਾਂ ਪੈਂਦੀਆਂ ਰਹਿਣਗੀਆਂ ਜਦੋਂ ਤੱਕ ਧਰਤੀ ਰਹੇਗੀ ਹੁਣ ਤਾਂ ਬੜੀਆਂ ਮਾਫੀਆਂ ਮੰਗਦਾ ਕਿ ਇੱਕ ਵਾਰੀ ਮਾਫ ਜਿਵੇਂ ਹੋ ਸਕਦਾ ਦਰਦ ਹਟਾਓ ਬਸ ਉਹਨਾਂ ਸਿਰ 'ਤੇ ਹੱਥ ਰੱਖਿਆ ਮੱਥੇ 'ਤੇ ਦਰਦ ਬੰਦ ਹੱਥ ਹੀ ਜੋੜੀ ਜਾਂਦਾ ਕਹਿੰਦੇ ਹੁਣ ਉਹ ਸਰੀਰ ਵਾਲੀਆਂ ਗੱਲਾਂ ਫੌਜ ਦੀਆਂ ਹਥਿਆਰ ਤੋਪਾਂ ਕਿੱਥੇ ਨੇ ਤੇਰੀਆਂ ਕਹਿੰਦਾ ਮਹਾਰਾਜ ਕੱਖ ਨਹੀਂ ਪੱਲੇ ਬਸ ਜਿਵੇਂ ਆਏ ਖਿਮਾ ਕਰੋ ਬਸ ਅਜੇ ਤਾਂ ਕਹਿੰਦੇ ਕੋਈ ਗੱਲ ਹੀ ਨਹੀਂ ਮਾਮੂਲੀ ਜੀ ਗੱਲ ਹੈ ਕੋਈ ਜ਼ਿਆਦਾ ਉਹ ਨਹੀਂ ਹੋਈ ਬੜੇ ਬੜੇ ਖੱਬੀ ਖਾਨ ਨਾਸਤਕ ਲੋਕ ਜਦੋਂ ਸਰੀਰ 'ਤੇ ਬਣਦੀ ਹੈ ਝੱਟ ਭਗਤ ਬਣ ਜਾਂਦੇ ਨੇ ਗੁਰਦੁਆਰੇ ਚੱਲੀਏ ਅੰਮ੍ਰਿਤ ਛਕੀਏ ਮਾਲਾ ਫੜੀਏ ਪਾਠ ਕਰੀਏ ਉਹ ਕੀ ਬਣ ਗਈ ਸਰੀਰ 'ਤੇ ਵੱਡੇ ਵੱਡੇ ਨਾਸਤਕ ਭਗਤ ਬਣ ਜਾਂਦੇ ਆਸਤਕ ਬਣ ਜਾਂਦੇ ਮਨਮੁਖ ਗੁਰਮੁਖ ਬਣ ਜਾਂਦੇ ਇਹ ਪਤਾ ਨਹੀਂ ਵੀ ਬਿਮਾਰੀਆਂ ਸਰੀਰਾਂ ਦੇ ਵਿੱਚ ਹੀ ਹੁਕਮ ਹੋਣਾ ਰੱਬ ਦਾ ਚਾਲ ਛੁੱਟੀ ਤਾਂ ਕਹਿੰਦੇ ਪੀ ਕਰਤਾਰੋਂ ਡਰਨਾ ਡਰਨਾ ਹੀ ਚਾਹੀਦਾ ਅੱਜ ਇਸ ਸ਼ਬਦੀ ਵਿਚਾਰ ਕੱਲ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਥਾ ਹੋਏਗੀ ਹੋਰ ਪ੍ਰੇਮੀਆਂ ਨੂੰ ਨਾਲ ਲੈ ਕੇ ਆਇਓ ਸਮਾਂ ਕੁਛ ਜ਼ਿਆਦਾ ਹੋ ਗਿਆ ਕੱਲ੍ਹ ਕੋਸ਼ਿਸ਼ ਕੀਤੀ ਜਾਏ ਵੀ 2 ਵਜੇ ਤੱਕ ਸਾਰੀ ਅਰਦਾਸ ਹੋ ਜਾਏ
ਭਾਈ ਸਵਨੰਦ ਸਾਹਿਬ ਦਾ ਪਾਠ ਕਰ ਲੈਣ, ਤੁਸੀਂ ਗੁਰਸਤੋਤਰ ਪੜ੍ਹੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਅਮਰਦਾਸ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਅਮਰਦਾਸ ਸਭ ਧੰਨ, ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਰਾਮਦਾਸ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਰਾਮਦਾਸ ਸਭ ਧੰਨ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ, ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਸ੍ਰੀ ਹਰ ਰਾਇ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਸ੍ਰੀ ਹਰ ਰਾਇ ਸਾਹਿਬ, ਧੰਨ 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 ਹੈ ਧੰਨ ਹੈ ਧੰਨ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ, ਧੰਨ ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਹੈ ਵਾਹਿਗੁਰੂ ਧੰਨ ਹੈ ਤੇਰਾ ਪੰਥ ਖਾਲਸਾ, ਧੰਨ ਹੈ ਧੰਨ ਹੈ ਵਾਹਿਗੁਰੂ ਧੰਨ ਤੇਰਾ ਪੰਥ ਖਾਲਸਾ, ਧੰਨ ਹੈ ਧੰਨ ਧੰਨ ਹੈ ਵਾਹਿਗੁਰੂ ਧੰਨ ਤੇਰੀ ਸਾਧ ਸੰਗਤ ਜੀ, ਧੰਨ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੋਲੋ, ਤਿਆਗੇ ਅਰਦਾਸ ਬੋਲਣਾ ਜੀ, ਸਤਨਾਮ ਸ੍ਰੀ ਵਾਹਿਗੁਰੂ 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 ਜੀ, ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰਹੁ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਉ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸਭ ਥਾਈਂ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ,
ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਵਾਏ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੱਤ ਆਵੇ ਜੀ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਿਛਿਆਰੀ ਆਏ ਤਦੀਕ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਆਪ ਜੀ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਸਮੂਹਿਕ ਗੁਰਦੁਆਰੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਪੰਥ ਨੂੰ ਬਖਸ਼ਣਾ ਜੀ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਸਤਿਗੁਰੂ ਜੀ ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ 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 ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨੂੰ ਅੱਜ ਆਪ ਜੀ ਦੇ ਹਜ਼ੂਰ ਆਪ ਜੀ ਕੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਦਰ ਪ੍ਰਵਾਨ ਕਰਨੀ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਤਾਰਾ ਸਿੰਘ ਜੀ ਅਤੇ ਸਾਰੇ ਪਰਿਵਾਰ ਨੇ ਮਿਲ ਜੁਲ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਪਰਿਵਾਰਕ ਸੁੱਖ ਸ਼ਾਂਤੀ ਵਾਸਤੇ ਆਪਣੇ ਗ੍ਰਹਿ ਵਿਖੇ ਦੋ ਦਿਨ ਦਾ ਮਹਾਨ ਗੁਰਮਤ ਸਮਾਗਮ ਸਤਸੰਗ ਦੀਵਾਨ ਰੱਖੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਅੱਜ ਪਹਿਲੇ ਦਿਨ ਦੇ ਦੀਵਾਨ ਅੰਦਰ ਆਪ ਜੀ ਨੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਾਰ ਬਖਸ਼ਿਸ਼ ਕਰਕੇ ਨਿਹਾਲ ਕੀਤਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਕਥਾ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਸਤਿਗੁਰੂ ਜੀ ਕਥਾ ਕੀਰਤਨ ਕਰਦਿਆਂ ਗੁਰਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਅਗਾਂਹ ਤੋਂ ਸਮਤ ਬਖਸ਼ਿਸ਼ ਕਰਨੀ ਪੜ੍ਹੀ ਗਈ ਗੁਰਬਾਣੀ ਕਥਾ ਕੀਰਤਨ ਦਾ ਗੂੜ ਭਾਵ ਆਈਆਂ ਹੋਈਆਂ ਸਿੱਖ ਸੰਗਤਾਂ ਦੇ ਅਤੇ ਸਮੁੱਚੇ ਪਰਿਵਾਰ ਦੇ ਹਿਰਦਿਆਂ 'ਤੇ ਵਸਾਉਣਾ ਜੀ ਕਿਰਪਾ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਰੱਖਣੀ ਸਤਿਗੁਰੂ ਜੀ ਸਰਦਾਰ ਤਾਰਾ ਸਿੰਘ ਜੀ ਜਿਨ੍ਹਾਂ ਦੇ ਸਪੁੱਤਰ ਭਾਈ ਗੁਰਦੇਵ ਸਿੰਘ ਜੀ ਵਿਦੇਸ਼ ਵਿੱਚ ਪੱਕੇ ਹੋਣ ਵਾਸਤੇ ਅਤੇ ਭਾਈ ਗੁਰਦੀਪ ਸਿੰਘ ਜੀ ਵਿਦੇਸ਼ ਜਾਣ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਹਨ ਜੀ ਕਿਰਪਾ ਕਰਨੀ ਸਤਿਗੁਰੂ ਜੀ ਉਹ ਗੁਰਮਤਾਸੇ ਅਨੁਸਾਰ ਅਰਦਾਸਾਂ ਬੇਨਤੀਆਂ ਸੁਭਾਵਨਾਵਾਂ ਸੰਪੂਰਨ ਕਰਨੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਕਿਰਪਾ ਰੱਖਣੀ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਸੇਵਕ ਪਰਿਵਾਰ ਵੱਲੋਂ ਆਪ ਜੀ ਕੋ ਰੁਮਾਲਾ ਸਾਹਿਬ ਭੇਟਾ ਕੀਤਾ ਗਿਆ ਹੈ ਅੰਗੀਕਾਰ ਕਰਨਾ ਜੀ ਸੇਵਕਾਂ ਦੇ ਲੋਕ ਪਰਲੋਕ ਪੜਦੇ ਕੱਜਣੇ ਲਾਜਪਤ ਰੱਖਣੀ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਅਤੇ ਗੁਰੂ ਕਾ ਲੰਗਰ ਹਾਜ਼ਰ ਹੈ ਸਤਿਗੁਰੂ ਜੀ ਕਿਰਪਾ ਕਰੋ ਜੀ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸ਼ਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਈ ਸੀਤ ਪ੍ਰਸ਼ਾਦ ਸਰਬੱਤ ਸੰਗਤ ਵਿੱਚ ਵਰਤੇ ਜੋ ਛਕੇ ਸੋ ਆਪ ਜੀ ਦਾ ਨਾਮ ਜਪੇ ਸਤਿਗੁਰੂ ਜੀ ਆਈਆਂ ਹੋਈਆਂ ਸਿੱਖ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣਾ ਗੁਰਮਤਿ ਰੂਹਾਨੀ ਮਿਸ਼ਨ ਜਥੇ ਦੇ ਬਾਬਾ ਜੀ ਦੇ ਅਤੇ ਬਾਬਾ ਜੀ ਦੇ ਸਮੁੱਚੇ ਪਰਿਵਾਰ ਦੇ ਸਿਰ 'ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ ਕਿਰਪਾ ਕਰੋ ਸਤਿਗੁਰੂ ਜੀ ਇਸ ਵਕਤ ਹੁਕਮਨਾਮੇ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਸ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ ਹੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਹਾ ਦਰਸ਼ਨ ਪਾਏ ਜੀਉ। ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਪਾਣਾ। ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣ। ਸੋ ਕਹੋ ਟਲ ਗੁਰ ਸੇਵੀਐ, ਅਹਿੰਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕਾ, ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਹਮ ਅੰਦੁਲੇ ਅੰਦ ਬਿਖੇ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਭੈ ਆਪਣ ਪਾਲੀ। ਹਮ ਅੰਦੁਲੇ ਅੰਦ ਬਿਖੇ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਭੈ ਆਪਣ ਪਾਲੀ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੁ। ਹਰ ਹਰ ਕਥਾ ਨਿਰਾਲੀ ਰਹਾਉ, ਹਰ ਕਿਹ ਸੰਤ ਸੁਣੋ ਜਨ ਪਾਇ। ਗੁਰ ਸੇਵਿਓ ਬੇਗ ਬੇਗਾਲੀ, ਸਤਿਗੁਰ ਸੇਵ ਖਰਚ ਹਰ ਬੰਦ, ਮਤ ਜਾਣ ਆਜ ਕੇ ਕਾਲੀ। ਹਰ ਕਿਹ ਸੰਤ ਜਪੋ ਹਰ ਜਪਣਾ, ਹਰ ਸੰਤ ਚਲੇ ਹਰ ਨਾਲੀ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਹਰ ਹਰ ਜਪਨ ਜਪ ਲੋਚ ਲੋਚਾਨੀ, ਹਰ ਕਿਰਪਾ ਕਰ ਬਨ ਵਾਲੀ। ਜਨ ਨਾਨਕ ਸੰਗਤ ਸਾਧ ਹਰ ਮਿਲੋ, ਹਮ ਸਾਧ ਜਨਾ ਪਗਰਾਲੀ। ਹਰ ਹਰ ਜਪਨ ਜਪ ਲੋਚ ਲੋਚਾਨੀ, ਹਰ ਕਿਰਪਾ ਕਰ ਬਨ ਵਾਲੀ। ਜਨ ਨਾਨਕ ਸੰਗਤ ਸਾਧ ਹਰ ਮਿਲੋ, ਹਮ ਸਾਧ ਜਨਾ ਪਗਰਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।